ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੇਲ
ਮਿਲ ਲਹਿ ਦਿਆਲ ਢਹ ਪਏ ਦੁਆਰਿਆ ਰਖ ਲੇ ਵੋਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਰਖ ਲੇ ਵੋਹ ਦੀਨ ਦਿਆਲ ਰਖ ਲੇ ਵੋਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿੱਜੈ ਹੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿੱਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿੱਜੈ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁਖ ਲੱਗੈ ਨ ਭਾਈ ਚੌਗਿਰਦ ਹਮਾਰੇ ਰਾਮਕਾਰ ਚੌਗਿਰਦ ਹਮਾਰੇ ਰਾਮਕਾਰ ਚੌਗਿਰਦ ਹਮਾਰਾ ਰਾਮਕਾਰ ਦੁਖ ਲੱਗੈ ਨ ਭਾਈ ਸਤੀ ਵਾਉ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੀ ਵਾਹਿਗੁਰੂ ਵਾਉ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੀ ਵਾਹਿਗੁਰੂ ਲਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੀ ਵਾਹਿਗੁਰੂ ਸੱਤੀ ਵਾਉ ਜੀ ਲਗਣ ਨਾ ਦੇਵੇ ਹਾਂ ਜਿਨ੍ਹਾਂ ਦਾ ਰੱਖ ਬਣ ਜੀ ਵਾਹਿਗੁਰੂ ਜਿਨ੍ਹਾਂ ਦਾ ਰੱਖ ਬਣ ਜੀ ਵਾਹਿਗੁਰੂ
ਯਾਰਿਓ ਜਨਾ ਦਾ ਰੱਖਾ ਬਣ ਜੀ ਵਾਹਿਗੁਰੂ ਹਰੇ ਜੀ ਜਨਾ ਦਾ ਰੱਖਾ ਬਣ ਜੇ ਵਾਹਿਗੁਰੂ ਰੱਖਾ ਜੀ ਬਣ ਜੇ ਵਾਹਿਗੁਰੂ ਹਾਂ ਜਿਨ੍ਹਾਂ ਦਾ ਰੱਖਾ ਜੀ ਬਣ ਜੇ ਵਾਹਿਗੁਰੂ ਲਗਣ ਨਾ ਦੇਵੇ ਲਗਣ ਨਾ ਦੇਵੇ ਜਨਾਂ ਦਾ ਰੱਖਾ ਬਣ ਜੇ ਵਾਹਿਗੁਰੂ ਸੱਤੀ ਵਾਹੁ ਜੀ ਲਗਣ ਨਾ ਦੇਵੇ ਜਨਾਂ ਦਾ ਰੱਖਾ ਬਣ ਜੇ ਵਾਹਿਗੁਰੂ ਵਾਹੁ ਜੀ ਲਗਣ ਨਾ ਦੇਵੇ ਜਨਾਂ ਦਾ ਰੱਖਾ ਬਣ ਜੇ ਵਾਹਿਗੁਰੂ ਸਾਥੀ ਵਾਹ ਨਾ ਲੱਗ ਗਈ ਵਾਰ ਬ੍ਰਹਮ ਸਰਣਾਈ ਜਦ ਹਮਾਰ ਰਾਮ ਕਾਰ ਦੁੱਖ ਸੁੱਖ ਨਾ ਪਾਈ ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਬੜੇ ਹੀ ਅਦਬ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਦਰਬਾਰ ਚਰਨਾ ਕਮਲਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਬੜੇ ਅਦਬ ਸਤਿਕਾਰ ਨਾਲ ਝੁਕਾਓ ਸੀਸ ਸਤਿਗੁਰਾਂ ਨੂੰ ਅਤੇ ਸਭ ਮਾਈ ਭਾਈ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਜਿਹੜੇ ਪਹਿਲੀ ਵਾਰ ਨਹੀਂ ਸ਼ਾਮਿਲ ਹੋਏ ਉਹ ਵੀ ਸ਼ਾਮਿਲ ਆਵ ਹੋਵੋ, ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਬੁਲੰਦ ਆਵਾਜ਼ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਮੌੜ ਕਲਾਂ ਬਠਿੰਡਾ ਦੀ ਧਰਤੀ ਤੇ ਆਪਾਂ ਸਾਰੇ ਜੁੜ ਬੈਠੇ ਹਾਂ। ਆਪ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਨਿਵਾਸੀਆਂ ਉੱਦਮ ਤੇ ਉਪਰਾਲਾ ਕੀਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤ ਚੇਤਨਾ ਸਮਾਗਮ ਧਾਰਮਿਕ ਦੀਵਾਨ ਅੰਮ੍ਰਿਤ ਸੰਚਾਰ ਨਗਰ ਕੀਰਤਨ ਪ੍ਰੋਗਰਾਮ ਉਲੀਕੇ ਹੈ। ਅੱਜ ਦੂਸਰੇ ਰਾਤਰੀ ਦੇ ਦੀਵਾਨਾਂ 'ਚ ਆਪਾਂ ਸਾਰੇ ਜੁੜ ਬੈਠੇ ਹਾਂ। ਨਗਰ ਨਿਵਾਸੀ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਬੜੇ ਪਿਆਰ ਨਾਲ ਸਰਦੀ ਦੀ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਚਰਨਾਂ 'ਚ ਤੁਸੀਂ ਪਹੁੰਚੇ ਹੋ। ਸਾਰਿਆਂ ਨੂੰ ਜੀ ਆਇਆਂ।
ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਤੇ ਸੁਭਾਵਾਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ਰ ਜੂਰੀ ਚ ਆਪਾਂ ਸਾਰੇ ਜੁੜ ਬੈਠੇ ਸੰਧਿਆ ਵੇਲੇ ਤੋਂ ਸਜ ਰਹੇ ਨੇ ਦੀਵਾਨ ਬੇਅੰਤ ਗੁਰਮੁਖਾਂ ਦੀ ਰਸਨਾ ਤੋਂ ਹਰ ਜਸ ਕੀਰਤਨ ਗੁਰਮਤ ਵਿਚਾਰਾਂ ਗੁਰਬਾਣੀ ਇਤਿਹਾਸ ਆਪ ਜੀ ਨੇ ਕਵੀਸ਼ਰੀ ਕਵਿਤਾਵਾਂ ਸਰਵਣ ਕੀਤੀਆਂ ਰਹਿੰਦਾ ਸਮਾਂ ਜਿਵੇਂ ਹਜ਼ੂਰ ਸੱਜੇ ਪਾਤਸ਼ਾਹ ਕਿਰਪਾ ਕਰਦੇ ਆ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਥਾਨ ਤੇ ਜੁੜ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ, ਗੁਰੂ ਤੇਗ ਬਹਾਦਰ ਸਾਹਿਬ ਵੈਰਾਗ ਦੀ ਮੂਰਤ, ਤਿਆਗ ਦੀ ਮੂਰਤ, ਕੁਰਬਾਨੀ ਦੀ ਮੂਰਤ, ਜਿਨ੍ਹਾਂ ਬਾਬਤ ਆਪ ਦਸਵੇਂ ਪਾਤਸ਼ਾਹ ਨੇ ਲਿਖਿਆ ਸ੍ਰੀ ਦਸਮ ਗ੍ਰੰਥ ਸਾਹਿਬ ਚ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ, ਜਿਨ੍ਹਾਂ ਨੇ ਪੜ੍ਹਿਆ ਨਹੀਂ ਸੁਣਿਆ ਹੋਵੇ। ਔਰ ਗੁਰਮੁਖ ਪਿਆਰੇ ਅਸੀਂ ਪੜ੍ਹਦੇ ਸੁਣਦੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਉਚਾਰਿਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਨੇ ਕਲਯੁਗ ਚ ਵੱਡਾ ਸਾਕਾ ਕੀਤਾ, ਵੱਡਾ ਸਾਕਾ। ਸਾਕੇ ਬਹੁਤ ਨੇ ਸੰਸਾਰ ਵਿੱਚ ਹੋਏ ਸਿੱਖ ਇਤਿਹਾਸ ਵਿੱਚ, ਪਰ ਕਲਯੁਗ ਦਾ ਵੱਡਾ ਸਾਕਾ ਆਪ ਦਸਵੇਂ ਪਾਤਸ਼ਾਹ ਨੇ ਆਖਿਆ। ਵੱਡਾ ਕਿਉਂ ਕਿਹਾ? ਕਿਉਂਕਿ ਆਪਣੇ ਘਰ ਬਾਰ ਪਰਿਵਾਰ ਲਈ, ਆਪਣੇ ਦੇਸ਼ ਲਈ, ਅਮਲੀ ਉਮਤ ਲਈ, ਆਪਣੇ ਭਾਈਚਾਰੇ ਦੇ ਲੋਕਾਂ ਲਈ ਤੇ ਕੋਈ ਬਲੀਦਾਨ ਦਿੰਦਾ, ਕੁਰਬਾਨੀ ਕਰਦਾ, ਐਸਾ ਇਤਿਹਾਸ ਮਿਲਦਾ। ਪਰ ਦੂਜਿਆਂ ਦੀ ਖਾਤਰ, ਦੂਜੇ ਧਰਮ ਦੀ ਖਾਤਰ, ਜ਼ਾਬਰ ਦੇ ਜ਼ੁਲਮ ਦੇ ਖਿਲਾਫ ਐਸਾ ਬਲੀਦਾਨ ਦੇਣ, ਆਪ ਚੱਲ ਕੇ ਜਾਣ। ਕਾਤਲ ਜਾਤਾ ਹੈ ਮਕਤੂਲ ਕੇ ਪਾਸ, ਕਭੀ ਮਕਤੂਲ ਕਾਤਲ ਕੇ ਪਾਸ ਨਹੀਂ ਜਾਤਾ। ਖੁਦ ਚੱਲ ਕੇ ਗਏ ਕਾਤਲ ਦੇ ਕੋਲ, ਔਰੰਗਜ਼ੇਬ ਦੇ ਕੋਲ, ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਖੁਦ ਚੱਲ ਕੇ। ਵਿਦਵਾਨ ਕਹਿੰਦਾ ਪਿਆਸਾ ਜਾਤਾ ਹੈ ਕੂਏ ਕੇ ਪਾਸ, ਕਭੀ ਕੂਆਂ ਪਿਆਸੇ ਕੇ ਪਾਸ ਨਹੀਂ ਜਾਤਾ। ਜਿਹਨੂੰ ਪਿਆਸ ਲੱਗੀ ਹੋਵੇ ਨਾ, ਉਹ ਖੂਹ ਤੇ ਜਾਂਦਾ, ਉਹ ਮੋਟਰ ਤੇ ਜਾਂਦਾ, ਟੂਟੀ ਕੋਲ ਜਾਂਦਾ ਪਿਆਸ ਬੁਝਾਉਣ ਲਈ, ਪਰ ਕਦੇ ਖੂਹ ਮੋਟਰ ਟੂਟੀ ਚੱਲ ਕੇ ਕਦੇ ਪਿਆਸੇ ਕੋਲ ਨਹੀਂ ਗਈ। ਵੀ ਤੂੰ ਬੜਾ ਪਿਆਸਾ, ਕਦੇ ਘੜਾ ਪਿਆਸੇ ਕੋਲ ਚੱਲ ਕੇ ਨਹੀਂ ਗਿਆ ਪਾਣੀ ਦਾ, ਕਿ ਤੂੰ ਬੜਾ ਪਿਆਸਾ ਪਿਆਸ ਬੁਝਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਖੁਦ ਚੱਲ ਚੱਲ ਪਿਆਸਿਆਂ ਦੇ ਕੋਲ, ਆਪ ਖੁਦ ਚੱਲ ਕੇ ਅਨੰਦਪੁਰ ਸਾਹਿਬ ਤੋਂ ਤੁਰੇ, ਕਿੰਨੀਆਂ ਸੰਗਤਾਂ ਨੂੰ ਤਾਰਦੇ ਰਾਹਾਂ ਤੋਂ, ਇਹਨਾਂ ਨਗਰਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਕਿੰਨਿਆਂ ਪਿਆਸਿਆਂ ਨੂੰ ਭਰਪੂਰ ਕਰਦੇ ਹੋਏ, ਰੱਬੀ ਨੂਰ ਦੇ ਨਾਲ, ਰੱਬੀ ਰੰਗ ਦੇ ਨਾਲ, ਰੱਬੀ ਬਰਕਤਾਂ ਦੇ ਨਾਲ, ਤੇ ਫਿਰ ਅਗਾਂਹ ਦਿੱਲੀ ਆਗਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਪਹੁੰਚਣਾ। ਆਗਰਾ ਦਿੱਲੀ ਵੱਖ ਵੱਖ ਥਾਵਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਔਰ ਖੁਦ ਚੱਲ ਕੇ ਆਪ ਗਏ ਔਰੰਗਜ਼ੇਬ ਦੇ ਕੋਲ। ਸੱਚੇ ਪਾਤਸ਼ਾਹ ਮਹਾਰਾਜ ਵੀ ਇਹਨਾਂ ਦੇ ਧਰਮ ਨੂੰ ਨਾ ਛੇੜ, ਇਹਨਾਂ ਨੂੰ ਨਾ ਦੁੱਖ ਦੇ, ਤਕਲੀਫ ਦੇ, ਸਾਡੇ ਤੇ ਜਬਰ ਜ਼ੁਲਮ ਢਾਲਾ, ਜੋ ਜਬਰ ਜ਼ੁਲਮ ਕਰਨਾ ਅਸੀਂ ਤਿਆਰ, ਅਸੀਂ ਅਰਦਾਸਾ ਕਰਕੇ ਆਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਂਹ ਫੜੀ ਉਹਨਾਂ ਲੋਕਾਂ, ਜਿਹੜੇ ਕਸ਼ਮੀਰੀ ਬ੍ਰਾਹਮਣ ਆਏ
ਤੇ ਦੇਖੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਬਲੀਦਾਨ ਦੇ ਕੇ ਸ਼ਹਾਦਤ ਦੇ ਕੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਸਤਿਗੁਰ ਨੇ ਤਾਤੀ ਵਾਹ ਉਹਨਾਂ ਲੱਗ ਗਈ। ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗਾ ਨਾ ਪਾਈ। ਸਤਿਗੁਰ ਨੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਆਪਣੇ ਸਰੀਰ ਤੇ ਝੱਲਿਆ, ਆਪ ਬਲੀਦਾਨ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਚਾਰਿਆ ਕਲਯੁਗ ਦਾ ਵੱਡਾ ਸਾਕਾ, ਤਿਲਕ ਤੇ ਜੰਜੂ ਦੀ ਰਾਖੀ, ਧੋਤੀਆਂ ਤੇ ਬੋਧੀਆਂ ਦੀ ਰਾਖੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ। ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ। ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਐਸੀ ਕੁਰਬਾਨੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ, ਐਸਾ ਬਲੀਦਾਨ ਦੁਨੀਆਂ ਤੇ ਕਿਤੇ ਮਿਸਾਲ ਨਹੀਂ ਮਿਲਦੀ। ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ, ਕਿਉਂਕਿ ਜਿੱਥੇ ਆਪਾਂ ਸਤਿਗੁਰ ਨੂੰ ਯਾਦ ਕਰਦੇ ਉੱਥੇ ਸਤਿਗੁਰ ਦੇ ਪਿਆਰਿਆਂ ਨੂੰ, ਉਹਨਾਂ ਸ਼ਹੀਦਾਂ ਨੂੰ ਜਿਹਨਾਂ ਗੁਰੂ ਦੇ ਸਨਮੁਖ ਹੋ ਕੇ ਸ਼ਹਾਦਤ ਦਿੱਤੀ, ਉਹਨਾਂ ਨੂੰ ਯਾਦ ਕਰਦੇ, ਉਹਨਾਂ ਮਰ ਜੀਵੜਿਆਂ ਨੂੰ ਜਿਹਨਾਂ ਦੇ ਆਸਰੇ ਸਾਡਾ ਇਤਿਹਾਸ ਖੜਾ। ਅਸੀਂ ਬੜੇ ਮਾਣ ਨਾਲ ਕਹਿੰਦੇ, ਅਸੀਂ ਬੜੀ ਸ਼ਰਧਾ ਨਾਲ, ਅਸੀਂ ਬੜੇ ਗੌਰਵ ਦੇ ਨਾਲ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਿਹਨਾਂ ਨੇ ਇਤਿਹਾਸ ਸਿਰਜਿਆ, ਸਾਡਾ ਮਾਰਗਦਰਸ਼ਨ ਕੀਤਾ, ਪ੍ਰੇਰਨਾ ਸਰੋਤ ਬਣੇ, ਔਰ ਜਿਹਨਾਂ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ ਅਸੀਂ ਇਸ ਸ਼ਾਨ ਨਾਲ ਜਿਉਂਦੇ। ਗੁਰਮੁਖ ਪਿਆਰੇ, ਉਹਨਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ, ਉਹਨਾਂ ਦੀਆਂ ਕੁਰਬਾਨੀਆਂ ਸ਼ਹਾਦਤਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਰਗੇ ਸਿੱਖੀ ਸਿਦਕ ਨਿਭਾਇਆ ਜਿਹਨਾਂ ਨੇ। ਗੁਰਮੁਖ ਪਿਆਰਿਓ, ਉਹੀ ਕੌਮਾਂ ਜਹਾਨ ਤੇ ਜਿਉਂਦੀਆਂ ਨੇ ਜਿਹਨਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਣਾ ਇਹ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ੍ਹ ਪੈ ਜੇ। ਗੱਲਾਂ ਨੂੰ ਕੋਈ ਨਹੀਂ ਪੁੱਛਦਾ, ਗੱਲਾਂ ਨਾਲ ਗੱਲ ਨਹੀਂ ਬਣਦੀ। ਮੁੱਲ ਕੁਰਬਾਨੀਆਂ ਦਾ, ਸ਼ਹਾਦਤਾਂ ਦਾ ਮੁੱਲ ਗੁਰਮੁਖ ਪਿਆਰਿਓ ਤੇ ਸ਼ਰਧਾ ਭਾ ਸਤਿਕਾਰ ਉਹਨਾਂ ਦਾ, ਸਨਮਾਨ ਉਹਨਾਂ ਦਾ। ਅੱਜ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਅੱਜ ਉਹਨਾਂ ਦਾ ਅਦਬ ਤੇ ਸਤਿਕਾਰ, ਉਹਨਾਂ ਦੀਆਂ ਕੁਰਬਾਨੀਆਂ, ਸ਼ਹਾਦਤਾਂ, ਅੰਤ ਪੈਣਾ ਹੈ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਕੁਰਬਾਨੀਆਂ ਦਾ ਮੁੱਲ, ਸ਼ਹਾਦਤਾਂ ਦਾ ਮੁੱਲ, ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕਾ ਆਪਾਂ। ਗੱਲਾਂ ਬਹੁਤ ਨੇ ਸੰਸਾਰ, ਗੱਲਾਂ ਨਾਲ ਗੱਲ ਨਹੀਂ ਬਣਦੀ, ਗੱਲਾਂ ਕਰਨ ਵਾਲੇ ਤੇ ਬਹੁਤ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨਾ ਨਾ ਪਾਏ, ਗੱਲਾਂ ਨਾਲ ਗੱਲ ਨਹੀਂ ਬਣਦੀ, ਗੱਲੀ ਯੋਗ ਨਾ ਹੋ। ਸਤਿਗੁਰਾਂ ਬਾਣੀ ਚ ਆਖਿਆ ਗੱਲਾਂ ਨਾਲ ਯੋਗ ਨਹੀਂ ਹੁੰਦਾ, ਗੱਲਾਂ ਨਾਲ ਗੱਲ ਨਹੀਂ। ਬਹੁਤ ਨੇ ਦੁਨੀਆਂ ਤੇ ਕਨੇਰੇ ਨੇ ਗੱਲਾਂ ਕਰਨ ਵਾਲੇ, ਲਸ਼ੇਦਾਰ ਭਾਸ਼ਣ, ਗੱਲਾਂ ਦੀ ਕੋਈ ਕਮੀ ਨਹੀਂ, ਜਿਹਦੇ ਤੋਂ ਮਰਜ਼ੀ ਕਹਾ ਲਓ, ਜਾਂਦਾ ਕੀ ਹੈ ਗੱਲਾਂ ਕਰਨ ਤੇ, ਜਿੰਨੀਆਂ ਮਰਜ਼ੀ ਮੇਰੇ ਤੋਂ ਕਰਾ ਲਓ, ਕਿਸੇ ਹੋਰ ਤੋਂ ਕਰਾ ਲਓ, ਗੱਲਾਂ ਕਰਨੀਆਂ, ਲਛੇਦਰ ਭਾਸ਼ਣ ਜਿੰਨੇ ਮਰਜ਼ੀ, ਪਰ ਕੁਰਬਾਨੀਆਂ, ਇਤਿਹਾਸ ਸਿਰਜਣਾ, ਇਹ ਹਰੇਕ ਦੇ ਵੱਸ ਦਾ ਰੋਗ ਨਹੀਂ ਹੈ। ਕੁਰਬਾਨੀਆਂ, ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ, ਗੁਰਮੁਖ ਪਿਆਰਿਓ
ਬਹੁਤ ਨੇ ਲੋਕ ਪਰ ਗੱਲੀ ਕਿਨੇ ਨਾ ਪਾਏ। ਭਾਈ ਗੁਰਦਾਸ ਜੀ ਵੀ ਕਹਿੰਦੇ ਆ ਗੱਲਾਂ ਨਾਲ ਗੱਲ ਨਹੀਂ ਬਣਦੀ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਕਹਿੰਦੇ ਉਸ ਪਰਮਾਤਮਾ ਦੇ ਦੇਸ਼ ਰੱਬੀ ਰੰਗ ਵਿੱਚ ਰਤੇ ਜਾਣਾ, ਇੱਕ ਮਿਕ ਹੋਣਾ ਪਰਮਾਤਮਾ ਨਾਲ ਕਿਤੇ ਗੱਲਾਂ ਨਾਲ ਹੀ। ਪ੍ਰੀਤਮ ਕਾ ਦੇਸ਼ ਕੈਸੇ ਬਾਤਨ ਸੇ ਜਾਈਏ, ਬਾਤਾਂ ਨਾਲ ਹੀ ਗੱਲਾਂ ਨਾਲ ਨਹੀਂ। ਇਤਿਹਾਸ ਸਿਰਜਿਆ ਜਿਨ੍ਹਾਂ ਨੇ, ਔਖੀ ਬਾਤ ਗੁਰਮੁਖ ਪਿਆਰਿਓ, ਜਦੋਂ ਆਖਿਆ ਸੀ ਆਰੇ ਨਾਲ ਚੀਰ ਦੇਣਾ, ਉਬਲਦੀ ਦੇਗ ਚ ਉਬਾਲ ਦੇਣਾ, ਰੂੰਜ ਲਪੇਟ ਕੇ ਸਾੜ ਦੇਣਾ, ਉਦੋਂ ਫਿਰ ਕਬੀਰ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਜੀ ਸਾਡਾ ਮਾਰਗ ਦਰਸ਼ਨ ਕਰਦੇ ਉਪਦੇਸ਼ ਦਿੰਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ। ਜਦੋਂ ਲੱਗਦੀ ਨਾ ਕਸੌਟੀ, ਫਿਰ ਮਰ ਜੀਵੜੇ ਹੀ ਪਾਸ ਹੁੰਦੇ ਆ, ਹਰੇਕ ਦੇ ਵਸ ਦੀ ਰੁਫਿਆ ਤੇ ਬਜਿੱਤਰ ਸਿੰਘ ਹੀ ਨੇਤਰਦੇ ਆ, ਦੁਨੀ ਚੰਦ ਭੱਜ ਗਿਆ। ਇਤਿਹਾਸ ਗੱਲਾਂ ਬਹੁਤ ਗੁਰਮੁਖ ਪਿਆਰ ਜਿੰਨੀਆਂ ਮਰਜ਼ੀ ਕਰਾ ਲਓ, ਪਰ ਇਤਿਹਾਸ ਸਿਰਜਣ ਵਾਲੇ ਸਤਿਗੁਰ ਦੀ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ, ਉਹ ਕਹਿੰਦੇ ਕਸੌਟੀ ਜਦੋਂ ਲੱਗਦੀ ਆ ਨਾ, ਮਰ ਜੀਵੜੇ ਹੀ ਪਾਸ ਹੁੰਦੇ ਆ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਕੀ। ਵਚਨ ਸਾਰੇ ਰਸਨਾ ਸਫਲੀ ਕਰਿਆ ਕਰੋ, ਧਾਰਨਾ ਚ ਡਬਲ ਲਾਹਾ ਹੈ, ਜਿੱਥੇ ਕੰਨਾਂ ਨਾਲ ਸੁਣਦੇ ਰਸਨਾ ਨਾਲ ਜਪਣਾ, ਵਾਹਿਗੁਰੂ ਮੰਤਰ ਚ ਸ਼ਾਮਿਲ ਹੋਣਾ, ਜਕਾਰੇ ਚ ਸ਼ਾਮਿਲ ਹੋਣਾ, ਧਾਰਨਾ ਨੂੰ ਪੜ੍ਹਨਾ, ਗੁਰਸ਼ਬਦ ਜਾਂ ਸ਼ਬਦ ਦਾ ਅਰਥ ਜਾਂ ਇਤਿਹਾਸ ਦੀ ਗੱਲ ਜਿਹੜੀ ਸਾਨੂੰ ਗੁਰੂ ਨਾਲ ਜੋੜਦੀ, ਗੁਰੂ ਦੇ ਇਤਿਹਾਸ ਨਾਲ ਆ ਧਾਰਨਾ। ਜਿਵੇਂ ਗੁਰਬਾਣੀ ਦਾ ਅਰਥ ਆਪਾਂ ਕਥਾ ਕਰਦੇ ਹਾਂ, ਇਤਿਹਾਸ ਦੀ ਕਥਾ ਕਰਦੇ, ਕਥਾ ਰੂਪ ਹੈ ਧਾਰਨਾ। ਆਪਾਂ ਸਾਰੇ ਰਸਨਾ ਪਵਿੱਤਰ ਕਰਿਓ, ਸਤਿਗੁਰ ਕੀ ਬਚਨ ਕਰਦੇ ਆ। ਜਦੋਂ ਲੱਗਦੀ ਆ ਕਸੋਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਉਹ ਲੱਗਦੀ ਆ ਕਸੌਟੀ ਬਾਬਾ ਤੇਰੀ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ, ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ
ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੋਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਯਾਰ ਜੀ ਉਹ ਪਾਸ ਹੁੰਦੇ ਮਰ ਜੀਵੜੇ ਪਿਆਰ ਪਾਸ ਹੁੰਦੇ ਮਰ ਜੀਵੜੇ ਪਾਸ ਹੁੰਦੇ ਮਰ ਜੀਵੜੇ ਯਾਰ ਪਾਸ ਹੁੰਦੇ ਮਰ ਜੀਵੜੇ ਯਾਰ ਜੀ ਪਾਸ ਹੁੰਦੇ ਮਰ ਜੀਵੜੇ ਯਾਰ ਪਾਸ ਹੁੰਦੇ ਮਰ ਜੀਵੜੇ ਹਾਂ ਪਾਸ ਹੁੰਦੇ ਜੀ ਮਰ ਜੀਵੜੇ 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 ਲੱਗਦੀ ਆ ਕਸੌਟੀ ਬਾਬਾ ਤੇਰੀ ਕਸੌਟੀ ਸਤਿਗੁਰ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਹਾਂ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਉਹ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਕਸੌਟੀ ਸਤਿਗੁਰ ਤੇਰੀ ਪਾਸ ਹੁੰਦੇ ਮਰ ਜੀਵੜੇ ਜਦੋਂ ਲੱਗਦੀ ਆ ਕਸੌਟੀ ਬਾਬਾ ਤੇਰੀ ਪਾਸ ਹੁੰਦੇ ਮਰ ਜੀਵੜੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਉਹਨਾਂ ਦਾ ਇਤਿਹਾਸ ਸਾਡੇ ਸਤਿਗੁਰਾਂ ਦਾ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੰਸਾਰ ਵਿੱਚ ਸੰਗਤਾਂ ਮੌੜ ਮੰਡੀ ਦੀ ਧਰਤੀ ਮੌੜ ਕਲਾ ਨਗਰ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਰਲ ਮਿਲ ਮਨਾ ਸਰਵਣ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਕਸ਼ਮੀਰੀ ਬ੍ਰਾਹਮਣ ਪੰਡਤ ਆਏ ਆਕਾਸ਼ਵਾਣੀ ਹੋਈ ਜਦੋਂ ਕਿਸੇ ਬਾਂਹ ਨਹੀਂ ਫੜੀ ਫਿਰ ਫੜੀ ਨਾ ਮੇਰੇ ਸਤਿਗੁਰ ਨੇ ਬਾਂਹ ਨਹੀਂ ਲੱਗਣ ਦਿੱਤੀ ਦਿੱਤੀ ਵਾਹ ਜਦੋਂ ਆਏ ਸਤਿਗੁਰ ਦੇ ਦਰਬਾਰ ਵਿੱਚ ਬਿਰਤੀਆਂ ਜੋੜੋ ਧਿਆਨ ਜੋੜੋ ਸਾਰੇ ਸਾਰੀਆਂ ਸੰਗਤਾਂ ਇੱਕ ਵਾਰ ਮਿਲ ਕੇ ਉਚਾਰਨ ਕਰੋ ਸਤਨਾਮ ਵਾਹਿਗੁਰੂ ਬਿਰਤੀਆਂ ਦੀ ਇਕਾਗਰਤਾ ਲਈ ਫਿਰ ਮਿਲ ਕੇ ਉਚਾਰਨ ਕਰੋ ਸਤਨਾਮ ਵਾਹਿਗੁਰੂ ਆਲਸ ਨਿੰਦਰਾ ਦਾ ਤਿਆਗ ਕਰਕੇ ਆਇਓ ਸਰਦੀ ਦੇ ਮੌਸਮ ਦੀ ਪਰਵਾਹ ਨਾ ਕਰਦੇ ਆਏ ਵੱਖ ਵੱਖ ਨਗਰਾਂ ਜਿੱਥੇ ਆਪ ਉੱਥੇ ਬਾਬਾ ਅੰਗਰੇਜ਼ ਸਿੰਘ ਜੀ ਗੁਰਦੁਆਰਾ ਤਿੱਤਰਸਰ ਸਾਹਿਬ ਪਾਤਸ਼ਾਹੀ ਦਾ ਕਦੇ ਬਾਬਾ ਕੇਸਰ ਸਿੰਘ ਜੀ ਲੰਬਾ ਸਮਾਂ ਜਿਨ੍ਹਾਂ ਨੇ ਸੇਵਾ ਕੀਤੀ
ਹੱਥੀਂ ਹਲਵਾ ਕੇ ਜ਼ਮੀਨਾਂ ਵਾਹ ਕੇ ਤੇ ਅਸਥਾਨ ਤਿਆਰ ਕੀਤਾ, ਬੱਚਿਆਂ ਨੂੰ ਪੜ੍ਹਾਇਆ, ਅੱਜ ਵੀ ਬੱਚੇ ਪੜ੍ਹਦੇ। ਸੰਤ ਬਾਬਾ ਕੇਸਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਉੱਥੋਂ ਆਏ ਨੇ ਜਥੇ ਸਮੇਤ, ਵਿਦਿਆਰਥੀਆਂ ਸਮੇਤ, ਆਪ ਵੀ ਵੱਖ ਵੱਖ ਗੁਰੂ ਘਰਾਂ ਦੇ ਗ੍ਰੰਥੀ ਸੰਤ ਮਹੰਤ ਇੱਥੇ ਪਹੁੰਚੇ ਹੋ। ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਪੰਚਾਇਤਾਂ, ਸਿੱਖ ਸੰਗਤਾਂ, ਪਿਆਰ ਨਾਲ ਗੁਰੂ ਦੇ ਚਰਨਾਂ 'ਚ ਧਿਆਨ ਜੋੜੋ। ਗੁਰਮੁਖੋ ਕਿਸੇ ਨੇ ਬਾਂਹ ਨਹੀਂ ਫੜੀ, ਜਦੋਂ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਫਰਿਆਦ ਕੀਤੀ, ਧੋਤੀਆਂ ਲਾਈਆਂ, ਬੋਦੀਆਂ ਲਮਕਦੀਆਂ, ਤੇ ਗਲਾਂ 'ਚ ਪੱਲੂ, ਨੇਤਰਾਂ 'ਚ ਨੀਰ, ਚਿਹਰੇ ਉਤਰੇ ਹੋਏ, ਕਿਉਂਕਿ ਸਭ ਪਾਸਿਓਂ ਜਵਾਬ ਸੀ, ਕਿਸੇ ਬਾਂਹ ਨਹੀਂ ਫੜੀ। ਬੜੇ ਦੇਵੀ ਦੇਵਤੇ, ਪੀਰ ਫਕੀਰ ਮਨਾਏ, ਬੜੇ ਟਲ ਖੜਕਾਏ, ਕੋਈ ਨਹੀਂ, ਗੁਰਮੁਖ ਪਿਆਰਿਓ ਬੌੜਿਆ, ਸੁਖ ਮੈਂ ਆਣ ਬਹੁਤ ਮਿਲ, ਬੈਠ ਤੇ ਰਹਿਤ ਜਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨ ਆਵਤ। ਬਿਪਤਾ ਦਾ ਸਮਾਂ, ਕਸ਼ਮੀਰੀ ਬ੍ਰਾਹਮਣਾ ਪੰਡਤਾਂ, ਔਰੰਗਜ਼ੇਬ ਦਾ ਜ਼ੁਲਮ ਦਾ ਕੁਹਾੜਾ ਚੱਲ ਰਿਹਾ ਸੀ, ਜ਼ਬਰਦਸਤੀ ਧਰਮ ਤਬਦੀਲ ਕਰ ਮੁਸਲਮਾਨ ਬਣਾਇਆ ਜਾ ਰਿਹਾ। ਸਾਰੇ ਧਰਮ ਮੁਬਾਰਕ, ਮੁਸਲਮਾਨ ਭਰਾਵਾਂ ਨੂੰ ਉਹਨਾਂ ਦਾ ਧਰਮ, ਈਸਾਈਆਂ ਨੂੰ ਉਹਨਾਂ ਦਾ, ਹਿੰਦੂ ਬ੍ਰਾਹਮਣਾਂ ਨੂੰ ਉਹਨਾਂ, ਗੁਰੂ ਕੇ ਸਿੱਖਾਂ ਨੂੰ ਆਪਣਾ ਧਰਮ ਮੁਬਾਰਕ। ਅਸੀਂ ਆਪਣੇ ਧਰਮ 'ਚ ਪ੍ਰਪੱਕ ਹੋਣਾ, ਦੂਜੇ ਧਰਮਾਂ ਦਾ ਸਤਿਕਾਰ ਕਰਨਾ। ਸਾਰੇ ਧਰਮ, ਸਾਰੇ ਧਰਮ ਦੁਆਰੇ ਧਰਮ ਗ੍ਰੰਥ ਸਤਿਕਾਰ ਯੋਗ ਨੇ। ਸਾਡੇ ਗੁਰੂ ਨੇ ਕਿਸੇ ਨੂੰ ਮਾੜਾ ਨਹੀਂ ਆਖਿਆ। ਵੱਖ ਵੱਖ ਧਰਮ ਸਥਾਨਾਂ ਤੇ ਗਏ, ਗੁਰੂ ਨਾਨਕ ਸਾਹਿਬ ਹਰ ਕੀ ਪੌੜੀ ਹਰਿਦੁਆਰ ਗਏ, ਗੰਗਾ ਬਨਾਰਸ ਗਏ, ਗੜ੍ਹ ਬਗਦਾਦ ਮੁਲਤਾਨ ਦੀ ਧਰਤੀ ਤੇ ਗਏ, ਮੱਕਾ ਮਦੀਨਾ ਗਏ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸੱਚੇ ਧਰਮੀ ਬਣਨ ਦਾ ਉਪਦੇਸ਼ ਦਿੱਤਾ, ਧਰਮ ਨੂੰ ਨਹੀਂ ਦਿੰਦੇ, ਧਰਮੀ ਬਣਨਾ ਸਿੱਖ ਤੇ ਜੇ ਧਰਮੀ ਨਹੀਂ, ਕੇਵਲ ਦਿਖਾਵਾ ਹੀ ਆ ਧਰਮ ਦਾ, ਤੇ ਫਿਰ ਬਾਬੇ ਨੇ ਕਹਿ ਦਿੱਤਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਸੋਭੇ ਅਮਲਾਂ ਬਾਜੋ ਦੋਨੋਂ। ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਭਾਈ ਗੁਰਦਾਸ ਜੀ ਕਹਿੰਦੇ, ਪੁੱਛਣ ਗੱਲ ਈਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਸ਼ਰ੍ਹਾਂ ਦੀ ਕਿਤਾਬ ਖੋਲ, ਕਹਿੰਦੇ ਦੱਸ ਬਾਬਾ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਫਿਰ ਮੇਰੇ ਸਤਿਗੁਰ ਬਾਬੇ ਨਾਨਕ ਨੇ ਕੀ ਆਖਿਆ, ਬਾਬਾ ਆਖੇ ਹਾਜੀਆਂ, ਸੋਭੇ ਅਮਲਾਂ ਬਾਜੋ ਦੋਨੋਂ ਰੋਏ, ਹਿੰਦੂ ਅਤੇ ਮੁਸਲਮਾਨ ਦਰਗਾਹ ਅੰਦਰ ਲੈਣ ਨਾ ਢੋਏ, ਕੇਵਲ ਦਿਖਾਵੇ ਦਾ ਧਰਮ ਪ੍ਰਵਾਨ ਨਹੀਂ ਕੀਤਾ। ਤੇ ਮੈਂ ਬੇਨਤੀ ਕਰਾਂ ਗੁਰਮੁਖੋ, ਜੇ ਅੱਜ ਅਸੀਂ ਦਿਖਾਵੇ ਦੀ ਸਿੱਖੀ ਪਹਿਨਾਂਗੇ ਨਾ, ਤੇ ਜੇ ਬਾਬੇ ਨੇ ਉਹਨਾਂ ਨੂੰ ਕਹਿ ਦਿੱਤਾ ਦਿਖਾਵੇ ਦੇ ਹਿੰਦੂ ਮੁਸਲਮਾਨ ਪ੍ਰਵਾਨ ਨਹੀਂ, ਉਦੋਂ ਸਿੱਖੀ ਦੀ ਸ਼ੁਰੂਆਤ ਸੀ ਤੇ ਸਿੱਖ ਤਿਆਰ ਬਰ ਤਿਆਰ ਸੀ। ਅੱਜ 550 ਸਾਲ ਦੀ ਗੱਲ ਹੋ ਗਈ ਗੁਰਮੁਖ ਪਿਆਰਿਓ, ਕੁਝ ਗਿਰਾਵਟਾਂ, ਕੁਝ ਹੁਣ ਤਾਈਆਂ ਮਿਲਾਵਟਾਂ ਆਈਆਂ, ਗੁਰੂ ਤੋਂ ਟੁੱਟ ਕੇ, ਬਾਣੀ ਤੋਂ ਟੁੱਟ ਕੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ, ਹਾਲਾਤ ਐਸੇ ਬਣੇ। ਤੇ ਜੇ ਕਿਤੇ ਅੱਜ ਗੁਰੂ ਨਾਨਕ ਸਾਹਿਬ ਨੇ ਕਹਿਣਾ ਹੋਵੇ ਤੇ ਅੱਜ ਕਹਿਣਾ, ਬਾਬਾ ਆ ਕੇ ਹਾਜੀਆਂ, ਸੋਭੇ ਅਮਲਾਂ ਬਾਜੋ ਤਿੰਨੋਂ ਹੀ ਰੋਈ, ਗਿਣਤੀ ਆਪਣੀ ਵਿੱਚ ਆਉਣੀ ਫਿਰ, ਅੱਜ ਦੋਵਾਂ ਦੀ ਗੱਲ ਨੀ ਤਿੰਨਾਂ ਦੀ ਆਓ, ਜੋ ਅੱਜ ਹਾਲਾਤ ਤੁਹਾਡੇ ਸਾਹਮਣੇ ਗੁਰਮੁਖ ਪਿਆਰਿਓ, ਸਭ ਕੁਝ ਉਹ ਵਰਤਾਰਾ ਵਰਤ ਰਿਹਾ ਤੁਸੀਂ ਦੇਖ ਰਹੇ, ਅਬ ਸਾਰਾ ਕੁਝ ਜੇ ਦਿਖਾਵਾ ਹੀ ਆ ਕੇਵਲ, ਦਿਖਾਵੇ ਦੀ ਸਿੱਖੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ, ਰਹੋ ਵਿਚਾਰ, ਸਤਿਗੁਰੂ ਨੇ ਕਹਿ ਦਿੱਤਾ ਸੀ ਦਿਖਾਵੇ ਨੂੰ ਪ੍ਰਵਾਨ ਸੀ।
ਧਰਮ ਨੂੰ ਕਿਸੇ ਨੂੰ ਮਾੜਾ ਨਹੀਂ ਆਖਿਆ, ਨਾ ਕਿਸੇ ਧਰਮੀ, ਹਰੇਕ ਨੂੰ ਧਰਮੀ ਬਣਨਾ ਸਿਖਾਇਆ। ਮੁਸਲਮਾਨ ਨੂੰ ਆਖਿਆ ਮੁਸਲਮਾਨ ਮੋਮ ਦੇ ਲੋਕ ਸੱਚਾ ਮੁਸਲਮਾਨ ਬਣ। ਬ੍ਰਾਹਮਣ ਨੂੰ ਆਖਿਆ ਸੋਈ ਬ੍ਰਾਹਮਣ ਜੋ ਬਿੰਦਾ ਬ੍ਰਹਮ, ਬ੍ਰਹਮ ਉਹੀ ਆ, ਬ੍ਰਾਹਮਣ ਉਹੀ ਜਿਹੜਾ ਬ੍ਰਹਮ ਨੂੰ ਬਿੰਦਦਾ, ਬ੍ਰਹਮ ਨੂੰ ਜਾਣਦਾ, ਜਿਹਦੇ ਕੋਲ ਬ੍ਰਹਮ ਵਰਗਾ ਮਨ ਆ, ਬ੍ਰਹਮ ਵਰਗੀ ਵਿਚਾਰ ਆ, ਉਹੀ ਬ੍ਰਾਹਮਣ। ਕੇਵਲ ਧੋਤੀ ਟਿੱਕਾ ਬੋਧੀ ਜਨੇਊ ਇਹੀ ਕਦੇ ਬ੍ਰਾਹਮਣ ਦੀ ਨਿਸ਼ਾਨੀ ਨਹੀਂ, ਇਹ ਦਿਖਾਵਾ। ਤੇ ਗੁਰਮੁਖ ਪਿਆਰਿਓ, ਸਤਿਗੁਰ ਸੱਜੇ ਪਾਤਸ਼ਾਹ ਮਹਾਰਾਜ ਨੇ ਕਿਸੇ ਧਰਮ ਨੂੰ ਮਾੜਾ ਨਹੀਂ ਆਖਿਆ, ਧਰਮੀ ਬਣਨਾ ਸਿਖਾਇਆ ਮੇਰੇ ਸਤਿਗੁਰ ਸੱਜੇ ਪਾਤਸ਼ਾਹ ਨੇ। ਜਦੋਂ ਆਏ ਸਤਿਗੁਰ ਦੇ ਸਾਹਮਣੇ ਆਖਿਆ ਧਰਮ ਖਤਰੇ ਚ ਆ, ਸਾਡੀ ਬਾਂਹ ਫੜੋ, ਆਕਾਸ਼ਵਾਣੀ ਹੋਈ ਸਾਨੂੰ ਆਪਣੇ ਭਗਵਾਨ ਦੇ ਮੰਦਿਰ ਚ, ਹੁਣ ਹੋਰ ਕੋਈ ਨਹੀਂ। ਮੇਰੇ ਸਤਿਗੁਰੂ ਤੇਗ ਬਹਾਦਰ ਸਾਹਿਬ ਗੰਭੀਰ ਮੁਦਰਾ ਚ ਚਲੇ ਗਏ, ਸੋਚ ਰਹੇ ਇਹਨਾਂ ਦਾ ਧਰਮ ਕਿਵੇਂ ਬਚਾਉਣਾ, ਕਿਵੇਂ ਜ਼ਾਬਰ ਦੇ ਜ਼ੁਲਮ ਦਾ ਵਿਰੋਧ ਕਰਨਾ। ਤੇ ਖਿਆਲ ਕਰਿਓ ਗੁਰਮੁਖੋ, ਬਾਲ ਗੁਰੂ ਗੋਬਿੰਦ ਰਾਏ ਆਪਣੇ ਹਾਣੀਆਂ ਨਾਲ, ਬੱਚਿਆਂ ਨਾਲ ਖੇਡਦੇ ਮਹਿਲਾਂ ਵਿੱਚ ਆਏ, ਜਾ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਬਹਿ ਗਏ। ਬਾਪੂ ਦੀ, ਪਿਤਾ ਦੀ ਗੋਦ ਵਿੱਚ ਬੱਚਾ ਬਹਿ ਸਕਦਾ, ਬੱਚੇ ਦਾ ਹੱਕ ਆ। ਕੌਣ ਖੜਾ, ਕੌਣ ਆਇਆ, ਕੀ ਹਾਲਾਤ ਆ, ਜਗ੍ਹਾ ਕੀ ਆ, ਬੱਚੇ ਨੂੰ ਉਸ ਨਾਲ ਮਤਲਬ ਨਹੀਂ। ਆਪਣੇ ਪਿਤਾ ਦੀ, ਬਾਪੂ ਦੀ ਗੋਦ ਵਿੱਚ ਹੱਕ ਆ ਬਾਲਕ ਦਾ। ਬਾਲ ਗੋਬਿੰਦ ਰਾਏ ਆਪ ਬੈਠੇ ਸਤਿਗੁਰ ਗੰਭੀਰ ਮੁਦਰਾ, ਤੇ ਸਾਹਮਣੇ ਕਸ਼ਮੀਰੀ ਬ੍ਰਾਹਮਣ, ਚਿਹਰੇ ਉਤਰੇ ਹੋਏ ਆ, ਨੇਤਰਾਂ ਚ ਨੀਰ ਆ, ਗਲਾਂ ਚ ਪੱਲੂ, ਹੱਥ ਜੁੜੇ, ਫਰਿਆਦ ਆ ਕਿ ਸੱਚੇ ਪਾਤਸ਼ਾਹ ਸਾਡਾ ਧਰਮ ਬਚਾਓ। ਤੇ ਬਾਲ ਗੋਬਿੰਦ ਰਾਏ ਨੇ ਪੁੱਛਿਆ, ਪਿਤਾ ਜੀ, ਗੁਰਦੇਵ ਪਿਤਾ ਇਹ ਕੌਣ ਨੇ, ਪਹਿਲੀ ਵਾਰ ਦੇਖੇ ਆ। ਕਸ਼ਮੀਰੀ ਪੰਡਿਤ, ਕਸ਼ਮੀਰੀ ਬ੍ਰਾਹਮਣ ਸਨ ਉਹ, ਤੇ ਸਤਿਗੁਰ ਕਹਿੰਦੇ ਪੁੱਤਰਾ ਇਹ ਕਸ਼ਮੀਰੀ ਬ੍ਰਾਹਮਣ। ਤੇ ਬਾਲ ਗੋਬਿੰਦ ਰਾਏ ਨੇ ਆਖਿਆ, ਪਿਤਾ ਜੀ ਉਦਾਸ ਕਿਉਂ ਨੇ, ਇਹਨਾਂ ਦੇ ਚਿਹਰੇ ਕਿਉਂ ਉਤਰੇ ਆ, ਬੜੀ ਆਜਜੀ ਨਾਲ ਖੜੇ ਆ, ਨੇਤਰਾਂ ਚ ਨੀਰ, ਹੰਝੂ ਵਗ ਰਹੇ ਆ, ਗਲਾਂ ਚ ਪੱਲੂ ਆ, ਇਹ ਬ੍ਰਾਹਮਣ ਕਸ਼ਮੀਰੀ ਪੰਡਿਤ ਉਦਾਸ ਕਿਉਂ ਨੇ। ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਪੁੱਤਰਾ ਇਹਨਾਂ ਦਾ ਧਰਮ ਖਤਰੇ ਚ ਆ, ਇਹਨਾਂ ਦੀ ਜਾਨ ਖਤਰੇ ਚ ਆ, ਧਰਮ ਖਤਰੇ ਚ ਆ। ਤੇ ਬਾਲ ਗੋਬਿੰਦ ਰਾਏ ਨੇ ਆਖਿਆ, ਪਿਤਾ ਜੀ ਫਿਰ ਇਹਨਾਂ ਦਾ ਧਰਮ ਬਚ ਕਿਵੇਂ ਸਕਦਾ, ਕਿਵੇਂ ਬਚੂ ਇਹਨਾਂ ਦਾ ਧਰਮ। ਤੇ ਜਵਾਬ ਮਿਲਿਆ, ਪੁੱਤਰਾ ਕਿਸੇ ਮਹਾਨ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਆ, ਕੋਈ ਮਹਾਨ ਮਹਾਂਪੁਰਖ ਇਹਨਾਂ ਦੀ ਬਾਂਹ ਫੜ ਲੈ ਤੇ ਬਚ ਸਕਦਾ ਨਹੀਂ, ਤੇ ਅੱਜ ਧੋਤੀ ਤੇ ਟਿੱਕਾ ਟੋਪੀ ਤੇ ਜਨੇਊ ਅੱਜ ਬਚਦਾ ਨਹੀਂ। ਔਰੰਗਜ਼ੇਬ ਨੇ ਕੁਹਾੜਾ ਚੁੱਕਿਆ ਜ਼ੁਲਮ ਦਾ, ਜ਼ਬਰਦਸਤੀ ਇਹਨਾਂ ਨੂੰ ਧਰਮ ਤਬਦੀਲ ਕਰਵਾ ਰਿਹਾ, ਜਨੇਊ ਲਾ ਰਿਹਾ, ਕਲਮਾ ਪੜ੍ਹਾ ਰਿਹਾ। ਤੇ ਬਾਲ ਗੋਬਿੰਦ ਰਾਏ ਨੇ ਆਖਿਆ, ਗੁਰਦੇਵ ਪਿਤਾ ਫਿਰ ਤੁਹਾਡੇ ਤੋਂ ਵੱਡਾ ਐਸ ਅੱਜ ਦੇ ਸਮੇਂ ਦੇ ਵਿੱਚ ਹੋਰ ਗੁਰੂ ਮਹਾਂਪੁਰਖ ਕੌਣ ਹੋਵੇਗਾ। ਅੱਜ ਦੇ ਸਮੇਂ 'ਚ ਤੁਹਾਡੇ ਤੋਂ ਵੱਡਾ ਮਹਾਤਮਾ ਮਹਾਂਪੁਰਖ ਲੱਭਿਆ ਲੱਭਣਾ ਨਹੀਂ, ਤੁਹਾਡੇ ਤੋਂ ਵੱਡਾ ਕੌਣ ਹੈ। ਕਲਯੁਗ ਦੇ ਅੰਦਰ ਗੁਰੂ ਨਾਨਕ ਦਾ ਨੌਵਾਂ ਜਾਮਾ, ਮਹਾਰਾਜ
ਜਿਹਨਾਂ ਦਾ ਧਰਮ ਕਿਸੇ ਮਹਾਨ ਮਹਾਂਪੁਰਖ ਦੇ ਬਲੀਦਾਨ ਨਾਲ ਬਚਦਾ, ਲੋੜ ਉਹਨਾਂ ਦੀ ਬਾਂਹ ਫੜੇ ਤੇ ਫਿਰ ਤੁਹਾਡੇ ਤੋਂ ਵੱਡਾ ਕੌਣ? ਫੜੋ ਬਾਂਹ ਇਹਨਾਂ ਦੀ, ਆਖਿਆ ਪੁੱਤਰਾ ਬਲੀਦਾਨ ਦੇਣਾ ਪੈਣਾ ਤੇ ਦਿਓ ਬਲੀਦਾਨ, ਬਚਾਓ ਧਰਮ ਇਹਨਾਂ ਦਾ। ਆਖਿਆ ਪੁੱਤਰਾ ਸੋਚ ਲਾ, ਜਿਹੜੇ ਬਚਨ ਕਹਿ ਰਿਹਾ ਮੇਰੇ ਬਲੀਦਾਨ ਦਾ ਮਤਲਬ ਆ ਤੇਰੇ ਸਿਰ ਤੋਂ ਬਾਪ ਦਾ ਛਾਇਆ ਉੱਠ ਜਾਊਗਾ, ਜ਼ਤੀਮ ਹੋ ਜਾਵੇਗਾ, ਮਾਂ ਵਿਧਵਾ ਹੋ ਜਾਊ। ਤੇ ਬਾਲ ਗੁਰੂ ਗੋਬਿੰਦ ਰਾਏ ਹੁਣ ਹਾਰ ਬਿਰਵਾਨ ਕੇ ਚਿਕਣੇ ਚਿਕਣੇ ਪਾਤ, ਜਿਨ੍ਹਾਂ ਦੇ ਬਖਸ਼ਾਂ ਧੁਰ ਦਰਗਾਹੋਂ ਤੇ ਰਹਿਬਰ ਗੁਰਮੁਖ ਪਿਆਰੇ, ਇੱਥੇ ਤੇ ਜਿਹੜਾ ਸਤਿਗੁਰ ਦੀ ਬਖਸ਼ਿਸ਼ ਵਾਲਾ ਉਹ ਵੱਖਰਾ ਨਜ਼ਾਰਾ ਹੁੰਦਾ ਤੇ ਤੇ ਆਪ ਸਤਿਗੁਰ ਆਪ ਪਰਮਾਤਮਾ ਸਰੂਪ ਬਾਲ ਗੋਬਿੰਦ ਰਾਏ ਜਵਾਬ ਕੀ ਦਿੱਤਾ? ਆਖਿਆ ਪਿਤਾ ਜੀ ਇਹਨਾਂ ਦਾ ਧਰਮ ਬਚਾਓ, ਜੇ ਔਰੰਗਜ਼ੇਬ ਜ਼ੁਲਮ ਕਰ ਰਿਹਾ ਇਹਨਾਂ ਨੂੰ ਜ਼ਬਰਦਸਤੀ ਧਰਮ ਤਬਦੀਲ ਕਰ ਰਿਹਾ ਇਹਨਾਂ ਦਾ, ਬਾਂ ਫੜੋ ਦਿਓ ਬਲੀਦਾਨ ਇਹਨਾਂ ਪੁੱਤਰਾ ਜਤੀਮ ਹੋ ਜਾਵੇ। ਆਖਿਆ ਸੱਚੇ ਪਾਤਸ਼ਾਹ ਬਾਲ ਗੋਬਿੰਦ ਰਾਏ ਨੇ, ਗੁਰਦੇਵ ਪਿਤਾ ਮੈਂ ਕੱਲਾ ਜਤੀਮ ਹੋ ਜਾਵਾਂਗਾ, ਇਹ ਦੁੱਖ ਮੈਂ ਜਰ ਲਵਾਂਗਾ, ਇਹ ਦੁੱਖ ਓਡਾ ਵੱਡਾ ਨਹੀਂ ਛੋਟਾ ਦੁੱਖ ਆ, ਮੈਂ ਕੱਲਾ ਜਤੀਮ ਹੋ ਜਾਵਾਂਗਾ, ਮੈਂ ਇਹ ਦੁੱਖ ਜਰ ਲਵਾਂਗਾ, ਪਰ ਆ ਭਾਰਤ ਵਰਸ਼ ਦੇ ਲੱਖਾਂ ਤੇ ਕਰੋੜਾਂ ਹਿੰਦੂਆਂ ਦੇ ਬੱਚੇ ਮੈਂ ਜਤੀਮ ਹੁੰਦੇ ਵੇਖ ਨਹੀਂ ਸਕਦਾ। ਗੱਜ ਕੇ ਆਖੋ ਸਤਨਾ, ਇੱਕ ਵਾਰ ਫਿਰ ਗੱਜ ਕੇ ਆਖੋ ਸਤਨਾ। ਏਡਾ ਵੱਡਾ ਪਰਉਪਕਾਰ, ਏਡੀ ਵੱਡੀ ਭਾਵਨਾ, ਏਡਾ ਵੱਡਾ ਬਲੀਦਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ ਤੇ ਹੈ, ਬਲੀਦਾਨ ਦੀ ਗੱਲ ਗੁਰੂ ਬਾਲ ਗੋਬਿੰਦ ਰਾਏ ਦਾ ਬਲੀਦਾਨ ਦੇਖੋ ਬਚਪਨ ਚ। ਸੱਚੇ ਪਾਤਸ਼ਾਹ ਕਹਿੰਦੇ ਪਿਤਾ ਜੀ ਮੈਂ ਕੱਲਾ ਜਤੀਮ ਹੋਵਾਂਗਾ, ਦੁੱਖ ਜਰ ਲਵਾਂਗਾ, ਲੱਖਾਂ ਤੇ ਕਰੋੜਾਂ ਭਾਰਤ ਵਰਸ਼ ਦੇ ਬੱਚਿਆਂ ਨੂੰ ਜਤੀਮ ਹੁੰਦੇ ਵੇਖ ਨਹੀਂ ਸਕਦਾ। ਆਖਿਆ ਪੁੱਤਰਾ ਮਾਂ ਵਿਧਵਾ ਹੋ ਜਾਊ, ਤੇ ਆਖਿਆ ਪਿਤਾ ਜੀ ਮੇਰੀ ਮਾਂ ਵਿਧਵਾ ਹੋਵੇ ਦੁੱਖ ਜਰ ਲਵਾਂਗਾ, ਪਰ ਭਾਰਤ ਵਰਸ਼ ਦੀਆਂ ਲੱਖਾਂ ਤੇ ਕਰੋੜਾਂ ਔਰਤਾਂ ਨੂੰ ਵਿਧਵਾ ਹੁੰਦੇ ਮੈਂ ਵੇਖ ਨਹੀਂ ਸਕਦਾ, ਦੁੱਖ ਜਰ ਨਹੀਂ ਸਕਦਾ। 9 ਸਾਲ ਦੇ ਕਰੀਬ ਉਮਰ ਕੋਈ ਉਮਰ ਗੁਰਮੁਖ ਪਿਆਰੇ ਜਬ ਹਮ ਧਰਮ ਕਰਮ ਮੂੰਹ ਆਏ ਦੇਵ ਲੋਕ ਤਾਂ ਪਿਤਾ ਸਦਾ। ਬਚਪਨਾ ਹੀ ਗੁਰਮੁਖ ਪਿਆਰਿਓ ਦੇਖੋ ਧਰਮ ਕਰਮ ਦੀ ਗੱਲ ਸੁਰਤ ਸੰਭਲਦੇ ਹੈ, ਅਜੇ ਹੱਸਣ ਖੇਡਣ ਮੱਲਣ ਦੀ ਉਮਰ, ਪਰ ਆਖਿਆ ਪਿਤਾ ਜੇ ਦੁੱਖ ਜਰ ਲਵਾਂਗਾ, ਆਪ ਜਤੀਮ ਹੋਣ ਦਾ ਦੁੱਖ ਜਰ ਲਵਾਂਗਾ, ਮਾਂ ਦੇ ਵਿਧਵਾ ਹੋਣ ਦਾ, ਪਰ ਲੱਖਾਂ ਤੇ ਕਰੋੜਾਂ ਭਾਰਤ ਵਰਸ਼ ਦੇ ਲੋਕ ਭਾਰਤ ਵਰਸ਼ ਦੀਆਂ ਔਰਤਾਂ ਵਿਧਵਾ ਹੁੰਦੀਆਂ ਮੈਂ ਦੇਖ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲ ਉਮਰ ਬਚਪਨ ਚ ਪਿਤਾ, ਜਵਾਨ ਹੋਏ ਤੇ ਪੁੱਤਰ, ਮਾਤਾ ਸਰਬੰਸ ਵਾਰਿਆ ਤੇ ਇਤਿਹਾਸਕਾਰਾਂ ਕੀ ਆਖਿਆ ਤੁਸੀਂ ਪੜ੍ਹਦੇ ਸੁਣਦੇ ਹੋ। ਮੇਰੇ ਸਤਿਗੁਰ ਨੇ ਆਖਿਆ ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, 4 ਪੁੱਤਰ ਸੀ ਬਖਸ਼ੇ ਪਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਉਹ ਮੈਨੂੰ ਮਤ ਸ਼ੈਣ ਸਾ ਤੁਸੀਂ ਕਹੋ ਸਿੰਘੋ ਕਿਸ਼ਤਾਂ ਨਾਲ ਤੇ ਕਰਜ ਉਤਾਰਿਆ ਮੈਂ। ਗੱਜ ਕੇ ਆਖੋ ਸਤਨਾ। ਬਾਲ ਗੋਬਿੰਦ ਰਾਏ ਅੱਜ ਕੀ ਬਚਨ ਕਹਿ ਦੇ?
ਆ ਕਿਹਾ ਪਿਤਾ ਜੀ ਦਿਓ ਬਲੀਦਾਨ। ਬਚਪਨ ਚ ਪਿਤਾ ਦਾ, ਜਦੋਂ ਪੁੱਤਰ ਸੀ ਪਿਤਾ ਦਾ ਬਲੀਦਾਨ, ਜਦੋਂ ਪਿਤਾ ਬਣੇ ਪੁੱਤਰਾਂ ਦਾ ਬਲੀਦਾਨ। ਹੱਥੀਂ ਤੋਰਿਆ ਜੀਤ ਤੇ ਜੁਝਾਰ ਨੂੰ ਸਭ ਜਾਦਿਆਂ ਨੂੰ, ਤੇ ਦੇਖੋ ਕੀ ਆਖਿਆ, ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਵੀਰਾਨ ਹੋ ਗਏ। ਹੱਥੀਂ ਛਾਂ ਕੀਤੀ ਲੱਖਾਂ ਬੱਚਿਆਂ ਨੂੰ, ਭਾਵੇਂ ਆਪਣੇ ਚਾਰੇ ਕੁਰਬਾਨ ਹੋ। ਹੱਥੀਂ ਛਾਂ ਕੀਤੀ ਲੱਖਾਂ ਬੱਚਿਆਂ ਨੂੰ, ਭਾਰਤ ਵਰਸ਼ ਦੇ ਲੱਖਾਂ ਤੇ ਕਰੋੜਾਂ ਬੱਚਿਆਂ ਨੂੰ ਪਿਤਾ ਦਾ ਬਲੀਦਾਨ ਦੇ। ਹੋਰਾਂ ਦੀਆਂ ਬਹਾਰਾਂ ਨਹੀਂ ਸੜਨ ਦਿੱਤੀਆਂ ਆਪਣੇ ਬਾਗ ਵੀਰਾਨ ਕਰ। ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਵੀਰਾਨ ਹੋ ਗਏ। ਹੱਥੀਂ ਛਾਂ ਕੀਤੀ ਲੱਖਾਂ ਬੱਚਿਆਂ ਨੂੰ, ਭਾਵੇਂ ਆਪਣੇ ਚਾਰੇ ਕੁਰਬਾਨ। ਉਹ ਬਾਲ ਗੁਰੂ ਗੋਬਿੰਦ ਰਾਏ ਤੇ ਉਹ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ, ਪਿਤਾ ਪੁੱਤਰਾਂ ਦੇ ਦਾਨ ਕੌਣ ਕਰ ਸਕਦਾ ਜੀ। ਕੋਈ ਪੁਸ਼ਾਕ ਪਾ ਕੇ, ਕਲਗੀ ਲਾ ਕੇ, ਸਰਬਤ ਦਾ ਕੜਾਹਾ ਘੋਲ ਕੇ ਰੀਸ ਗੁਰੂ ਗੋਬਿੰਦ ਸਿੰਘ ਦੀ ਨਹੀਂ, ਗੁਰਮੁਖ ਪਿਆਰਿਓ ਚਾਰ ਰੂਹ ਅਫਜੇ ਦੀਆਂ ਬੋਤਲਾਂ ਖੰਡ ਦੀ ਬੋਰੀ ਘੋਲ ਕੇ ਮੇਰੇ ਅਰਗਾ ਕਹੇ ਵੀ ਅੰਮ੍ਰਿਤ ਤਿਆਰ ਹੋ ਗਿਆ, ਜਾਂ ਮੈਂ ਗੁਰੂ ਗੋਬਿੰਦ ਸਿੰਘ ਨਹੀਂ ਗੁਰਮੁਖ ਪਿਆਰਿਓ। ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ, ਪਰ ਗੁਰੂ ਗੋਬਿੰਦ ਸਿੰਘ ਦੀ ਰੀਸ ਕਰੇ ਕਿਹੜਾ, ਨਹੀਂ ਕਰ ਸਕਦਾ ਕੋਈ ਗੁਰਮੁਖ ਪਿਆਰਿਓ। ਗੁਰੂ ਗੋਬਿੰਦ ਸਿੰਘ, ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ, ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ। ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਦੇਖੋ, ਕੁਰਬਾਨੀਆਂ, ਅਸੀਂ ਕੁਰਬਾਨੀਆਂ ਇਤਿਹਾਸ ਪ੍ਰਾਪਤੀਆਂ ਵੱਲ ਘੱਟ ਦੇਖਦੇ। ਗੁਰਮੁਖ ਪਿਆਰਿਓ, ਕਿਤੇ ਕੋਈ ਲੋਸ ਦੀ ਗੱਲ ਹੋਵੇ, ਨੁਕਸਾਨ, ਉਧਰ ਨੂੰ ਜ਼ਿਆਦਾ ਧਿਆਨ। ਜਾਂ ਸਾਡੀ ਬਿਰਤੀ ਐਸੀ ਹੋ ਗਈ ਗੁਰਮੁਖ ਪਿਆਰਿਓ, ਅਸੀਂ ਕੀੜੀ ਵਾਲੀ ਬਿਰਤੀ, ਕੀੜੀ ਸੁਰਾਖ, ਸੀਸ ਮਹਿਲ ਚ ਵੀ ਕੀੜੀ ਵਾਰ ਦੋ ਨਾ, ਮਖਮਲੀ ਸੇਜਾਂ ਕੱਚ ਦੇ ਦਰਵਾਜ਼ੇ ਲੱਗੇ, ਉਹਨੂੰ ਕੋਈ ਮਤਲਬ ਨਹੀਂ ਹੈ। ਸੰਗੇ ਮਰਮਰ ਲੱਗਾ, ਕੋਈ ਮਤਲਬ ਨਹੀਂ ਉਸ ਨੂੰ, ਕੋਈ ਮਤਲਬ ਨਹੀਂ ਕੀੜੀ ਨੂੰ। ਉਹ ਤੇ ਸੁਰਾਖ ਭਾਲਦੀ ਹੈ ਕਿ ਕਿੱਥੇ ਮਿਲੇ ਜਿਹਦੇ ਚ ਮੈਂ ਵੜ ਜਾ ਸੁਰਾਖ। ਗੁਰਮੁਖ ਪਿਆਰੇ ਬਿਰਤੀ ਹੈ, ਗੁਰੂਆਂ ਦਾ ਇਤਿਹਾਸ, ਪ੍ਰਾਪਤੀਆਂ, ਕੁਰਬਾਨੀਆਂ, ਉਧਰ ਨੂੰ ਨਿਗਾਹ ਗੁਰਮੁਖ ਪਿਆਰਿਓ ਕਰੀਏ। ਕੌਣ ਕਰ ਸਕਦਾ ਰੀਸ ਉਹਨਾਂ ਦੀ, ਕੋਈ ਸਰਬਤ ਦਾ ਕੜਾਹਾ ਘੋਲ, ਕੋਈ ਕਲਗੀ ਲਾ, ਕੋਈ ਪੁਸ਼ਾਕਾਂ ਪਾ, ਕੋਈ ਧੂਣੀਆਂ ਤਾਂ, ਕੋਈ ਭੇਖ ਦਿਖਾਵਾ, ਕੋਈ ਗੋਬਿੰਦ ਸਿੰਘ ਨਾਂ ਰਖਾ ਕੇ ਰੀਸ ਕਰ ਲੂਗਾ। ਅੱਜ ਗੋਬਿੰਦ ਸਿੰਘ ਨਾਂ ਬਹੁਤ ਲੋਕਾਂ ਦੇ, ਨਾਨਕ ਨਾਂ ਬੜੇ ਲੋਕਾਂ ਦੇ, ਕੋਈ ਨਾਨਕ ਨਾਲ ਰੱਖ ਕੇ ਤੇ ਨਾਨਕ ਦੀ ਰੀਸ ਕਰ ਲਓ। ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਦੀ ਰੀਸ ਕੋਈ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਅਵਤਾਰ ਨਹੀਂ ਕਰ ਸਕਦੇ। ਉਹ ਬਾਲ ਗੁਰੂ ਗੋਬਿੰਦ ਰਾਏ ਅੱਜ ਆਖਿਆ, ਪਿਤਾ ਜੀ ਤੁਹਾਡੇ ਬਿਨਾਂ ਕੌਣ ਇਹਨਾਂ ਦੀ ਬਾਂਹ ਫੜੂ, ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਖ ਹੋਊਗਾ। ਧਰਮ ਬਚਾਓ ਤਾਂ ਹੀ ਦੁਨੀਆਂ ਦੇ ਵਿਦਵਾਨਾਂ ਆਖਿਆ, ਐਸਾ ਸਤਿਗੁਰ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ, ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ। ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ ਰਸਨਾ ਸਫਲੀ ਕਰਿਓ, ਗੁਰੂ ਦੀ ਵਡਿਆਈ ਦੇ ਅੰਦਰ ਕੋਈ ਰਸਨਾ ਵਾਂਝੀ ਨਾ ਰਹੇ। ਨਾ ਕੋਈ ਹੋਇਆ ਤੇ ਨਾ ਕੋਈ ਹੋਇਆ, ਗੁਰੂ ਦਾ ਜਸ਼ ਵਰਗਾ ਹੋਇਆ ਤੇ ਨਾ ਕੋਈ ਹੋਣਾ, ਗੁਰੂ ਦਾ ਜਸ਼ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਦਾ ਜਸ਼ ਵਰਗਾ।
ਗੁਰੂ ਦਾ ਸੁਮੇਸ਼ ਵਰ ਸੈਂਕੜੇ ਧੂਣੀਆਂ ਤਾਈ ਫਿਰਦੇ ਪਰ ਗੁਰੂ ਗੋਬਿੰਦ ਸਿੰਘ ਦੀ ਰੀਸ ਕਰੇ ਕਿਹੜਾ, ਕੌਣ ਰੀਸ ਕਰ ਸਕਦਾ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਏਡੇ ਵੱਡੇ ਪਰ ਪਕਾਰ ਬਚਪਨ ਚ ਆਖਿਆ ਪਿਤਾ ਜੀ ਬਚਾਓ ਇਹਨਾਂ ਦਾ ਧਰਮ, ਦਿਓ ਬਲੀਦਾਨ, ਦਿਓ ਕੁਰਬਾਨੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਪਨ ਚ ਪਿਤਾ ਤੋਰੇ, ਜਦੋਂ ਪੁੱਤਰ ਸੀ ਪਿਤਾ ਤੋਰਿਆ, ਕੁਰਬਾਨੀ ਲਈ ਜਦੋਂ ਪਿਤਾ ਬਣੇ ਤੇ ਪੁੱਤਰ ਤੋੜ ਦਿੱਤੇ, ਐਸਾ ਇਤਿਹਾਸ ਤੇ ਉਹਨਾਂ ਦੀਆਂ ਕੁਰਬਾਨੀਆਂ ਦੀਆਂ ਪ੍ਰਾਪਤੀਆਂ ਅੱਜ। ਪਰ ਜੇ ਬਿਰਤੀ ਕੀੜੀ ਵਰਗੀ ਹੋਵੇ ਨਾ, ਫਿਰ ਨਹੀਂ ਗੁਰਮੁਖ ਪਿਆਰਿਓ ਦਿਸਦਾ ਕੁਝ। ਫਿਰ ਤੇ ਬਹੁਤ ਲੋਕ ਉਦੋਂ ਵੀ ਸੀ ਜਿਹਨਾਂ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ, ਕਹਿੰਦੇ ਗੁਰੂ ਨੇ ਤੇ ਆਪਣਾ ਘਰ ਬਾਹਰ ਲੁਟਾ ਤਾ, ਆਪ ਤੇ ਉਜੜਿਆ, ਸਾਨੂੰ ਵੀ ਉਜਾੜੂਗਾ, ਹਕੂਮਤ ਪਿੱਛੇ ਲੱਗੀ ਆ, ਮੁਗਲ ਸਰਕਾਰ ਆ। ਘਰਾਂ ਦੇ ਦਰਵਾਜ਼ੇ ਬੰਦ ਕਰ ਲਏ ਸੀ, ਆਪਣਿਆਂ ਨੇ ਬਦਾਵਾ ਵੀ ਦੇ ਗਏ ਸਨ। ਤੇ ਗੁਰਮੁਖ ਪਿਆਰੇ ਤੇ ਵੱਖਰੀ ਗੱਲ, ਜਿਹਨਾਂ ਸੇਵਾ ਕਮਾਈ ਭਾਈ ਨਬੀ ਖਾਂ ਗਣੀ ਖਾਂ ਵਰਗੇ, ਜਿਹੜੇ ਗੁਰੂ ਦੇ ਪੁੱਤਰ ਬਣੇ ਮੁਸਲਮਾਨ, ਪਲੰਗਾ ਚੱਕ ਲਿਆ ਸਤਿਗੁਰ ਸੱਚੇ ਪਾਤਸ਼ਾਹ ਦਾ ਮੋਢਿਆਂ ਤੇ, ਮਾਛੀ ਵਾੜੇ ਦੇ ਜੰਗਲ ਚ, ਤੇ ਕੀ ਆਖਿਆ, ਇਹ ਉੱਚ ਦਾ ਪੀਰ ਹੈ ਸੇਵਾ ਕਮਾਈ, ਜਿਨ੍ਹਾਂ ਨੇ ਅੱਜ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਨਾਂ ਲਿਖਿਆ ਉਹਨਾਂ ਮੁਸਲਮਾਨ ਭਰਾਵਾਂ ਦਾ।
ਆਂਦੇ ਉੱਚਦਾ ਪੀਰ ਸੇਵਾ ਕਮਾਈ ਤੇ ਜਿਹੜੇ ਕੀੜੀ ਦੀ ਬਿਰਤੀ ਉਹ ਕਹਿੰਦੇ ਗੁਰੂ ਉਜੜਿਆ ਸਾਨੂੰ ਵੀ ਉਜਾੜੂ। ਅੱਜ ਵੀ ਕਹਿ ਦਿੰਦੇ ਲੈ ਤੇ ਗੁਰੂ ਨੇ ਆਪਣਾ ਪਰਿਵਾਰ ਹੀ ਉਜਾੜ ਲਿਆ, ਪੁੱਤਰ ਸ਼ਹੀਦ ਹੋ ਗਏ, ਮਾਤਾ ਪਿਤਾ ਸ਼ਹੀਦ, ਆਪ ਨੰਗੇ ਚਰਨੀ ਮਾਛੀ ਵਾੜੇ ਦੇ ਜੰਗਲਾਂ ਚ ਤੁਰਨਾ ਪਿਆ, ਆਪ ਨੰਗੇ ਚਰਨੀ ਰੋੜਾਂ ਤੇ ਕੰਢਿਆਂ ਦੇ ਮਾਰਗ ਤੇ। ਪਰ ਗੁਰਮੁਖ ਪਿਆਰਿਓ ਜਿਹੜੀ ਕੀੜੀ ਦੀ ਬਿਰਤੀ ਉਹ ਇਸ ਪਾਸੇ ਵੇਖਦੀ ਤੇ ਗੱਲਾਂ ਕਰਦੀ ਆ, ਜੇ ਹੰਸ ਬਿਰਤੀ ਰੱਖ ਕੇ ਅਸੀਂ ਦੇਖੀਏ ਗੁਰਮੁਖ ਪਿਆਰਿਓ ਤੇ ਪ੍ਰਾਪਤੀਆਂ ਦੇਖੋ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਤਿਹਾਸ ਕੀ ਸਿਰਜਿਆ, ਪ੍ਰਾਪਤੀਆਂ ਪ੍ਰਾਪਤੀਆਂ ਦਾ ਜ਼ਿਕਰ ਜੇ ਅਸੀਂ ਕਰੀਏ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਦੇ ਇਤਿਹਾਸ, ਗੁਰੂ ਨਾਨਕ ਦੇ ਘਰ ਦੇ ਇਤਿਹਾਸ, ਪ੍ਰਾਪਤੀਆਂ ਦਾ ਜ਼ਿਕਰ ਹੈ ਸਮਾਜ ਚ, ਦੇਸ਼ ਚ, ਸੰਸਾਰ ਚ, ਵਰਲਡ ਵਿਸ਼ਵ ਵਿੱਚ, ਤੇ ਮੈਂ ਬੇਨਤੀ ਕਰਾਂ ਗੁਰਮੁਖੋ ਅਸੀਂ ਕਰੋੜਾਂ ਜਨਮ ਲੈ ਕੇ ਨਾ ਕਰੋੜਾਂ ਤੇ ਗੁਰੂ ਦੀਆਂ ਪ੍ਰਾਪਤੀਆਂ ਦੀਆਂ ਕਰੋੜਵਾਂ ਹਿੱਸੇ ਦਾ ਜ਼ਿਕਰ ਵੀ ਨਹੀਂ ਕਰ ਸਕਦੇ। ਕਰੋੜਾਂ ਜਨਮ ਲੈ ਕੇ ਤੇ ਜੋ ਗੁਰੂ ਨੇ ਪਰਉਪਕਾਰ ਕਰਦੇ ਸਾਡੇ ਤੇ, ਜੋ ਪ੍ਰਾਪਤੀਆਂ ਕੀਤੀਆਂ ਕੁਰਬਾਨੀਆਂ ਕਰਕੇ, ਉਹਦਾ ਕਰੋੜਵਾਂ ਹਿੱਸਾ ਵੀ ਬਿਆਨ ਨਹੀਂ ਕਰ ਸਕਦੇ। ਕਰੋੜਾਂ ਜਨਮ ਲੈ ਕੇ ਅਸੀਂ ਜੋ ਪ੍ਰਾਪਤੀਆਂ, ਜੋ ਇਤਿਹਾਸ ਸਿਰਜਿਆ ਮੇਰੇ ਸਤਿਗੁਰ ਨੇ, ਪਰ ਜੇ ਕੀੜੀ ਬਿਰਤੀ ਆ ਤੇ ਫਿਰ ਤੇ ਇਹੀ ਕਿ ਗੁਰੂ ਨੇ ਪਰਿਵਾਰ ਉਜਾੜਤਾ ਆਪਣਾ, ਕੀ ਖੱਟਿਆ ਆਪ ਉਜੜਿਆ ਸਾਨੂੰ ਉਜਾੜੂ। ਆਹੀ ਗੱਲਾਂ ਸੀ ਉਸ ਵੇਲੇ ਜਿਹਨਾਂ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਬਰਗਾੜੀ ਦਾ ਇਨਸਾਫ ਮੋਰਚਾ ਲੱਗਿਆ, ਮੈਂ ਅੱਜ 192 ਦਿਨ ਤੋਂ ਉੱਥੋਂ ਹਾਜ਼ਰੀ ਭਰ ਤੁਹਾਡੇ ਚਰਨਾਂ ਚ ਆ ਰਿਹਾ, ਰਾਤ ਤੁਹਾਡੇ ਕੋਲੇ ਹਾਜ਼ਰੀ ਭਰ ਗੁਰਦੁਆਰਾ ਦਾਦੂ ਸਾਹਿਬ, ਸਵੇਰੇ ਫਿਰ ਬਰਗਾੜੀ, ਤੇ ਅੱਜ ਸਰਕਾਰ ਦੇ ਮੰਤਰੀ ਆਏ ਸੀ, ਐਲਾਨ ਕੀਤਾ ਉਹਨਾਂ ਬਰਗਾੜੀ ਮੋਰਚੇ ਦੀਆਂ ਮੰਗਾਂ ਬਾਬਤ, ਕੀ ਮੰਨਿਆ, ਕੀ ਕੀਤਾ, ਕੀ ਕਰਾਂਗੇ, ਉੱਥੇ ਐਲਾਨ ਕੀਤਾ। ਹਜ਼ਾਰਾਂ ਸੰਗਤਾਂ ਸੀ, ਜਥੇਬੰਦੀਆਂ, ਸੰਤ ਮਹਾਂਪੁਰਖ, ਧਾਰਮਿਕ, ਰਾਜਨੀਤਿਕ ਆਗੂ, ਸਾਰਾ ਸੁਣਿਆ ਤੁਸੀਂ, ਬਹੁਤ ਲਾਈਵ ਵੀ ਸਰਵਣ ਕੀਤਾ ਵੱਖ ਵੱਖ ਟੀਵੀ ਚੈਨਲਾਂ ਤੇ ਅਖਬਾਰਾਂ, ਸਵੇਰ ਨੂੰ ਛਪ ਜਾਣੀਆਂ ਟੀਵੀ ਚੈਨਲਾਂ ਤੇ ਖਬਰਾਂ। ਪਰ ਜੇ ਗੁਰਮੁਖ ਪਿਆਰਿਓ ਪ੍ਰਾਪਤੀਆਂ ਵਾਲੇ ਪਾਸੇ ਜੇ ਅਸੀਂ ਵੇਖੀਏ ਤਾਂ ਪ੍ਰਾਪਤੀਆਂ ਦਾ, ਹੁਣ ਗਲਾਸ ਹੈ ਨਾ, ਗਲਾਸ ਪਾਣੀ ਦਾ ਤੇ ਅੱਧਾ ਪਾਣੀ ਗੁਰਮੁਖ ਪਿਆਰਿਓ ਗਲਾਸ, ਅੱਧਾ ਪਾਣੀ ਦਾ ਭਰਿਆ, ਅੱਧਾ ਖਾਲੀ ਹੈ। ਹੁਣ ਜੇ ਅਸੀਂ ਗੁਰਮੁਖ ਪਿਆਰਿਓ ਭਰੇ ਵਾਲਾ ਪਾਸਾ ਵੇਖਣਾ ਹੋਵੇ ਤੇ ਅਸੀਂ ਕਹਾਂਗੇ ਅੱਧਾ ਭਰਿਆ ਬਈ ਗਲਾਸ ਪਾਣੀ ਦਾ, ਅੱਧਾ ਗਲਾਸ ਪਾਣੀ ਦਾ ਭਰਿਆ। ਤੇ ਜੇ ਅਸੀਂ ਖਾਲੀ ਵਾਲਾ ਪਾਸਾ ਕਹਾਂਗੇ ਅੱਧਾ ਖਾਲੀ ਹੈ ਬਈ ਗਲਾਸ, ਅੱਧਾ ਖਾਲੀ ਹੈ, ਦੋਨੇ ਪਾਖੀ ਆ, ਅੱਧਾ ਭਰਿਆ ਅੱਧਾ ਖਾਲੀ ਹੈ। ਜੇ ਅਸੀਂ ਭਰੇ ਵਾਲਾ ਪਾਸਾ ਦੇਖਣਾ ਅੱਧਾ ਭਰਿਆ, ਤੇ ਜੇ ਖਾਲੀ ਵਾਲਾ ਤੇ ਅੱਧਾ ਖਾਲੀ ਹੈ। ਜੇ ਅਸੀਂ ਪ੍ਰਾਪਤੀਆਂ ਵਾਲਾ ਪਾਸਾ ਦੇਖਣਾ, ਬਰਗਾੜੀ ਇਨਸਾਫ ਮੋਰਚਾ ਲੱਗਿਆ, 6.5 ਮਹੀਨੇ ਹੋ ਗਏ ਗੁਰਮੁਖੋ, ਪ੍ਰਾਪਤੀਆਂ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ। ਅੱਜ ਉੱਥੇ ਐਲਾਨ ਵੀ ਹੋਇਆ ਪੰਥਕ ਜਥੇਬੰਦੀਆਂ ਦੇ ਆਗੂ, ਔਰ ਫਿਰ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੋ 192 ਦਿਨਾਂ ਤੋਂ 1 ਜੂਨ ਤੋਂ ਲਗਾਤਾਰ ਬੈਠੇ, ਤੁਸੀਂ ਤੇ ਗਏ ਆ ਗਏ, ਹਾਜ਼ਰੀਆਂ ਭਰੀਆਂ, ਸਮਰਥਨ ਦਿੱਤਾ, ਔਰ 192 ਦਿਨਾਂ ਚੋਂ 180 ਕੁ ਦਿਨ ਦੀ ਹਾਜ਼ਰੀ ਮੇਰੀ ਵੀ ਆ, 10-12 ਦਿਨ ਨਹੀਂ ਜਾ ਸਕੇ ਇੱਧਰ ਉੱਧਰ ਜ਼ਰੂਰੀ ਇਹਨਾਂ ਸਮਾਗਮਾਂ ਤੇ ਔਰ ਕਈ ਮੋਰਚੇ ਦੇ ਸੰਬੰਧ ਵਿੱਚ,
ਤੇ ਗੁਰਮੁਖ ਪਿਆਰਿਓ ਮੈਂ ਬੇਨਤੀ ਕਰਾਂ ਜੇ ਪ੍ਰਾਪਤੀਆਂ ਦਾ ਜ਼ਿਕਰ ਬਰਗਾੜੀ ਇਨਸਾਫ਼ ਮੋਰਚਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ ਵਾਸਤੇ ਜਿਹੜੇ 3 ਸਾਲ ਪਹਿਲਾਂ ਜਿਨ੍ਹਾਂ ਬੇਅਦਬੀ ਕੀਤੀ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਕੇ ਬੁਰਜਵਾਰ ਸਿੰਘ ਵਾਲਾ ਤੋਂ ਬਰਗਾੜੀ ਦੀਆਂ ਗਲੀਆਂ ਚ ਪਾਵਣ ਅੰਗ ਖਿਲਾਰ ਦਿੱਤੇ 3 ਸਾਲ ਹੋ ਗਏ ਨਾ ਪਹਿਲੀ ਸਰਕਾਰ ਨੇ ਨਾ ਹੁਣ ਵਾਲੀ ਨੇ 1.5 ਸਾਲ ਉਹਨਾਂ ਦਾ ਰਿਹਾ 1.5 ਸਾਲ ਹੁਣ ਵਾਲੀ ਨੂੰ ਹੋ ਗਿਆ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਪਹਿਲਾਂ ਵਾਲਿਆਂ ਨੇ ਵੀ ਗੁੰਗਲੂਆਂ ਤੋਂ ਮਿੱਟੀ ਝਾੜੀ ਤੇ ਹੁਣ ਵਾਲੇ ਵੀ ਇਹੀ ਕਰਦੇ ਸੀ ਪਰ ਜਦੋਂ ਇੱਕ ਜੋਨ ਨੂੰ ਇਕੱਠ ਕਰਕੇ ਉੱਥੇ ਮੋਰਚੇ ਦਾ ਐਲਾਨ ਕਰ ਦਿੱਤਾ ਨਾ ਸਰਬੱਤ ਖਾਲਸਾ ਜਥੇਦਾਰਾਂ ਇਕੱਠ ਤੇ ਹੋਇਆ ਸੀ ਸਮਾਗਮ ਬੇਅਦਬੀ ਦੇ ਰੋਸ ਵਜਾਂ ਪਰ ਐਲਾਨ ਕਰਦਾ ਜਥੇਦਾਰ ਮੰਡ ਸਾਹਿਬ ਨੇ ਵੀ ਮੈਂ ਇੱਥੇ ਹੀ ਬੈਠੂੰਗਾ ਇਨਸਾਫ ਬੇਅਦਬੀ ਦੇ ਦੋਸ਼ੀ ਗ੍ਰਿਫ਼ਤਾਰ ਹੋਣੇ ਚਾਹੀਦੇ ਆ ਤੇ ਅੱਜ 6.5 ਮਹੀਨਿਆਂ ਬਾਅਦ ਜਦੋਂ ਸਰਕਾਰ ਪਹਿਲਾਂ ਵੀ ਉੱਥੇ ਮੰਤਰੀ ਸੰਤਰੀ ਅਫਸਰ ਆਉਂਦੇ ਰਹੇ ਗੱਲਬਾਤ ਚੱਲਦੀ ਰਹੀ ਅਖੀਰ ਮੰਨਣਾ ਪਿਆ ਤੁਸੀਂ ਲੱਖਾਂ ਦੀ ਤਾਦਾਦ ਵਿੱਚ ਉੱਥੇ ਪਹੁੰਚੇ ਤੁਹਾਡੇ ਬਰਗਾੜੀ ਇਨਸਾਫ਼ ਮੋਰਚੇ ਤੁਹਾਡੇ ਸਮਰਥਨ ਦੇ ਸਦਕਾ ਗੁਰੂ ਕੀਆਂ ਸਿੱਖ ਸੰਗਤਾਂ ਸੰਤ ਮਹਾਂਪੁਰਸ਼ ਵੱਖ ਵੱਖ ਧਰਮਾਂ ਭਾਈਚਾਰਿਆਂ ਦੇ ਲੋਕ ਉੱਥੇ ਮੁਸਲਮਾਨਾਂ ਦੇ ਕਾਫਲੇ ਵੀ ਆਏ ਹਿੰਦੂਆਂ ਦੇ ਵੀਰਾਂ ਦੇ ਕਾਫਲੇ ਵੀ ਆਏ ਈਸਾਈਆਂ ਦੇ ਵੀ ਮਾਝੇ ਮਾਲਵੇ ਦੁਆਬੇ ਚੋਂ ਭਾਰਤ ਦੀਆਂ ਵੱਖ ਵੱਖ ਸਟੇਟਾਂ ਚੋਂ ਕਿੱਥੇ ਕਲਕੱਤਾ ਬੰਬੇ ਤੋਂ ਵੈਸਟ ਬੰਗਾਲ ਛੱਤੀਸਗੜ੍ਹ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਯੂਪੀ ਰਾਜਸਥਾਨ ਹਰਿਆਣਾ ਵੱਖ ਵੱਖ ਥਾਵਾਂ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਡੁਬਈ ਏਸ਼ੀਅਨ ਕੰਟਰੀਆਂ ਅਰਬ ਕੰਟਰੀਆਂ ਫੋਰਨ ਕੰਟਰੀਆਂ ਯੂਰਪ ਕੰਟਰੀਆਂ ਸੰਗਤਾਂ ਆਈਆਂ ਗੁਰਮੁਖ ਪਿਆਰਿਓ ਸਮਰਥਨ ਦਿੱਤਾ ਦੇਸਾਂ ਪਰਦੇਸਾਂ ਤੋਂ ਸਹਿਯੋਗ ਮੋਰਚੇ ਦੇ ਪ੍ਰਬੰਧਾਂ ਗੁਰੂ ਕੇ ਲੰਗਰਾਂ ਸਹਿਯੋਗ ਇੱਕ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ ਹਾ ਦਾ ਨਾਰਾ ਮਾਰਿਆ ਤੇ ਅੱਜ ਬਰਗਾੜੀ ਇਨਸਾਫ਼ ਮੋਰਚਾ 6.5 ਮਹੀਨੇ ਉਹ ਗੁਰਮੁਖ ਪਿਆਰਿਓ ਜਦੋਂ ਸ਼ੁਰੂ ਕੀਤਾ ਸੀ ਜਿਸ ਭਾਵਨਾ ਦੇ ਨਾਲ ਗੁਰੂ ਨੇ ਕਿਰਪਾ ਕੀਤੀ ਅੱਜ ਪ੍ਰਾਪਤੀ ਹੋਈ ਅੱਜ ਇੱਕ ਇੱਕ ਨਾਂ ਗਿਣਾ ਕੇ ਸਰਕਾਰ ਗਈ ਆ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਿੱਥੋਂ ਕਿਵੇਂ ਕੀਤਾ ਇੱਕ ਇੱਕ ਦੋਸ਼ੀ ਦਾ ਨਾਂ ਗਿਣਾਇਆ ਅੱਜ ਗ੍ਰਿਫ਼ਤਾਰ ਜਿਨ੍ਹਾਂ ਨੇ ਸਰੂਪ ਚੋਰੀ ਕੀਤਾ ਫਿਰ ਗਲੀਆਂ ਜੰਗ ਖਿਲਾਰੇ ਪੋਸਟਰ ਲਾਏ ਸਾਰਾ ਕੁਝ ਤੇ ਕੱਲਾ ਬਰਗਾੜੀ ਨਹੀਂ ਬਾਅਦ ਵਿੱਚ ਮਲਕੇ ਵਿਖੇ ਬੇਅਦਬੀ ਹੋਈ ਉਹਦੇ ਵੀ ਦੋਸ਼ੀ ਫੜੇ ਭਗਤਾ ਭਾਈਕਾ ਵਿਖੇ ਬੇਅਦਬੀ ਹੋਈ ਉਹਦੇ ਵੀ ਦੋਸ਼ੀ ਫੜੇ ਅੱਜ ਸਰਕਾਰ 20 ਤੋਂ ਉੱਪਰ 27-28 ਦੇ ਕਰੀਬ ਗੁਰਮੁਖ ਪਿਆਰਿਓ ਨਾਂ ਗਣਾ ਕੇ ਅੱਜ ਉੱਥੇ ਤੇ ਸਾਰੇ ਸਰਸੇ ਵਾਲੇ ਦੇ ਚੇਲੇ ਗੁਰਮੁਖ ਪਿਆਰਿਓ ਜਿਨ੍ਹਾਂ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਚਾਹੇ ਉਹ ਬਰਗਾੜੀ ਕਾਂਡ ਮਲਕੇ ਕਾਂਡ ਤੇ ਚਾਹੇ ਉਹ ਭਗਤਾ ਭਾਈਕਾ ਕਾਂਡ ਇਸ ਵੱਡੀ ਪ੍ਰਾਪਤੀ ਦੇਖੋ ਗੁਰਮੁਖ ਪਿਆਰਿਓ ਬੇਅਦਬੀ ਦੇ ਇਨਸਾਫ਼ ਲਈ ਮੋਰਚਾ ਲੱਗਿਆ ਤੇ ਬੇਅਦਬੀ ਦੇ ਦੋਸ਼ੀ ਸਾਰੇ ਜਦੋਂ ਬੇਅਦਬੀ ਹੋਈ ਸੀ ਮੋਰਚਾ ਉਦੋਂ ਵੀ ਲੱਗਾ ਸਾਰਾ ਪੰਜਾਬ ਸੜਕਾਂ ਤੇ ਆਇਆ ਦੂਜੀਆਂ ਸਟੇਟਾਂ ਚ ਵੀ ਲੋਕ ਸੜਕਾਂ ਤੇ ਆਏ ਪਰ ਸਰਕਾਰ ਨੇ ਜ਼ਬਰ ਕੀਤਾ ਜ਼ੁਲਮ ਕੋਟ ਕਪੂਰਾ ਲਾਠੀ ਚਾਰਜ ਗੋਲੀ ਕਾਂਡ ਬਹਿਬਲ ਦੋ ਸਿੰਘ ਸ਼ਹੀਦ ਕਰਦੇ ਨੇਕਾਂ ਜਨਮੇ ਜ਼ਖਮੀ ਕਰਦੇ ਮੋਰਚਾ ਉੱਠ ਗਿਆ ਪ੍ਰਾਪਤੀ ਕੀ ਹੋਈ ਸਾਡੀ ਗੁਰਮੁਖ ਪਿਆਰੇ ਉਹ ਮੋਰਚਾ ਤੇ ਲੱਗਿਆ
ਪਰ ਸਰਕਾਰ ਨੇ ਜਬਰ ਜ਼ੁਲਮ ਕੀਤਾ, ਸਾਡੀ ਪ੍ਰਾਪਤੀ ਕੀ ਹੋਈ? ਨਾ ਕੋਈ ਦੋਸ਼ੀ ਫੜਿਆ, ਉਲਟਾ ਸਿੰਘ ਸ਼ਹੀਦ ਕਰ ਦਿੱਤੇ। ਉਹ ਮਾਵਾਂ ਦੇ ਪੁੱਤ ਅੱਜ ਉਹਨਾਂ ਮਾਵਾਂ ਨੂੰ ਪੁੱਛੋ ਹਾਂ ਜਾ ਕੇ ਜਿਨ੍ਹਾਂ ਦੇ ਦੋ ਸ਼ਹੀਦ ਹੋਏ ਬਾਈਬਲ ਚ, ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਬਾਪ ਸ਼ਹੀਦ ਹੋਏ, ਉਹਨਾਂ ਬੀਬੀਆਂ ਨੂੰ ਪੁੱਛੋ ਜਿਨ੍ਹਾਂ ਦੇ ਸੁਹਾਗ ਉਜੜੇ, ਪਰ ਉਹਨਾਂ ਗੁਰੂ ਲਈ ਕੁਰਬਾਨੀ ਕੀਤੀ। ਗੁਰਮੁਖ ਪਿਆਰੇ ਉਹ ਵੱਖਰੀ ਗੱਲ, ਇਤਿਹਾਸ ਸਾਡਾ ਕੁਰਬਾਨੀਆਂ ਤੇ ਖੜਾ, ਪਰ ਕਿਸੇ ਕੋਈ ਸੁਣਵਾਈ ਨਹੀਂ ਕੀਤੀ। ਜਿਹੜੇ ਵੱਡੇ ਵੱਡੇ ਪੰਥ ਦੇ ਠੇਕੇਦਾਰ ਕੋਈ ਬਰਗਾੜੀ ਦੇ ਕੋਲ ਦੀ ਨਹੀਂ ਲੰਘਿਆ, ਜਿਹੜੇ ਵੱਡੇ ਵੱਡੇ ਜਥੇਦਾਰ ਪ੍ਰਧਾਨ ਕੋਈ ਨਹੀਂ ਆਏ ਗੁਰਮੁਖ ਪਿਆਰੇ ਉੱਥੇ, ਸਰਕਾਰਾਂ ਉਹਨਾਂ ਦੀਆਂ ਜ਼ਬਰ ਜ਼ੁਲਮ ਕੀਤਾ। ਮੋਰਚਾ ਉਦੋਂ ਵੀ ਲੱਗਿਆ ਸੀ 3 ਸਾਲ ਪਹਿਲਾਂ, ਪਰ ਬਿਨਾਂ ਪ੍ਰਾਪਤੀ ਤਾਂ, ਸਗੋਂ ਨੁਕਸਾਨ ਕਰਾ ਕੇ ਗੁਰਮੁਖ ਪਿਆਰੇ ਉੱਥੋਂ ਉੱਠੇ। ਮੋਰਚਾ ਹੁਣ ਵੀ ਲੱਗਿਆ, ਗੁਰੂ ਨੇ ਕਿਰਪਾ ਕੀਤੀ, ਤੁਸੀਂ ਸਹਿਯੋਗ, ਤੁਹਾਡੀ ਇਹ ਜਿੱਤ ਪ੍ਰਾਪਤੀ ਆ ਕਿ 3 ਸਾਲ ਭਾਵੇਂ ਲੱਗ ਗਏ, ਪਰ ਅੱਜ ਮੋਰਚਾ ਜਦੋਂ ਸ਼ੁਰੂ ਕੀਤਾ 6.5 ਮਹੀਨਿਆਂ ਦੇ ਵਿੱਚ ਤੁਸੀਂ ਬਰਗਾੜੀ ਮੱਲ ਕੇ ਤੇ ਭਗਤਾ ਭਾਈਕਾ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਉਹ ਜਿਹਨੇ ਇਹ ਪਹਿਲੀ ਮੰਗ ਜਿਹੜੀ ਸਾਡੀ ਸਫਲ ਹੋਈ, ਬੇਅਦਬੀ ਦੇ ਦੋਸ਼ੀ ਅੰਦਰ ਗਏ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਮੁਕਦਮੇ ਅੱਜ ਉਹਨਾਂ ਤੇ ਦਰਜ ਤੇ ਗੁਰਮੁਖ ਪਿਆਰਿਓ ਇਹ ਪ੍ਰਾਪਤੀ ਆ ਤੁਹਾਡੇ ਇਨਸਾਫ਼ ਮੋਰਚੇ ਦੀ। ਇਨਸਾਫ਼ ਮੋਰਚਾ ਲੱਗਿਆ ਤਾਂ ਉਹ ਬੇਅਦਬੀ ਦੇ ਦੋਸ਼ੀ ਫੜੇ ਗਏ। ਕਿੱਡੀ ਵੱਡੀ ਪ੍ਰਾਪਤੀ ਆ, ਪ੍ਰਾਪਤੀ ਵਾਲੇ ਪਾਸੇ ਦੇਖੋ ਤਾਂ, ਪਰ ਜੇ ਨਿਗਾਹ ਪ੍ਰਾਪਤੀ ਵਾਲੇ ਪਾਸੇ ਨਾ ਹੋਵੇ, ਇਕੱਲਾ ਵਿਰੋਧ ਵਾਲੇ ਪਾਸੇ, ਬੜੇ ਲੋਕ ਵਿਰੋਧ ਕਰਦੇ, ਉਹਨਾਂ ਦੀ ਪਰਵਾਹ ਨਹੀਂ ਆ। ਜਿਹੜੇ ਵਿਰੋਧ ਚ ਹੀ ਖੜੇ ਆ, ਕਰਨਾ ਹੀ ਵਿਰੋਧ ਆ, ਭਾਵੇਂ ਸੋਨੇ ਦੇ ਬਣ ਕੇ ਦਿਖਾ ਦੋ, ਜਿਹਨਾਂ ਕਰਨਾ ਹੀ ਵਿਰੋਧ ਆ। ਜੇ ਗੁਆਂਢੀ ਨਾਲ ਪਿਆਰ ਆ ਤੇ ਉਸਤਤ ਕਰਦਾ, ਜੇ ਗੁਆਂਢੀ ਵਿਰੋਧ ਤੇ ਖੜਾ ਤੇ ਭਾਵੇਂ ਤੁਸੀਂ ਸੋਨੇ ਤੇ ਬਣ ਕੇ ਦਿਖਾ ਦੋ, ਗੁਆਂਢੀ ਨੂੰ ਉਹਨੇ ਕਰਨਾ ਵਿਰੋਧ ਹੀ ਆ, ਤੁਸੀਂ ਉਹਦੇ ਤੋਂ ਆਸ ਕੀ ਕਰ ਸਕਦੇ ਆ? ਜਿਹੜੇ ਦੋਸ਼ੀ ਨੇ ਹੁਣ ਗੁਰਮੁਖ ਪਿਆਰੇ ਉਹ ਦੋਸ਼ੀ, ਤੇ ਜਿਹੜੇ ਉਹਨਾਂ ਦੇ ਭਾਈਵਾਲ ਤੇ ਜੂਟੀਦਾਰ ਨੇ, ਉਹਨਾਂ ਨੂੰ ਬਰਗਾੜੀ ਮੋਰਚਾ ਕਿੱਥੋਂ ਚੰਗਾ ਲੱਗੂਗਾ? ਜਾਂ ਮੋਰਚੇ ਦੇ ਸੰਚਾਲਕ ਜਥੇਦਾਰ ਤੇ ਸਹਿਯੋਗੀ ਸੰਤ ਮਹਾਂਪੁਰਸ਼, ਉਹਨਾਂ ਨੂੰ ਚੰਗੇ ਕਿੱਥੇ ਲੱਗਣਗੇ? ਉਹ ਤੇ ਬਰਗਾੜੀ ਮੋਰਚੇ ਦੇ ਖਿਲਾਫ ਹੀ ਬੋਲਣਗੇ ਨਾ, ਉਹ ਜਿੱਥੇ ਬੋਲਣਗੇ ਖਿਲਾਫ ਬੋਲਣਗੇ, ਜਿੱਥੇ ਲਿਖਣਗੇ, ਚਾਹੇ ਇੰਟਰਨੈਟ ਤੇ ਵਟਸਐਪ ਆ, ਫੇਸਬੁੱਕ ਆ, ਯੂਟਿਊਬ ਆ, ਉਹ ਬੋਲਣਗੇ ਖਿਲਾਫ ਬੋਲਣਗੇ, ਲਿਖਣਗੇ ਖਿਲਾਫ ਲਿਖਣਗੇ, ਕਿਉਂਕਿ ਉਹਨਾਂ ਲੋਕਾਂ ਦੇ ਜੋਟੀਦਾਰ ਨੇ ਜਿਹਨਾਂ ਨੇ ਬੇਅਦਬੀ ਕੀਤੀ, ਜਿਹਨਾਂ ਨੇ ਬਚਾਇਆ ਉਹਨਾਂ ਨੂੰ, ਸਦਰ ਛਾਇਆ ਦਿੱਤੀ ਉਹਨਾਂ ਨੂੰ, ਤੇ ਉਹਨਾਂ ਦੇ ਜੋਟੀਦਾਰ ਹੁਣ ਬਰਗਾੜੀ ਮੋਰਚੇ ਨੂੰ ਚੰਗਾ ਨਹੀਂ ਕਹਿਣਗੇ। ਕਿਉਂ? ਉਹਨਾਂ ਦੇ ਜੋਟੀਦਾਰ ਫਸ ਗਏ, ਉਹਨਾਂ ਦੇ ਜੋਟੀਦਾਰ ਦਾ ਨਾਂ ਆ ਗਿਆ ਵਿੱਚ, ਉਹਨਾਂ ਨੇ ਸ਼ਦਰ ਛਾਇਆ ਦਿੱਤੀ ਬਚਾਉਣ ਲਈ। ਆ ਤੁਹਾਡੇ ਮੌੜ ਬੰਬ ਧਮਾਕਾ, ਮੌੜ ਮੰਡੀ ਚ ਆਪਾਂ ਬੈਠੇ ਹਾਂ, ਮੌੜ ਕਲਾਂ, ਮੌੜ ਬੰਬ ਧਮਾਕਾ ਹੋਇਆ, ਮਾਸੂਮ ਬੱਚੇ ਮਰ ਗਏ, ਮਾਸੂਮ, ਕਿੱਡਾ ਵੱਡਾ ਦੁਖਾਂਤ ਤੁਸੀਂ ਮੌੜ ਵਾਲੇ ਉਹ ਹੰਢਾਇਆ। ਪਰ ਮੌੜ ਬੰਬ ਧਮਾਕੇ ਦੇ ਦੋਸ਼ੀ ਜਦੋਂ ਨਿਸ਼ਾਨਦੇਹੀ ਹੋ ਗਈ, ਸਰਕਾਰ ਨੇ ਫੜੇ ਨੀ ਗੁਰਮੁਖ ਪਿਆਰਿਓ, ਕਿੱਥੇ ਕਾਰ ਮੋਡੀਫਾਈ ਹੋਈ, ਡੇਰੇ ਦੇ ਅੰਦਰ ਕੌਣ ਸਨ ਧਮਾਕਾ ਕਰਨ ਵਾਲੇ, ਡੇਰੇ ਦੇ ਪੈਰੋਕਾਰ? ਬੰਬ ਧਮਾਕਾ ਅਦਲੀਵਾਲ ਅੰਮ੍ਰਿਤਸਰ ਵੀ ਹੋਇਆ, ਨਿਰੰਕਾਰੀ ਡੇਰੇ ਚ 3 ਬੰਦੇ ਉੱਥੇ ਮਰੇ, ਸਾਨੂੰ ਦੁੱਖ ਆ, ਅਸੀਂ ਗੁਰਮੁਖ ਪਿਆਰਿਓ
ਇਨਸਾਨੀਅਤ ਦੇ ਨਾਤੇ ਹਮਦਰਦੀ ਪ੍ਰਗਟ ਕਰਦੇ ਆ, ਪਰ ਮੌੜ ਚ ਛੇ ਬੱਚੇ ਮਰੇ, ਛੇ ਕਿੰਨੇ ਨਕਾਰੇ ਹੋਏ, ਜ਼ਖਮੀ ਹੋਏ, ਪਰ ਅਦਲੀਵਾਲ ਦੀ ਜਾਂਚ ਝਾਟੀ ਸਰਕਾਰ ਨੇ, ਦੋਸ਼ੀ ਆ ਫੜ ਦੇ ਨਾਲੇ ਜਿਹੜੇ ਚਸ਼ਮਦੀਦ ਆ ਮੌਕੇ ਦੇ, ਉਹ ਕਹੀ ਜਾਂਦੇ ਵੀ ਮੋਨੇ ਸੀਗੇ ਵਾਰਦਾਤ ਕਰਨ ਵਾਲੇ, ਬੜੇ ਨੌਜਵਾਨ ਜਵਾਨ ਤੇ ਮੋਨੇ ਸੀ, ਤੇ ਫੜ ਲਏ ਸਿੱਖ ਹੁਣ ਅੰਮ੍ਰਿਤਧਾਰੀ, ਗੱਲ ਸਿੱਖਾਂ ਦੇ ਪਾ ਦਿੱਤਾ, ਤੇ ਸਰਕਾਰ ਹੁਣ ਗੁਰਮੁਖ ਪਿਆਰੇ ਤੁਹਾਡੇ ਸਾਹਮਣੇ ਆ ਦੇਖੋ, ਤੇ ਜਿਹੜੇ ਅੱਜ ਬੂਟ ਪਾਲਸਾਂ ਕਰਦੇ ਫਿਰਦੇ ਉਹਨਾਂ ਨੇ ਤਾਂ ਕਿਹਾ ਇਹ ਤਾਂ ਦਾਦੂ ਵਾਲ ਨੇ ਕਰਾਤਾ ਧਮਾਕਾ, ਕੇ ਇਹ ਤਾਂ ਮੌੜ, ਇਹ ਤਾਂ ਇਨਸਾਫ ਮੋਰਚੇ ਨੇ ਕਰਾਤਾ ਧਮਾਕਾ। ਦੇਖੋ ਉਹਨਾਂ ਦੀ ਬਿਆਨਬਾਜ਼ੀ ਤਾਂ ਤੁਸੀਂ ਸੁਣ ਹੀ ਲਈ ਸੀ, ਉਹਨਾਂ ਨੂੰ ਤਾਂ ਹਰੇਕ ਪਾਸੇ ਹੀ ਬਰਗਾੜੀ ਇਨਸਾਫ ਮੋਰਚਾ ਦਿਸਦਾ, ਜਿੱਥੇ ਕਿਤੇ ਕੁਛ ਹੋ ਜਾਵੇ ਬਰਗਾੜੀ ਇਨਸਾਫ ਮੋਰਚੇ ਨੇ ਕਰਤਾ, ਬਰਗਾੜੀ ਇਨਸਾਫ ਮੋਰਚਾ, ਦਾਦੂ ਵਾਲ ਨੇ ਕਰਤਾ, ਮੰਡ ਨੇ ਕਰਤਾ। ਮਾਫ ਕਰਿਓ ਗੁਰਮੁਖ ਪਿਆਰਿਓ, ਜਿਹੜੇ ਲੋਕ ਨੰਗੇ ਹੋਏ ਆ ਇਸ ਮੋਰਚੇ ਦੇ ਨਾਲ, ਜਿਨ੍ਹਾਂ ਦੇ ਪਾਪ ਦਾ ਘੜਾ ਚੁਰਾਹੇ ਚ ਭੱਜਾ, ਉਹ ਕਿਉਂ ਬਰਗਾੜੀ ਇਨਸਾਫ ਮੋਰਚੇ ਨੂੰ ਚੰਗਾ ਕਹਿਣਗੇ, ਕਿਉਂ ਇਹਦੀਆਂ ਪ੍ਰਾਪਤੀਆਂ ਨੂੰ ਚੰਗਾ ਕਹਿਣਗੇ, ਉਹਨਾਂ ਤੇ ਵਿਰੋਧ ਕਰਨਾ ਕਿ ਇਹਨਾਂ ਦੇ ਨਾਲ ਲੋਕਾਂ ਦਾ ਸਮਰਥਨ ਟੁੱਟੇ, ਲੋਕ ਜਿਵੇਂ ਲੱਖਾਂ ਦੀ ਤਾਦਾਦ ਵਿੱਚ ਆਏ ਨਾਲ ਨਾ ਖੜਨੇ, ਗਾਂਹ ਸੰਘਰਸ਼ ਨੂੰ ਅੱਗੇ ਨਾ ਵਧਾ ਸਕਣ। ਸੰਘਰਸ਼ ਜਾਰੀ ਆ, ਸੰਘਰਸ਼ ਨਹੀਂ ਮੁੱਕਿਆ ਇਨਸਾਫ ਦਾ, ਅੱਜ ਵੀ ਉੱਥੇ ਐਲਾਨ ਕੀਤਾ, ਮੋਰਚਿਆਂ ਦੀ ਰੂਪ ਰੇਖਾ ਬਦਲਦੀ ਰਹਿੰਦੀ ਆ ਸੰਗਤਾਂ ਦੇ ਸੁਝਾਅ ਅਨੁਸਾਰ, ਪਰ ਮੋਰਚਾ ਜਾਰੀ ਆ, ਮੋਰਚਾ ਖਤਮ ਨਹੀਂ ਹੋਇਆ, ਮੋਰਚੇ ਦੀ ਰੂਪ ਰੇਖਾ ਬਦਲਣ ਦਾ ਐਲਾਨ ਕੀਤਾ ਜਥੇਦਾਰ ਨੇ, ਤੇ ਹੁਣ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨ ਕਰੇ, ਜਿਹੜੇ ਮੋਰਚੇ ਦਾ ਐਲਾਨ ਕੀਤਾ ਤੇ ਆਪਾਂ ਸਵਾਗਤ ਸਤਿਕਾਰ ਰੂਪਰੇ, ਕਿੰਨੀਆਂ ਪ੍ਰਾਪਤੀਆਂ ਕੀਤੀਆਂ, ਬਿਨਾਂ ਪ੍ਰਾਪਤੀ ਕੋਈ ਸੌਦਾ ਸਾਧ ਦੀ ਮਾਫੀ ਨਹੀਂ ਆ, ਵੀ ਮਾਫੀਨਾਮਾ ਜਾਰੀ ਕਰਤਾ ਸਰਕਾਰੀ ਜਥੇਦਾਰਾਂ ਨੇ, ਇਹ ਮੋਰਚੇ ਦੀਆਂ ਪ੍ਰਾਪਤੀਆਂ। ਤੇ ਗੁਰਮੁਖ ਪਿਆਰਿਓ, ਜਿਹੜੇ ਦੋਸ਼ੀ ਅੱਜ ਚੁਰਾਹੇ ਚ ਨੰਗੇ ਹੋਏ ਉਹਨਾਂ ਨੇ ਗੁਰਮੁਖ ਪਿਆਰਿਓ ਨੂੰ ਚੰਗਾ ਨਹੀਂ ਕਹਿਣਾ, ਵੱਡੀ ਪ੍ਰਾਪਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤੁਸੀਂ ਗ੍ਰਿਫਤਾਰ ਕਰਵਾ ਦਿੱਤੇ, ਜਿਨ੍ਹਾਂ ਨੇ ਸਰੂਪ ਚੋਰੀ ਕਰਕੇ ਤੇ ਗਲੀਆਂ ਜੰਗ ਖਿਲਾੜੇ, ਇੱਕ ਜਾਣ ਬੁੱਝ ਕੇ ਗਲਤੀ ਹੁੰਦੀ ਹੈ, ਇੱਕ ਗੁਰਮੁਖ ਪਿਆਰਿਓ ਅਣਜਾਣੇ ਚ ਹੁੰਦੀ ਹੈ, ਜਾਣ ਬੁੱਝ ਕੇ ਜਿਨ੍ਹਾਂ ਨੇ ਸਾਰਾ ਪ੍ਰੀ ਪਲਾਨਿੰਗ ਸਾਰਾ ਕੰਮ ਕੀਤਾ ਸੀ, ਅੱਜ ਤੁਹਾਡੇ ਸਾਹਮਣੇ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਕਿਉਂ ਨੰਗੇ ਕਰ ਦਿੱਤੇ, ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ, ਤੇ ਜਿਨ੍ਹਾਂ ਨੇ ਉਹਨਾਂ ਨੂੰ ਛਤਰ ਛਾਇਆ ਦਿੱਤੀ ਉਹਨਾਂ ਦਾ ਹਸਰ ਦੇਖੋ ਬਰਗਾੜੀ ਮੋਰਚੇ ਨੇ। ਸਭ ਤੋਂ ਵੱਡੀ ਗੁਰਮੁਖ ਪਿਆਰਿਓ ਬੇਅਦਬੀ ਦੇ ਦੋਸ਼ੀ ਫੜੇ ਗਏ, ਇਹ ਵੱਡੀ ਪ੍ਰਾਪਤੀ, ਤੇ ਫਿਰ ਜਿਨ੍ਹਾਂ ਛਾਤਰ ਛਾਇਆ ਦਿੱਤੀ ਅੱਜ ਉਹ ਵੀ ਨੰਗੇ ਕਰ ਦਿੱਤੇ, ਉਹ ਖੁਦ ਆਪਣੇ ਗੁਣਾ ਕਬੂਲੀ ਬੈਠੇ ਆ, ਤੇ ਅੰਮ੍ਰਿਤਸਰ ਸਾਹਿਬ ਮੁਆਫੀਨਾਮੇ ਦੇ ਅਖੰਡ ਪਾਠ ਸਾਹਿਬ ਆਰੰਭ ਨੇ, ਸੰਗਤਾਂ ਦੇ ਜੋੜੇ ਸਾਫ਼ ਕਰ ਰਹੇ ਆ, ਖੁਦ ਉਹਨਾਂ ਨੇ ਆਪਣੇ ਗੁਣਾ ਆਪਣੇ ਭੁੱਲਾਂ ਆਪਣੇ ਪਾਪ ਕਬੂਲ ਕੀਤੇ ਆ, ਇਹ ਬਰਗਾੜੀ ਇਨਸਾਫ ਮੋਰਚੇ ਦੀ ਬਦੌਲਤ। ਜਿਹੜੇ ਪੰਥ ਤੇ ਪੰਜਾਬ ਦੇ ਗਲ ਪਏ ਸੀ 30-35 ਸਾਲ ਤੋਂ, ਤੇ ਪੰਥ ਤੇ ਪੰਜਾਬ ਨਾਲ ਧਰੋਹ ਕਮਾਇਆ ਜਿਨ੍ਹਾਂ ਨੇ, ਅੱਜ ਪੰਥ ਦੀ ਪਿੜ ਚੋਂ ਬਾਹਰ ਕੱਢ ਦਿੱਤਾ ਉਹਨਾਂ ਨੂੰ, ਅੱਜ ਸਿਆਸੀ ਜ਼ਮੀਨ ਪੈਰਾਂ ਥੱਲਿਓਂ ਕੱਢ ਦਿੱਤੀ ਆ, ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ। ਗੁਰਮੁਖ ਪਿਆਰਿਓ ਕਿੱਡੀ ਵੱਡੀ ਪ੍ਰਾਪਤੀ, ਬਰਗਾੜੀ ਇਨਸਾਫ ਮੋਰਚੇ ਦੀ ਛੋਟੀ ਜਿਹੀ ਗੱਲ ਨਹੀਂ ਆ, ਪਹਿਲੀ ਪ੍ਰਾਪਤੀ ਬੇਅਦਬੀ ਦੇ ਦੋਸ਼ੀ ਗ੍ਰਿਫਤਾਰ, ਪਹਿਲੀ ਮੰਗ ਹੱਲ, ਫਿਰ ਜਿਹੜੇ ਛਤਰ ਛਾਇਆ ਦੇਣ ਵਾਲੇ ਉਹ ਵੀ ਚੁਰਾਹੇ ਚ ਨੰਗੇ ਕਰ ਦਿੱਤੇ, ਅੱਜ ਉਹਨਾਂ ਦੇ ਪਾਪ ਦਾ ਘੜਾ ਭੰਨ ਦਿੱਤਾ, ਦੂਜੀ ਪ੍ਰਾਪਤੀ। ਤੇ ਤੀਜੀ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਾਂ, ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਬਾਦਲ ਸਰਕਾਰ ਨੇ, ਆਖਿਆ ਅਣਪਸਾਤੀ ਪੁਲਿਸ,
ਪਰਚਾ ਹੋਇਆ ਅਣਪਛਾਤਿਆਂ ਤੇ ਤੇ ਹੁਣ ਅਣਪਛਾਤੀ ਪੁਲਿਸ ਦੀ ਪਛਾਣ ਕਰਾਤੀ ਬਰਗਾੜੀ ਇਨਸਾਫ ਮੋਰਚੇ ਨੇ ਮੋਰਚਾ ਲੱਗਿਆ ਤੇ ਜਿਹੜੇ ਮੌਕੇ ਤੇ ਹਾਜ਼ਰ ਸੀ ਪੁਲਿਸ ਅਫਸਰ ਚਾਰ ਪੁਲਿਸ ਅਫਸਰਾਂ ਤੇ 22 ਨੇਮ ਪਰਚਾ ਦਰਜ ਹੋਇਆ 22 ਨੇਮ ਉਹਨਾਂ ਦੇ ਨਾਂ ਤੇ ਪਰਚਾ ਦਰਜ ਕਰਾਇਆ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ ਉਹਨਾਂ ਤੇ ਪਰਚਾ ਦਰਜ ਹੋ ਗਿਆ ਉਹ ਹਾਈ ਕੋਰਟ ਚ ਭੱਜ ਕੇ ਗੁਰਮੁਖ ਪਿਆਰੇ ਸਟੇ ਲੈ ਲਿਆ ਪਰ ਕਿੰਨੇ ਦਿਨ ਚਲੂ ਸਟੇ ਵਕੇਟ ਹੋਊਗਾ ਗ੍ਰਿਫਤਾਰੀ ਪਊਗੀ ਅੱਜ ਐਲਾਨ ਕਰਕੇ ਗਏ ਸਰਕਾਰ ਦੇ ਕੈਬਨਿਟ ਮੰਤਰੀ ਜਿੱਦਣ ਸਟੇ ਵਕੇਟ ਹੋ ਜਾਂਦਾ ਕੱਲ ਨੂੰ ਤਰੀਕ ਆ ਉਹਨਾਂ ਨੇ ਕਿਹਾ ਜੇ ਤੁਹਾਨੂੰ ਸਰਕਾਰ ਤੇ ਭਰੋਸਾ ਨਹੀਂ ਸਾਡੇ ਸਰਕਾਰੀ ਵਕੀਲਾਂ ਨਾਲ ਆਪਣੇ ਵਕੀਲ ਤੇ ਦੋ ਵਕੀਲ ਅਸੀਂ ਆਪਣੇ ਸੀਨੀਅਰ ਹਾਈ ਕੋਰਟ ਦੇ ਵਕੀਲ ਬਰਗਾੜੀ ਇਨਸਾਫ ਮੋਰਚੇ ਵੱਲੋਂ ਦਿੱਤੇ ਆ ਕਿ ਸਰਕਾਰੀ ਵਕੀਲ ਜਾਣ ਨਾਲ ਸਾਡੇ ਵਕੀਲ ਜਾਣਗੇ ਤੇ ਬਹਿਸ ਕੀਤੀ ਜਾਊ ਵੀ ਇਹ ਗੁਨਾਹਗਾਰ ਨੇ ਗ੍ਰਿਫਤਾਰੀ ਕਿਉਂ ਨੀ ਇਹਨਾਂ ਦੀ ਜਿਹਨਾਂ ਨੇ ਗੋਲੀਆਂ ਮਾਰ ਕੇ ਮਾਵਾਂ ਦੇ ਪੁੱਤ ਸ਼ਹੀਦ ਕੀਤੇ ਜ਼ਖਮੀ ਕੀਤੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ ਕਿ ਅਣਪਛਾਤੀ ਪੁਲਿਸ ਦੀ ਪਛਾਣ ਹੋ ਗਈ ਚਾਰ ਤੇ ਮੁਕਦਮਾ ਦਰਜ ਹੋ ਗਿਆ ਤੇ ਗਾਂ ਜਿਹਦਾ ਜਿਹਦਾ ਨਾਂ ਜਦੋਂ ਫੜੇ ਗਏ ਨਾਂ ਲੈਣਗੇ ਕਿੰਨੇ ਆਰਡਰ ਦਿੱਤਾ ਸੀ ਆਈ ਜੀ ਨੇ ਆਈ ਜੀ ਨੂੰ ਕਿੰਨੇ ਦਿੱਤਾ ਡੀਜੀਪੀ ਨੇ ਡੀਜੀਪੀ ਨੂੰ ਕਿੰਨੇ ਦਿੱਤਾ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਨੇ ਕਿੰਨੇ ਦਿੱਤਾ ਤੇ ਜਿਹਦਾ ਜਿਹਦਾ ਨਾਂ ਆਊਗਾ ਸਰਕਾਰ ਐਲਾਨ ਕਰਕੇ ਗਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ ਤੇ ਮੈਂ ਹੋਰ ਅੱਗੇ ਕਰਾਂ ਗੁਰਮੁਖ ਪਿਆਰਿਓ ਬੇਨਤੀ ਅੱਜ ਤੱਕ ਕਦੇ ਗੁਰਮੁਖ ਪਿਆਰਿਓ ਸਿੱਖ ਇੰਸੀਡੈਂਟ ਵਿੱਚ ਜਿੱਥੇ ਸਿੱਖਾਂ ਦਾ ਨੁਕਸਾਨ ਹੋਇਆ ਹੋਵੇ ਮੈਨੂੰ ਦੱਸੋ ਕਿਸੇ ਨੂੰ 1 ਕਰੋੜ ਦਾ ਮੁਆਵਜ਼ਾ ਮਿਲਿਆ ਹੋਵੇ 1 ਕਰੋੜ ਦਾ ਭਾਵੇਂ ਗਏ ਹੋਏ ਜੀ ਵਾਪਸ ਨਹੀਂ ਆਉਂਦੇ ਪਰ ਪਰਿਵਾਰਾਂ ਦੀ ਮਦਦ ਬੱਚਿਆਂ ਦੀ ਮਦਦ ਅੱਜ ਤੱਕ ਕਿੰਨੇ ਇੰਸੀਡੈਂਟ ਭਾਈ ਕਮਲਦੀਪ ਸਿੰਘ ਸੁਨਾਮ ਸ਼ਹੀਦ ਹੋਇਆ ਸਾਡਾ 17 ਮਈ 2007 ਨੂੰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦਿੰਦਾ ਪੰਥ ਨੇ ਤੇ ਪਰਿਵਾਰ ਦਾ ਸਹਿਯੋਗ ਕੀਤਾ ਦੱਸੋ ਕਿਹੜੀ ਸਰਕਾਰ ਨੇ ਮੁਆਵਜ਼ਾ ਦਿੱਤਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਸ਼ਹੀਦ ਕਰ ਦਿੱਤਾ ਗੁਰਦਾਸਪੁਰ ਬਾਦਲਾਂ ਦੇ ਰਾਜ ਵਿੱਚ ਉਹਨਾਂ ਦੀ ਪੁਲਿਸ ਨੇ ਤੇ ਦੱਸੋ ਸਰਕਾਰ ਨੇ ਕਿਹੜਾ ਮੁਆਵਜ਼ਾ ਦਿੱਤਾ ਕਿਹੜੇ ਪੁਲਿਸ ਵਾਲੇ ਫੜੇ ਕਿਹਨਾਂ ਤੇ ਮੁਕਦਮਾ ਦਰਜ ਕੀਤਾ ਭਾਈ ਦਰਸ਼ਨ ਸਿੰਘ ਲੋਹਾਰਾ ਲੁਧਿਆਣੇ ਸ਼ਹੀਦ ਕਰ ਦਿੱਤਾ ਨੂਰ ਮੇਲੀਆ ਆਸੂਤੋਸ਼ ਕਾਂਡ ਵਿੱਚ ਦੱਸੋ ਸਰਕਾਰ ਨੇ ਕੀ ਮੁਆਵਜ਼ਾ ਦਿੱਤਾ ਇਹ ਪਹਿਲੀ ਵਾਰ ਆ ਕਿ ਬਰਗਾੜੀ ਇਨਸਾਫ ਮੋਰਚੇ ਦੀ ਬਦੌਲਤ ਜਿਹੜੇ ਦੋ ਸਿੰਘ ਸ਼ਹੀਦ ਹੋ ਗਏ ਸੀ ਬੇਅਦਬੀ ਕਾਂਡ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਮੌਜੂਦਾ ਪੰਜਾਬ ਸਰਕਾਰ ਕੋਲ 1-1 ਕਰੋੜ ਦਾ ਮੁਆਵਜ਼ਾ ਤੇ 1-1 ਮੈਂਬਰ ਨੂੰ ਪਰਿਵਾਰ ਦੇ ਨੂੰ ਸਰਕਾਰੀ ਨੌਕਰੀ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛ ਕੇ ਦੇਖੋ ਜਿਹਨਾਂ ਨੂੰ ਵੱਡੀ ਰਾਹਤ ਮਿਲੀ ਭਾਵੇਂ ਉਹਨਾਂ ਦੀ ਵੀ ਮੰਗ ਆ ਸਾਡੀ ਵੀ ਮੰਗ ਆ ਵੀ ਗੋਲੀਆਂ ਮਾਰਨ ਵਾਲੇ ਦੋਸ਼ੀ ਫੜੇ ਜਾਣੇ ਚਾਹੀਦੇ ਫਿਰ ਸਾਡਾ ਹਿਰਦਾ ਠੰਡਾ ਹੋਊਗਾ ਉਹ ਤੇ ਫੜਾਉਣੇ ਹੀ ਆ ਗ੍ਰਿਫਤਾਰ ਕਰਾਉਣੇ ਹੀ ਆ ਸੰਘਰਸ਼ ਜਾਰੀ ਆ ਪਰ ਜਿਹੜਾ ਮੁਆਵਜ਼ਾ ਇੰਨਾ ਵੱਡਾ ਮੈਨੂੰ ਦੱਸੋ ਅੱਜ ਤੱਕ ਕਿਸੇ ਸਿੱਖਾਂ ਦਾ ਨੁਕਸਾਨ ਸਿੱਖਾਂ ਦੀ ਘਟਨਾ ਦੇ ਵਿੱਚ ਗੁਰਮੁਖ ਪਿਆਰਿਓ ਕਿਸੇ ਸਿੱਖਾਂ ਨੂੰ 1 ਕਰੋੜ ਦਾ ਮੁਆਵਜ਼ਾ ਇੱਕ ਪਰਿਵਾਰ ਨੂੰ ਸਰਕਾਰ ਨੇ ਦਿੱਤਾ ਹੋਵੇ ਦੋ ਨਕਾਰੇ ਹੋਏ ਜਿਉਂਦੇ ਆ ਕੰਮ ਕਾਰ ਨਹੀਂ ਕਰ ਸਕਦੇ ਇੱਕ ਨੂੰ 40 ਲੱਖ ਇੱਕ ਨੂੰ 60 ਲੱਖ ਸਰਕਾਰ ਤੋਂ ਮੁਆਵਜ਼ਾ
ਤੇ ਜਿਹੜੇ ਮਾਮੂਲੀ ਜ਼ਖਮੀ ਸਨ 10-10 ਲੱਖ ਦਾ ਮੁਆਵਜ਼ਾ ਉਹਨਾਂ ਨੂੰ ਜਿਹੜੇ ਉਸ ਘਟਨਾ ਦੇ ਵਿੱਚ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਾਉਂਦੇ ਇਨਸਾਫ ਮੰਗਦੇ ਜਿਹੜੇ ਜ਼ਖਮੀ ਹੋਏ ਸਨ। ਇਹ ਕਿਹਦੀ ਪ੍ਰਾਪਤੀ ਹੈ? ਬਰਗਾੜੀ ਇਨਸਾਫ ਮੋਰਚੇ ਦੀ। ਇਹ ਤੁਹਾਡੀ, ਤੁਸੀਂ ਉੱਥੇ ਲੱਖਾਂ ਦੀ ਤਾਦਾਦ ਵਿੱਚ ਗਏ, ਸਰਕਾਰਾਂ ਤੇ ਬੋਝ ਬਣਿਆ, ਤੇ ਤਾਂ ਨਹੀਂ ਤੇ ਇਕੱਲਾ ਭਾਵੇਂ ਮੈਂ ਬੈਠਾ ਰਵਾਂ ਭਾਵੇਂ ਮੰਡ ਸਾਹਿਬ ਬੈਠੇ ਰਹਿਣ, ਇਕੱਲੇ ਬੈਠਣ ਦਾ ਸਰਕਾਰ ਤੇ ਕੋਈ ਅਸਰ ਥੋੜ੍ਹੀ ਹੁੰਦਾ। ਨਾਲੇ ਪੂਰੇ ਅਮਨ ਸ਼ਾਂਤਮਈ। ਬੜੇ ਲੋਕ ਕਹਿੰਦੇ ਸੀ ਲੈ ਤਾਂ ਮੰਡੀ ਚ ਬੈਠੇ ਆ, ਕੀ ਪ੍ਰਾਪਤ ਸਰਕਾਰ ਤੇ ਕੀ ਬੋਝ ਆ, ਜਾਂ ਤਾਂ ਸੜਕਾਂ ਰੋਕਣ, ਰੇਲਾਂ ਰੋਕਣ, ਫਿਰ ਸਰਕਾਰ ਤੇ ਬੋਝ ਬਣੇ। ਪਰ ਤੁਹਾਡਾ ਸਾਈਡ ਤੇ ਬੈਠੇ ਆ, ਪੂਰ ਅਮਨ ਬੈਠੇ ਆ, ਗੁਰਬਾਣੀ ਕਥਾ ਕੀਰਤਨ ਕਰਦੇ ਆ, ਅਖੰਡ ਪਾਠ ਹੋਏ, ਸਹਿਜ ਪਾਠ ਹੋਏ, ਰੋਜ਼ਾਨਾ ਗੁਰਬਾਣੀ ਇਤਿਹਾਸ ਦਾ ਪ੍ਰਵਾਹ ਚੱਲਿਆ ਸਾਡੇ 6 ਮਹੀਨਿਆਂ, ਜੇ ਵੀ ਤੁਹਾਡੀ ਵੱਡੀ ਪ੍ਰਾਪਤੀ ਆ ਕਿ ਤੁਸੀਂ ਉਹਨਾਂ ਪਰਿਵਾਰਾਂ ਨੂੰ ਇੰਨਾ ਵੱਡਾ ਵੱਡਾ ਮੁਆਵਜ਼ਾ ਜਿਹੜਾ ਦਵਾ ਦਿੱਤਾ, ਇਹ ਬਹੁਤ ਵੱਡੀ ਪ੍ਰਾਪਤੀ, ਕੋਈ ਛੋਟੀ ਜਿਹੀ ਗੱਲ ਨਹੀਂ। ਮੈਂ ਹੋਰ ਅਗਾਂਹ ਪ੍ਰਾਪਤੀ ਦੀ ਜ਼ਿਕਰ ਕਰਾਂ। ਗੁਰਮੁਖੋ, ਪੰਜਾਬ ਦੇ ਅੰਦਰ ਬੇਅਦਬੀ ਕਾਂਡ 1986 ਚ ਨਕੋਦਰ ਵਾਪਰਿਆ। ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਚ 4 ਸਿੰਘ ਸ਼ਹੀਦ ਕਰ ਦਿੱਤੇ ਗੋਲੀਆਂ ਮਾਰ ਕੇ, ਉਸ ਵੇਲੇ ਦੀ ਬਰਨਾਲਾ ਸਰਕਾਰ ਵੇਲੇ, ਗੁਰਮੁਖ ਪਿਆਰਿਓ ਅਕਾਲੀ ਸਰਕਾਰ ਵੇਲੇ 4 ਸਿੱਖ ਤੇ ਜਿਹੜੇ ਪੁਲਿਸ ਅਫਸਰ ਸਨ ਉਸ ਵੇਲੇ ਜ਼ਰਾ ਆਲਮ ਵਰਗੇ, ਜਿਨ੍ਹਾਂ ਨੇ ਗੋਲੀਆਂ ਮਾਰੀ, ਜਿਹੜੇ ਅਫਸਰਾਂ ਨੇ 4 ਸਿੰਘ ਸ਼ਹੀਦ ਕੀਤੇ। ਕਮਿਸ਼ਨ ਬਣਿਆ ਉਦੋਂ ਵੀ ਜਾਂਚ ਕਮਿਸ਼ਨ, 1986 ਤੋਂ ਅੱਜ 2018 ਆ ਗਿਆ। ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਰਿਪੋਰਟ ਦੇ ਦਿੱਤੀ ਸਰਕਾਰ ਨੇ, ਸਰਕਾਰਾਂ ਕਿੰਨੀਆਂ ਬਦਲੀਆਂ, ਅੱਜ ਤੱਕ ਉਹ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਉਹਦੇ ਤੇ ਕਾਰਵਾਈ ਤੇ ਕੀ ਕਰਨੀ ਸੀ ਕਿ ਦੋਸ਼ੀ ਕੌਣ, ਗੁਨਾਹ ਕਿੰਨਾ ਦਾ, ਇਹ ਤਾਂ ਕਿਹਨੇ ਦੱਸਣਾ ਸੀ, ਉਹ ਜਨਤਕ ਹੀ ਨਹੀਂ ਕੀਤੀ ਗਈ। 1986 ਤੋਂ 2018 ਆ ਗਿਆ ਤੇ ਗੁਰਮੁਖ ਪਿਆਰਿਓ ਜਿਹੜੇ ਦੋਸ਼ੀ ਸਨ ਉਹ ਸਗੋਂ ਬਾਦਲਾਂ ਨੇ ਆਪਣੇ ਸਪਾਹ ਸਲਾਰ ਲਾ ਲਏ। ਉਹ ਜ਼ਰਾ ਆਲਮ ਜਿਹੜਾ ਉਸ ਵੇਲੇ SSP ਸੀ ਜਲੰਧਰ, ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ, ਉਹਦੀ ਘਰਵਾਲੀ, ਉਹ MLA ਮਲੇਰਕੋਟਲਾ ਤੋਂ, ਉਹ ਪਿਛਲੇ ਸਮੇਂ 10 ਸਾਲਾਂ ਦੀ ਸਰਕਾਰ ਰਹੀ ਤੇ ਉਹ ਪਾਰਲੀਮਾਨੀ ਸਕੱਤਰ, ਜਿਹਨਾਂ ਪੁਲਿਸ ਵਾਲਿਆਂ ਗੋਲੀਆਂ ਮਾਰੀਆਂ ਉਹਨੂੰ ਅਹੁਦੇ ਦਿੱਤੇ ਬਾਦਲਾਂ ਨੇ, ਤੇ ਅੱਜ ਵੀ ਉਹ ਬਾਦਲ ਦਲ ਦੇ ਵਿੱਚ। ਗੁਰਮੁਖ ਪਿਆਰਿਓ, ਤੇ ਜਿਹੜਾ ADC ਸੀ ਉਸ ਸਮੇਂ ਦਰਬਾਰਾ ਸਿੰਘ ਗੁਰੂ, ਉਹਨੂੰ 2-3 ਵਾਰੀ ਬਾਦਲ ਦਲ ਦੀ ਟਿਕਟ ਤੇ ਪਹਿਲਾਂ ਭਦੌੜ ਤੋਂ, ਇਸ ਵਾਰ ਬੱਸੀ ਪਠਾਣਾ ਤੋਂ ਇਲੈਕਸ਼ਨ ਲੜਾਈ, ਵੱਖਰੀ ਗੱਲ, ਉਹ ਜਿੱਤਿਆ ਨਹੀਂ। ਤੇ ਹੁਣ ਉਹਨੂੰ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਯੂਨੀਵਰਸਿਟੀ ਆ ਨਾ ਸ੍ਰੀ ਫਤਿਹਗੜ੍ਹ ਸਾਹਿਬ, ਉਹਦਾ ਅਹੁਦੇਦਾਰ ਲਾਇਆ ਹੋਇਆ। ਦੱਸੋ ਸਿੱਖਾਂ ਦੇ ਕਾਤਲ, ਜਾਂਚ ਕਮਿਸ਼ਨ ਬਣਿਆ, ਅੱਜ ਤੱਕ ਜਾਂਚ ਕਮਿਸ਼ਨ ਦੀ ਰਿਪੋਰਟ ਜਨਤਕ ਨਹੀਂ, ਕਾਰਵਾਈ ਤੇ ਕੀ ਹੋਣੀ ਸੀ? ਗੁਰਮੁਖੋ, ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰ ਦਿੱਤਾ ਤੇ ਗੁਰਮੁਖ ਪਿਆਰਿਓ, ਉਹ ਭਾਈ ਗੁਰਦੇਵ ਸਿੰਘ ਕੌਂਕੇ ਸ਼ਹੀਦ ਕੀਤਾ, ਜਾਂਚ ਕਮਿਸ਼ਨ ਬਣਿਆ, ਰਿਪੋਰਟ ਸਬਮਿਟ ਹੋਈ ਪਰ ਜਨਤਕ ਨਹੀਂ ਅੱਜ ਤੱਕ ਹੋਈ। ਗੁਰਮੁਖ ਪਿਆਰਿਓ, ਕਿੰਨੇ ਕਮਿਸ਼ਨ ਬਣੇ, ਕਿਸ ਕਿਸ ਦੀ ਗੱਲ ਕਰਾਂ, ਕਿੰਨੇ ਜਾਂਚ ਕਮਿਸ਼ਨ ਬਣੇ, ਰਿਪੋਰਟਾਂ ਜਨਤਕ ਨਹੀਂ ਹੋਈਆਂ। ਬਾਦਲ ਸਰਕਾਰ ਨੇ ਆਪਣਾ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ, ਉਹਨੇ ਰਿਪੋਰਟ ਦੇ ਦਿੱਤੀ, ਉਹ ਜਨਤਕ ਹੋਈ, ਨਾਲੇ ਉਹਨਾਂ ਦਾ ਆਪਣਾ ਬਣਾਇਆ ਸੀ।
ਗੋਂਗਲੂਆਂ ਤੋਂ ਮਿੱਟੀ ਝਾੜੀ ਸਾਡੀਆਂ ਅੱਖਾਂ ਪੂੰਜੀਆਂ ਜਾਂਚ ਕਮਿਸ਼ਨ ਬਣਾਤਾ ਜੀ ਪਰ ਰਿਪੋਰਟ ਜਨਤਕ ਨਹੀਂ ਜਿੰਨੇ ਜਾਂਚ ਕਮਿਸ਼ਨ ਬਣੇ ਸਾਡੇ ਵੇਖਣ ਵਿੱਚ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਸਿੱਖਾਂ ਦੇ ਦਰਦ ਦੇ ਉੱਤੇ ਸਿੱਖਾਂ ਦੇ ਨਾਲ ਦੁਰਘਟਨਾਵਾਂ ਹੋਈਆਂ ਉਹਨਾਂ ਤੇ ਬਣੇ ਕੋਈ ਰਿਪੋਰਟ ਜਨਤਕ ਨਹੀਂ ਹੋਈ ਕਿਸੇ ਤੇ ਕਾਰਵਾਈ ਨਹੀਂ ਇਹ ਤੁਹਾਡੀ ਬਰਗਾੜੀ ਇਨਸਾਫ ਮੋਰਚੇ ਦੀ ਤੁਹਾਡੀ ਪ੍ਰਾਪਤੀ ਹੈ ਕਿਆ ਦੋ ਸਾਲਾਂ ਦੇ ਵਿੱਚ ਆ ਜਿਹੜੀ ਸਰਕਾਰ ਬਣੀ ਜਿਹੜੀ ਹੁਣ ਮੌਜੂਦਾ ਸਰਕਾਰ ਕੈਪਟਨ ਸਰਕਾਰ ਤੁਸੀਂ ਇੰਨਾ ਦਬਾਅ ਬਣਾਇਆ ਕਿ ਉਹਨਾਂ ਨੇ ਜਾਂਚ ਕਮਿਸ਼ਨ ਬਣਾਇਆ ਜਸਟਿਸ ਰਣਜੀਤ ਸਿੰਘ ਦਾ ਤੇ ਉਹਨੇ ਹਰੇਕ ਜਗ੍ਹਾ ਤੇ ਜਾ ਕੇ ਬਰਗਾੜੀ ਬਹਿਬਲ ਕੋਟਕਪੂਰਾ ਵੱਖ ਵੱਖ ਥਾਵਾਂ ਤੇ ਰਿਪੋਰਟ ਇਕੱਠੀ ਕੀਤੀ ਜਾਂਚ ਕੀਤੀ ਤੇ ਰਿਪੋਰਟ 30 ਜੂਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਸਬਮਿਟ ਕਰ ਦਿੱਤੀ ਤੇ ਫਿਰ ਉਹ ਗੁਰਮੁਖ ਪਿਆਰਿਓ ਵਿਧਾਨ ਸਭਾ ਦੇ ਵਿੱਚ ਜਿਸ ਵਿਧਾਨ ਸਭਾ ਨੇ ਜਾਂਚ ਕਮਿਸ਼ਨ ਬਣਾਇਆ ਸੀ ਉੱਥੇ ਉਹ ਜਨਤਕ ਕੀਤੀ ਤੇ ਉਹਦੇ ਤੇ ਬਹਿਸ ਹੋਈ ਤੇ ਤੁਹਾਡੀ ਗੁਰਮੁਖ ਪਿਆਰਿਓ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ ਕਿ ਤੁਸੀਂ ਉਹ ਰਿਪੋਰਟ ਜਨਤਕ ਵੀ ਕਰਾ ਲਈ ਉਹਦੇ ਤੇ ਬਹਿਸ ਵੀ ਹੋ ਗਈ ਤੇ ਉਹਦੇ ਤੇ ਕਾਰਵਾਈ ਵੀ ਸ਼ੁਰੂ ਹੋ ਗਈ ਤੇ ਜਿੱਦਣ ਉਹ ਵਿਧਾਨ ਸਭਾ ਚ ਸ਼ਾਇਦ 28 ਅਗਸਤ ਸੀ ਗੁਰਮੁਖ ਪਿਆਰਿਓ ਉਦਣ ਲੱਗਦਾ ਹੀ ਨਹੀਂ ਸੀ ਇਹ ਪੰਜਾਬ ਦੀ ਵਿਧਾਨ ਸਭਾ ਤੇ ਉੱਥੇ ਕਾਂਗਰਸੀ MLA ਜਾਂ ਆਮ ਪਾਰਟੀ MLA ਜਾਂ ਲੋਕ ਇਨਸਾਫ ਪਾਰਟੀ MLA ਤੇ ਜਾਂ ਮੰਤਰੀ ਬੋਲ ਰਹੇ ਆ ਉਦਣ ਤੁਸੀਂ ਲਾਈਵ ਸੁਣਿਆ ਉਦਣ ਪੰਜਾਬ ਦੀ ਵਿਧਾਨ ਸਭਾ ਐਂ ਲੱਗਦੀ ਸੀ ਜਿਵੇਂ ਖਾਲਸਾ ਦਰਬਾਰ ਲੱਗਿਆ ਹੁੰਦਾ ਜਕਾਰਿਆਂ ਦੀਆਂ ਗੂੰਜਾਂ ਪੈਂਦੀਆਂ ਸੀ ਬੋਲੇ ਸੋ ਨਿਹਾਲ ਦੇ ਜਕਾਰੇ ਵਿਧਾਨ ਸਭਾ ਦੇ ਅੰਦਰ ਇਹ ਸਾਰਾ ਕੁਝ ਤੁਸੀਂ ਦੇਖਿਆ ਤੁਹਾਡੀ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ ਕਿ ਰਿਪੋਰਟ ਜਨਤਕ ਵੀ ਹੋਈ ਤੇ ਉਹਦੇ ਤੇ ਕਾਰਵਾਈ ਵੀ ਸ਼ੁਰੂ ਹੋਈ ਇਹ ਤੁਹਾਡੀ ਪ੍ਰਾਪਤੀ ਆ ਪੰਜਾਬ ਸਰਕਾਰ ਨੇ ਗਲੋਂ ਗਲਾਵਾਂ ਲਾ ਕੇ CBI ਨੂੰ ਜਾਂਚ ਦੇਣ ਦੀ ਗੁਰਮੁਖ ਪਿਆਰਿਓ ਕਾਹਲੀ ਕੀਤੀ ਬਰਗਾੜੀ ਇਨਸਾਫ ਮੋਰਚੇ ਦੀ ਤੁਹਾਡੀ ਪ੍ਰਾਪਤੀ ਤੁਸੀਂ ਉਸ CBI ਜਾਂਚ ਨੂੰ ਰੱਦ ਕੀਤਾ ਤੇ ਪੰਜਾਬ ਸਰਕਾਰ ਨੂੰ ਉਹ ਜਾਂਚ ਵਾਪਸ ਲੈ ਕੇ SIT ਬਣਾਉਣੀ ਪਈ ਜਿਹੜੀ ਕੁਝ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਣ ਜਾ ਰਹੀ ਹੈ ਸਰਕਾਰ ਨੂੰ ਸਾਡੇ ਵੀ ਬਿਆਨ ਲਿਖੇ ਆ ਕੇ ਉਸ ਇਲਾਕੇ 'ਚ ਜਿਹੜੇ ਉਧਰ ਘਟਨਾ ਦਾ ਸ਼ਿਕਾਰ ਉਹਨਾਂ ਦੇ ਵੀ ਬਿਆਨ ਲਿਖੇ ਤੇ ਗੁਰਮੁਖ ਪਿਆਰਿਓ ਇਹ ਤੁਹਾਡੀ ਵੱਡੀ ਪ੍ਰਾਪਤੀ ਹੈ ਇਹ ਬਰਗਾੜੀ ਇਨਸਾਫ ਮੋਰਚੇ ਦੀਆਂ ਪ੍ਰਾਪਤੀਆਂ ਦਾ ਮੈਂ ਜ਼ਿਕਰ ਕਰ ਰਿਹਾ ਜੇ ਅਸੀਂ ਪ੍ਰਾਪਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਰਬਾਨੀਆਂ ਕੀਤੀਆਂ ਪਰਉਪਕਾਰ ਕੀਤੇ ਜੇ ਉਹਨਾਂ ਦੀਆਂ ਪ੍ਰਾਪਤੀਆਂ ਜੋ ਇਤਿਹਾਸ ਸਿਰਜੇ ਉਹਨਾਂ ਨੇ ਜੇ ਉਧਰ ਨੂੰ ਗੁਰਮੁਖ ਪਿਆਰਿਓ ਬਿਰਤੀ ਲਿਜਾਵਾਂਗੇ ਤੇ ਪਤਾ ਲੱਗੇਗਾ ਕਿੰਨੀਆਂ ਮਹਾਨ ਕੁਰਬਾਨੀਆਂ ਪਰ ਜੇ ਕੀੜੀ ਬਿਰਤੀ ਰੱਖ ਵਿਰੋਧੀ ਬਿਰਤੀ ਰੱਖ ਤੇ ਜੇ ਇਹੀ ਦੇਖਿਆ ਲੈ ਗੁਰੂ ਤੇ ਉਜੜਿਆ ਸਾਨੂੰ ਵੀ ਉਜਾੜੂ ਦਰਵਾਜ਼ੇ ਬੰਦ ਕਰ ਲਏ ਜਾਂ ਅੱਜ ਵੀ ਕਹਿੰਦੇ ਪਰਿਵਾਰ ਉਜਾੜ ਲਿਆ ਪਰ ਉਹਨਾਂ ਨੇ ਕੁਰਬਾਨੀ ਕਰਕੇ ਜਿਹੜਾ ਇਤਿਹਾਸ ਸਿਰਜਿਆ ਨਾ ਅਸੀਂ ਉਹ ਦੇਖੀਏ ਉਸ ਗੁਰੂ ਦੇ ਸੇਵਕ ਸਿੱਖ ਆ ਤੇ ਤੁਸੀਂ ਇਹ ਪ੍ਰਾਪਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਗੁਰਮੁਖ ਪਿਆਰਿਓ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਵੀ 30-30 ਸਾਲ ਚੋਂ ਜੇਲ੍ਹਾਂ ਚ ਨਜ਼ਰ ਬੰਦ ਕੋਈ ਬਾਤ ਨਹੀਂ ਪੁੱਛਦਾ ਉਹਨਾਂ ਦੇ ਅੱਜ ਤੁਹਾਡੀ ਪ੍ਰਾਪਤੀ ਆ ਕਿਉਂਕਿ ਕੇਂਦਰੀ ਏਜੰਸੀਆਂ ਦੀਆਂ ਲੱਗੀਆਂ ਟਾਡਾ ਵਰਗੀਆਂ ਸੰਗੀਨ ਧਰਾਵਾਂ ਸੰਗੀਨ ਐਕਟ ਉਹ ਨਹੀਂ ਸੀ ਬਰੀ ਕਰਦੇ ਗੁਰਮੁਖ ਪਿਆਰਿਓ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ ਕਿ ਪਰਸੋਂ ਭਾਈ ਦਲਵਾਗ ਸਿੰਘ ਬਾਘਾ ਜਿਹੜਾ ਪਹਿਲਾਂ ਵੀ ਜੇਲ੍ਹ 'ਚ ਰਿਹਾ ਤੇ 2007 ਤੋਂ ਲਗਾਤਾਰ 2018 ਆ ਗਿਆ ਉਹ ਨਜ਼ਰ ਬੰਦ ਨਾਭਾ ਜੇਲ੍ਹ ਦੇ ਅੰਦਰ ਗੁਰਮੁਖ ਪਿਆਰਿਓ
ਇਹ ਤੁਹਾਡੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ ਕਿ ਪੰਜਾਬ ਸਰਕਾਰ ਨੂੰ ਮੰਨਣਾ ਪਿਆ ਤੇ ਭਾਈ ਦਿਲਬਾਗ ਸਿੰਘ ਬਾਘਾ ਦੀ ਰਿਹਾਈ ਦੇ ਆਰਡਰ ਕਰ ਦਿੱਤੇ ਉਹਨਾਂ ਨੇ। ਇਹ ਤੁਹਾਡੀ ਪ੍ਰਾਪਤੀ ਹੈ ਬਰਗਾੜੀ ਇਨਸਾਫ ਮੋਰਚੇ ਦੀ ਤੇ ਟਾਡਾ ਦੇ ਅਧੀਨ ਜਿਹੜਾ ਕੈਦੀ ਰਿਹਾ ਹੋਇਆ ਰਾਹ ਖੁੱਲ ਗਿਆ ਹੁਣ ਬਾਕੀ ਸਿੰਘਾਂ ਦੀ ਰਿਹਾਈ ਦਾ ਜਿਹੜੇ ਟਾਡਾ ਦੇ ਅਧੀਨ ਬੰਦ ਸਨ ਕੇਂਦਰੀ ਏਜੰਸੀਆਂ ਦੇ ਅਧੀਨ ਹੁਣ ਸਰਕਾਰਾਂ ਕੋਈ ਬਹਾਨਾ ਨਹੀਂ ਲਾ ਸਕਣਗੀਆਂ ਕਿ ਉਹ ਰਿਹਾ ਨਹੀਂ ਹੋ ਸਕਦੇ ਉਹ ਚਾਹੇ ਗੁਰਮੁਖ ਪਿਆਰਿਓ ਭਾਈ ਗੁਰਮੀਤ ਸਿੰਘ ਹੋਵੇ ਭਾਈ ਸ਼ਮਸ਼ੇਰ ਸਿੰਘ ਹੋਵੇ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ ਤੇ ਚਾਹੇ ਭਾਈ ਲਾਲ ਸਿੰਘ ਅਕਾਲਗੜ੍ਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਚਾਹੇ ਉਹ ਭਾਈ ਗੁਰਦੀਪ ਸਿੰਘ ਖਹਿੜਾ ਚਾਹੇ ਭਾਈ ਦਇਆ ਸਿੰਘ ਲਾਹੌਰੀਆ ਭਾਈ ਬਲਵੰਤ ਸਿੰਘ ਰਾਜੋਵਾਣਾ ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਵੇਂ ਤੁਹਾਡਾ ਸਰਬੱਤ ਖਾਲਸਾ ਦਾ ਥਾਪਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਵੇ ਸਰਕਾਰਾਂ ਕੋਈ ਅੜਿੱਕਾ ਨਹੀਂ ਲਾ ਸਕਦੀਆਂ ਜਿਨ੍ਹਾਂ ਦੀਆਂ ਪੈਰੋਲਾਂ ਬਣਦੀਆਂ ਪੈਰੋਲ ਹੋਊ ਜਿਨ੍ਹਾਂ ਦੀਆਂ ਜੇਲ੍ਹ ਤਬਦੀਲੀਆਂ ਬਣਦੀਆਂ ਜੇਲ੍ਹ ਤਬਦੀਲੀ ਤੇ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ ਉਹ ਰਿਹਾਈਆਂ ਹੋਣਗੀਆਂ ਆਉਣ ਵਾਲੇ ਦਿਨਾਂ ਚ ਤੁਸੀਂ ਦੇਖੋਗੇ ਕਿੰਨੇ ਸਿੰਘ ਰਿਹਾ ਹੁੰਦੇ ਆ ਭਾਈ ਦਿਲਬਾਗ ਸਿੰਘ ਬਾਘਾ ਹੋਇਆ ਜਿਹੜੇ ਬਾਕੀ ਸਟੇਟਾਂ ਸਾਡੇ ਪੰਜਾਬ ਦੇ ਸਿੱਖ ਜੈਪੁਰ ਨਜ਼ਰਬੰਦ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੁੱਖ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਰਾਜਸਥਾਨ ਨੂੰ ਚਿੱਠੀ ਲਿਖ ਦਿੱਤੀ ਹੈ ਤੁਹਾਡੀ ਪ੍ਰਾਪਤੀ ਹੈ ਜਿਹੜੇ ਪੰਥ ਖਾਤਰ ਤੁਹਾਡੇ ਖਾਤਰ ਕੁਰਬਾਨੀਆਂ ਕਰਕੇ 20-30 ਸਾਲ ਤੋਂ ਜੇਲ੍ਹਾਂ ਚ ਬੈਠੇ ਤੁਹਾਡਾ ਫਰਜ਼ ਬਣਦਾ ਉਹਨਾਂ ਦੀਆਂ ਰਿਹਾਈਆਂ ਕਰਾਉਣੀਆਂ ਮਾਵਾਂ ਦੇ ਪੁੱਤ ਤੇ ਉਹਨਾਂ ਦੀਆਂ ਰਿਹਾਈਆਂ ਤੇ ਅੱਜ ਗੁਰਮੁਖ ਪਿਆਰਿਓ ਕਰਨਾਟਕ ਦੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਗੁਰਦੀਪ ਸਿੰਘ ਖਹਿੜਾ ਜਿਹੜਾ ਅੱਜ ਕੱਲ ਅੰਮ੍ਰਿਤਸਰ ਜੇਲ੍ਹ ਚ ਪਰ ਕੇਸ ਕਰਨਾਟਕ ਦਾ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸੰਘਰਸ਼ ਕੀਤਾ ਦੋ ਪੜਾਵਾਂ ਚ ਪਹਿਲਾਂ ਅੰਬ ਸਾਹਿਬ ਗੁਰਦੁਆਰਾ ਸਾਹਿਬ ਫਿਰ ਲਖਨੌਰ ਸਾਹਿਬ ਤੇ ਫਿਰ ਤੀਜੀ ਵਾਰ ਤਾਂ ਸ਼ਹਾਦਤ ਦਿੱਤੀ ਉਸਨੇ ਪਰ ਉਹਦੀ ਕੁਰਬਾਨੀ ਦਾ ਸਦਕਾ ਕਿੰਨੇ ਸਿੰਘਾਂ ਨੂੰ ਪਰੋਲਾਂ ਮਿਲੀਆਂ ਸੰਘਰਸ਼ ਦਾ ਸਦਕਾ ਫਿਰ ਬਾਪੂ ਸੂਰਜ ਸਿੰਘ ਖਾਲਸਾ ਸੰਘਰਸ਼ ਕੀਤਾ ਕਿੰਨੇ ਸਿੰਘਾਂ ਨੂੰ ਪਰੋਲਾਂ ਮਿਲੀਆਂ ਕਿੰਨੇ ਜੇਲ ਤਬਦੀਲੀਆਂ ਦਿੱਲੀ ਤੋਂ ਪੰਜਾਬ ਤਬਦੀਲ ਹੋਏ ਕਰਨਾਟਕ ਤੋਂ ਪੰਜਾਬ ਤਬਦੀਲ ਹੋਏ ਤੇ ਹੁਣ ਸੰਘਰਸ਼ ਗੁਰਮੁਖ ਪਿਆਰਿਓ ਬਰਗਾੜੀ ਇਨਸਾਫ ਮੋਰਚੇ ਦਾ ਆਉਣ ਵਾਲੇ ਦਿਨਾਂ ਚ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਭਾਈ ਗੁਰਦੀਪ ਸਿੰਘ ਦੀ ਰਿਹਾਈ ਵਾਸਤੇ ਲੈਟਰ ਲਿਖ ਦਿੱਤਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਇਹਨਾਂ ਦੀ ਰਿਹਾਈ ਕੀਤੀ ਜਾਵੇ ਅਸੀਂ ਰਿਕਮੈਂਡ ਕਰਦੇ ਹਾਂ ਆਪਣੇ ਵੱਲ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ ਤੁਹਾਡੀ ਗੁਰਮੁਖ ਪਿਆਰਿਓ ਪ੍ਰਾਪਤੀਆਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਤੁਸੀਂ ਮੋਰਚਾ ਲਾ ਕੇ ਗੁਰਮੁਖ ਪਿਆਰਿਓ ਪ੍ਰਾਪਤੀਆਂ ਕੀਤੀਆਂ ਔਰ ਮੋਰਚਾ ਵੀ ਸ਼ਾਂਤਮਈ ਨੁਕਸਾਨ ਕੋਈ ਨਹੀਂ ਕਰਾਇਆ ਤੁਸੀਂ ਮੋਰਚੇ ਚ ਗੁਰਮੁਖ ਪਿਆਰਿਓ ਕੋਈ ਲਾਠੀ ਚਾਰਜ ਨਹੀਂ ਕੋਈ ਗੋਲੀਆਂ ਨਹੀਂ ਚੱਲੀਆਂ ਕਿਉਂ ਕਿਉਂਕਿ ਤੁਸੀਂ ਵਾਇਲੈਂਸ ਨਹੀਂ ਪੈਦਾ ਵਿਦਆਊਟ ਵਾਇਲੈਂਸ ਸ਼ਾਂਤਮਈ ਇਹ ਪਹਿਲੀ ਵੱਡੀ ਪ੍ਰਾਪਤੀ ਮੋਰਚੇ ਹੁਣ ਤੱਕ ਬਹੁਤ ਲਾਏ ਸਤਿਕਾਰ ਯੋਗ ਨੇ ਸਭ ਜਿਨ੍ਹਾਂ ਨੇ ਲਾਏ ਅਸੀਂ ਸਿਜਦਾ ਕਰਦੇ ਹਾਂ ਪਰ ਪ੍ਰਾਪਤੀਆਂ ਗਿਣ ਲਓ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਦੇਖੋ ਕਿੱਡੀ ਵੱਡੀ ਆ ਤੇ ਹੋਰ ਅਸੀਂ ਛੋਟੇ ਮੋਟੇ ਮੋਰਚਿਆਂ ਦੀ ਗੱਲ ਕਰੀਏ ਗੁਰਮੁਖ ਪਿਆਰਿਓ ਪ੍ਰਾਪਤੀ ਵਾਲੇ ਪਾਸ 2015 ਦੀ ਗੱਲ ਦੇਖ ਲਓ ਕੋਟ ਕਪੂਰਾ ਤੇ ਬਹਿਬਲ ਸ਼ਹਾਦਤਾਂ ਹੋਈਆਂ ਜ਼ਖਮੀ ਹੋਏ ਪੰਜਾਬ ਸੜਕਾਂ ਤੇ ਪਰ ਪ੍ਰਾਪਤੀ ਕੀ ਹੋਈ ਫੜਿਆ ਕੌਣ ਗਿਆ ਮੁਕਦਮਾ ਕੀਤੇ ਤੇ ਕਿਸੇ ਤੇ ਨਹੀਂ ਅਣਪਛਾਤੀ ਪੁਲਿਸ ਉਲਟਾ ਅਸੀਂ ਜੇਲ੍ਹਾਂ ਚ
ਸਾਨੂੰ ਹੀ ਦੋ ਦੋ ਚਾਰ ਚਾਰ ਮਹੀਨੇ ਜੇਲਾਂ ਚ ਨਜ਼ਰ ਬੰਦ ਰੱਖਿਆ, ਮੁਕਦਮੇ ਵੀ ਸਿੱਖਾਂ ਤੇ, ਬੇਅਦਬੀ ਵੀ ਸਾਡੇ ਗੁਰੂ ਦੀ, ਤੇ ਜੇਲਾਂ ਚ ਵੀ ਸਾਨੂੰ ਹੀ ਡੱਕਿਆ, ਦੋਸ਼ੀਆਂ ਨੂੰ ਛਤਰ ਛਾਇਆ ਦਿੱਤੇ। ਪਰ ਇਹ ਬਰਗਾੜੀ ਦਾ ਇਨਸਾਫ ਮੋਰਚਾ ਕਿ ਅੱਜ ਉਹ ਦੋਸ਼ੀ ਜੇਲਾਂ ਚ ਆ, ਇਹ ਤੁਹਾਡੀ ਪ੍ਰਾਪਤੀ ਹੈ ਗੁਰਮੁਖ ਪਿਆਰਿਓ। ਇਹਨਾਂ ਪ੍ਰਾਪਤੀਆਂ ਦਾ ਜ਼ਿਕਰ ਕਰੋ, ਭਰੇ ਹੋਏ ਗਲਾਸ ਦੀ ਗੱਲ ਕਰੋ, ਖਾਲੀ ਨੀ ਜਿਹੜੀਆਂ ਰਹਿ ਗਈਆਂ ਨੇ। ਮੋਰਚਾ ਸੰਘਰਸ਼ ਜਾਰੀ ਆ, ਸੰਘਰਸ਼ ਗੁਰਮੁਖ ਪਿਆਰਿਓ। ਪਰਸੋਂ ਨੂੰ ਰੂਪ ਰੇਖਾ ਐਲਾਨ ਹੋ ਜਾਣੀ ਹੈ ਅਗਲੇ ਸੰਘਰਸ਼ ਦੀ, ਜਦੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੱਥਾ ਟੇਕਿਆ ਬਰਗਾੜੀ ਤੋਂ, ਤੇ ਉੱਥੇ ਐਲਾਨ ਗੁਰਮੁਖ ਪਿਆਰਿਓ ਅਗਲਾ ਸੰਘਰਸ਼ ਦਾ ਐਲਾਨ। ਮੈਂ ਬੇਨਤੀ ਕੀਤੀ, ਮੈਂ ਕਿਹਾ ਜਥੇਦਾਰ ਸਾਹਿਬ, ਸੰਗਤਾਂ ਲੱਖਾਂ ਸਾਡੇ ਕੋਲ ਬਰਗਾੜੀ ਆਈਆਂ ਨੇ, ਆ ਗਏ ਸਾਰੇ ਗੁਰੂ ਦੇ ਪਿਆਰੇ, ਜਿਹੜੇ ਨਹੀਂ ਆ ਸਕੇ ਉਹਨਾਂ ਕੋਲੇ ਆਪਾਂ ਚੱਲਦੇ ਹਾਂ, ਹੁਣ ਪਿੰਡਾਂ ਦੀਆਂ ਸੱਥਾਂ ਚ ਉਹਨਾਂ ਕੋਲੇ ਆਪਾਂ ਚੱਲੀਏ। ਜਿਹੜੇ ਗੁਰੂ ਨਾਨਕ ਦੇ ਪਿਆਰੇ ਉਹ ਗੁਰੂ ਨਾਨਕ ਕੋਲੇ ਆ ਗਏ, ਜਿਹੜੇ ਕੌਡੇ ਰਾਕਸ਼ ਵਰਗੇ ਸੀ ਗੁਰੂ ਨਾਨਕ ਉਹਨਾਂ ਦੇ ਕੋਲ ਚੱਲ ਕੇ ਗਏ, ਸੱਜਣ ਠੱਗ ਭੂਮੀਏ ਚੋਰ ਵਰਗਿਆਂ ਕੋਲੇ। ਮੈਂ ਕਿਹਾ ਜਿਹੜੇ ਵਿਰੋਧੀ ਨਹੀਂ ਆਏ ਉਹਨਾਂ ਕੋਲੇ ਆਪਾਂ ਚੱਲਦੇ ਹਾਂ ਪਿੰਡਾਂ ਦੇ ਅੰਦਰ ਸੱਥਾਂ ਚ, ਜਾਂ ਜਿਹੜੇ ਕਿਸੇ ਕਾਰਨ ਨਹੀਂ ਆ ਸਕੇ ਉਹਨਾਂ ਨੂੰ ਬਰਗਾੜੀ ਇਨਸਾਫ ਮੋਰਚੇ ਦੀ ਗੱਲ, ਪ੍ਰਾਪਤੀਆਂ ਦੀ ਗੱਲ, ਤੇ ਜਿਹੜਾ ਰਹਿ ਗਿਆ ਸੰਘਰਸ਼, ਬੰਦੀਆਂ ਸਿੰਘਾਂ ਦੀ ਰਿਹਾਈ, ਦੋਸ਼ੀਆਂ ਦੀ ਗ੍ਰਿਫਤਾਰੀ, ਜਿਹੜੇ ਵੱਡੇ ਮਗਰਮੱਛ ਵੱਡੇ ਦੋਸ਼ੀ ਆ ਉਹਨਾਂ ਦੀ ਗੱਲ, ਪੰਜਾਬ ਚ ਇੱਕ ਲਹਿਰ ਪੈਦਾ ਹੋਵੇ। ਬਰਗਾੜੀ ਦੇ ਇਨਸਾਫ ਮੋਰਚੇ ਸਾਢੇ ਛੇ ਅੱਧਾ ਸਾਲ ਕਹਿ ਦੇਣਾ ਸੌਖਾ, ਅੱਧਾ ਸਾਲ ਹੋ ਗਿਆ, ਤੇ ਸਾਰੀ ਗੱਲ ਸੰਗਤਾਂ ਚ ਲਜਾਈ ਜਾਵੇ। ਗੁਰਮੁਖ ਪਿਆਰਿਓ ਆਓ, ਇਸ ਚੀਜ਼ ਦੀ ਲੋੜ ਆ, ਆਪਾਂ ਇਸ ਪਾਸੇ ਧਿਆਨ ਦੇਈਏ। ਗੁਰਮੁਖ ਪਿਆਰਿਓ ਬਰਗਾੜੀ ਇਨਸਾਫ ਮੋਰਚਾ ਪਰ ਹੈ ਗੁਰੂ ਦੇ ਆਸਰੇ, ਗੁਰੂ ਦੇ ਭਰੋਸੇ। ਗੁਰਮੁਖ ਪਿਆਰਿਓ ਕੋਈ ਮੈਂ ਵਾਲੀ ਗੱਲ ਨਹੀਂ, ਕੋਈ ਹਉਮੈ ਵਾਲੀ ਗੱਲ ਨਹੀਂ, ਇਹ ਤਾਂ ਸਤਿਗੁਰ ਦੀ ਰਹਿਮਤ ਦੇ ਨਾਲ ਹੀ। ਗੁਰਮੁਖ ਪਿਆਰਿਓ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਸ਼ਾਰ ਕੀਆ, ਭਇਓ ਕਬੀਰ ਕਬੀਰੇ। ਤੇ ਗੁਰੂ ਨੇ ਕਲਾ ਵਰਤਾਈ, ਗੁਰੂ ਨੇ ਕੀਤਾ, ਤੁਹਾਡੀ ਜੈ ਜੈਕਾਰ, ਬਰਗਾੜੀ ਇਨਸਾਫ ਮੋਰਚੇ ਦੀ ਜੈ ਜੈਕਾਰ, ਕਿਹੜੀਆਂ ਪ੍ਰਾਪਤੀਆਂ ਕਰ ਲਈਆਂ। ਗੁਰਮੁਖ ਪਿਆਰਿਓ, ਇਹ ਤੁਹਾਡੀ ਜੈ ਜੈਕਾਰ, ਗੁਰੂ ਨੇ ਵਡਿਆਈ ਦਿੱਤੀ, ਗੁਰੂ ਆਪਣੀ ਸੰਗਤਾਂ ਨੂੰ, ਵਡਿਆਈ ਆਪਣੇ ਸਿੱਖਾਂ ਪਿਆਰਿਆਂ ਨੂੰ, ਜਿਹਨਾਂ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਪੂਜਾ ਉਹਨਾਂ ਦੀ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ। ਬਹੁਤ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਕਰਦੇ ਪਰ ਪ੍ਰਵਾਹ ਨਾ ਮੰਨੋ, ਜੇ ਨੀਅਤ ਸਾਫ਼, ਨੀਅਤ ਸਾਫ਼ ਨਾਲ ਸੰਘਰਸ਼, ਗੁਰੂ ਦਾ ਪਿਆਰ, ਉਤਰਾਅ ਚੜਾ ਮੋਰਚਿਆਂ ਦੇ ਆਉਂਦੇ ਆ, ਮੋਰਚੇ ਲੱਗਦੇ, ਪ੍ਰਾਪਤੀ ਕਰੋ ਫਿਰ ਅਗਾਂਹ ਤੁਰੋ। ਗੁਰਮੁਖ ਪਿਆਰਿਓ, ਉਹਨਾਂ ਕਦਮਾਂ ਤੇ ਖੜੇ ਰਹੋ, ਜੇ ਅੱਗੋਂ ਜ਼ਿਆਦਾ ਗੁਰਮੁਖ ਪਿਆਰੇ ਉਦਾਂ ਦਾ ਦਬਾਅ ਦੇਦਾ, ਦੋ ਕਦਮ ਪਿੱਛੇ ਹੋ ਜਾਣਾ ਤੇ ਫਿਰ ਉਹਨਾਂ ਕਦਮਾਂ ਤੇ ਆ ਜਾਣਾ, ਫਿਰ ਮੌਕਾ ਪਾ ਕੇ ਦੋ ਕਦਮ ਅਗਾਂਹ ਹੋ ਜਾਣਾ। ਮੋਰਚੇ ਤਾਂ ਏਦਾਂ ਹੀ, ਸੰਘਰਸ਼ ਤਾਂ ਏਦਾਂ ਹੀ ਚੱਲਦੇ, ਪ੍ਰਾਪਤੀਆਂ ਦੇ ਸੰਘਰਸ਼, ਪ੍ਰਾਪਤੀਆਂ ਦੇ। ਨੁਕਸਾਨ ਤੇ ਜਦੋਂ ਮਰਜ਼ੀ, ਕੁਰਬਾਨੀ ਤੋਂ ਡਰਦੇ ਨਹੀਂ ਸਿੱਖ, ਜੇਲਾਂ ਤੋਂ ਡਰਦੇ ਨਹੀਂ ਸਿੱਖ, ਮੁਕਦਮਿਆਂ ਤੋਂ ਡਰਦੇ ਨਹੀਂ। ਬਥੇਰਾ ਜਬਰ ਜ਼ੁਲਮ ਝੱਲਿਆ, ਅੱਜ ਵੀ ਝੱਲ ਰਹੇ ਆ, ਬਥੇਰੀਆਂ ਤਰੀਕਾਂ ਭੁਗਤਦੇ ਆ, ਬਥੇਰੀਆਂ ਜੇਲਾਂ ਮੋਰਚੇ ਬੜੇ ਪਰਚੇ। ਗੁਰਮੁਖ ਪਿਆਰਿਓ, ਪਰ ਗੁਰੂ ਦੇ ਸਿੱਖਾਂ ਕਦੇ ਪਰਵਾਹ ਨਹੀਂ, ਗੁਰੂ ਦੇ ਸਿੱਖਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼। ਮੀਰ ਮੰਨੋ ਦੀ ਜੇਲਾ ਮਾਤਾਵਾਂ ਬੀਬੀਆਂ ਭੈਣਾਂ ਬੈਠੀਆਂ ਨੇ, ਮਾਈ ਭਾਗੋ ਦੀਆਂ ਵਾਰਸ,
ਜਦੋਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਸੀ ਮੀਰ ਮੰਨੂ ਦੀ ਜੇਲ੍ਹ, ਅੱਜ ਵੀ ਲਾਹੌਰ ਦੇ ਉਹ ਬਾਜ਼ਾਰ ਵਿੱਚ ਜਾਓ, ਅੱਜ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਬਣਿਆ, ਨਖਾਸ ਚੌਂਕ ਜਾਓ, ਅੱਜ ਵੀ ਭਾਈ ਤਾਰੂ ਸਿੰਘ ਦਾ ਪਾਵਨ ਸਥਾਨ, ਛੋਟਾ ਜਿਹਾ ਸਥਾਨ, ਗੁਰੂ ਕਿਰਪਾ ਕਰੇ ਆਉਣ ਵਾਲੇ ਦਿਨਾਂ ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੇਵਾ ਸ਼ੁਰੂ ਕਰਵਾ ਕੇ ਉਹਨੂੰ ਵੱਡਾ ਬਣਾਉਣ ਦੀ ਕੋਸ਼ਿਸ਼, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਕਦੋਂ ਦੀਆਂ ਅਰਦਾਸਾਂ, ਕਦੋਂ ਦੀ ਮੰਗ, ਤੇ ਅੱਜ ਗੁਰੂ ਨੇ ਕਿਰਪਾ ਤੁਹਾਡੀਆਂ ਅਰਦਾਸਾਂ ਸੁਣੀਆਂ ਗਈਆਂ, ਤੇ ਅੱਜ ਗੁਰਮੁਖ ਪਿਆਰਿਓ ਲਾਂਘਾ ਖੁੱਲ ਰਿਹਾ, ਭਾਰਤ ਨੇ ਵੀ ਨੀਂਹ ਪੱਥਰ ਰੱਖਤਾ, ਪਾਕਿਸਤਾਨ ਨੇ ਵੀ ਰੱਖਤਾ, ਸਿਆਸੀ ਲੋਕ ਤੇ ਸਿਆਸਤ ਕਰਦੇ ਰਹੇ, ਪਰ ਸੰਗਤਾਂ ਦੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ ਤੇ ਅੱਜ ਰਾਹ ਖੁੱਲ ਰਿਹਾ, ਖੁੱਲੇ ਦਰਸ਼ਨ ਕਰਤਾਰਪੁਰ ਸਾਹਿਬ ਦੇ, ਗੁਰੂ ਕਿਰਪਾ ਕਰੂ ਕਦੇ ਖੁੱਲੇ ਦਰਸ਼ਨ ਦਾਰੇ ਨਨਕਾਣਾ ਸਾਹਿਬ ਦੇ ਵੀ ਹੋਣਗੇ। ਗੁਰੂ ਨੇ ਕਿਰਪਾ ਕਰਨੀ ਹੈ, ਬਾਕੀ ਗੁਰਦੁਆਰਿਆਂ ਗੁਰਧਾਮਾਂ ਦੇ ਵੀ। ਤੇ ਗੁਰਮੁਖ ਪਿਆਰਿਓ, ਜਬਰ ਜ਼ੁਲਮ ਤੋਂ ਡਰਦਾ ਨਹੀਂ ਸਿੱਖ, ਮੀਰ ਮੰਨੂ ਦੀ ਜੇਲ੍ਹ, ਬੱਚਿਆਂ ਦੇ ਡੱਕਰੇ ਕਰਕੇ ਝੋਲੀਆਂ ਚ ਪਾਏ, ਗਲਾਂ ਚ ਹਾਰ ਪਾਏ, ਨੇਜਿਆਂ ਤੇ ਟੰਗੇ, ਪਰ ਫੇਰ ਵੀ ਸਿੱਖਾਂ ਹਮੇਸ਼ਾ ਜ਼ਾਲਮਾਂ ਨੂੰ ਵੰਗਾਰ ਕੇ ਆਖਿਆ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੋਣ ਸਵਾਏ, ਹੋਏ ਕੀ ਆਖਿਆ, ਹਮੇਸ਼ਾ ਜ਼ਾਲਮ ਨੂੰ ਵੰਗਾਰ ਕੇ, ਚਾਹੇ ਮੁਗਲ ਹੋਵੇ ਤੇ ਚਾਹੇ ਅੰਗਰੇਜ਼ ਤੇ ਚਾਹੇ ਮੌਜੂਦਾ ਦਿੱਲੀ ਇੰਦਰਾ ਬੇਅੰਤਾ ਕੋਈ ਹੋਵੇ, ਆ ਬਾਬਰ ਬਾਦਲ ਕੇ ਕੋਈ ਹੋਣ, ਗੁਰੂ ਕੇ ਸਿੱਖ ਕਦੇ ਘਬਰਾਏ ਨਹੀਂ, ਨਾ ਮੁਕਦਮਿਆਂ ਤੋਂ, ਨਾ ਪਰਚਿਆਂ ਤੇ, ਨਾ ਜੇਲ੍ਹਾਂ ਤੋਂ, ਹਮੇਸ਼ਾ ਜ਼ਾਲਮ ਨੂੰ ਵੰਗਾਰ ਕੇ ਗੁਰੂ ਕੇ ਸਿੱਖਾਂ ਕੀ ਆਖਿਆ, ਬੜਿਓ ਪਿਆਰ ਵਿੱਚ ਸਾਰੇ, ਉਹ ਭਾਵੇਂ ਮਾਰ ਮਾਰ ਜ਼ਾਲਮਾਂ ਮੁਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਮਾਰ ਮਾਰ ਜ਼ਾਲਮਾਂ ਮੁਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਮਾਰ ਮਾਰ ਜ਼ਾਲਮਾਂ ਮੁਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਆਓ ਮਾਰ ਮਾਰ ਜ਼ਾਲਮਾਂ ਮੁਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਸਿੰਘਾਂ ਦੀ ਮੁਕਾਇਆ ਮੁਕਣਾ, ਆਉਂਵੇ ਮਾਰ ਮਾਰ ਜਾਲ ਮਮਕਾਲ, ਸਿੰਘਾਂ ਦੀ ਮੁਕਾਇਆ ਮੁਕਣਾ, ਓ ਮਾਰ ਮਾਰ ਜਾਲ ਮਮਕਾਲਾ, ਪਾਪੀਆ ਮੁਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਮਾਰ ਮਾਰ ਜਾਲ ਮਮਕਾਲਾ, ਸਿੰਘਾਂ ਨੀ ਮੁਕਾਇਆ ਮੁਕਣਾ, ਸਿੰਘਾਂ ਨੀ ਮੁਕਾਇਆ ਮੁਕਣਾ, ਆਵੇ ਮਾਰ ਮਾਰ ਜਾਲ ਮਮਕਾਲ, ਸਿੰਘਾਂ ਨੀ ਮੁਕਾਇਆ ਮੁਕਣਾ, ਆਵੇ ਮਾਰ ਮਾਰ ਜਾਲ ਮਮਕਾਲ, ਸਿੰਘਾਂ ਨੀ ਮੁਕਾਇਆ ਮੁਕਣਾ, ਆਵੇ ਮਾਰ ਮਾਰ ਜਾਲ ਮਮਕਾਲ, ਸਿੰਘਾਂ ਨੀ ਮੁਕਾਇਆ ਮੁਕਣਾ, ਪਿਆਰ ਜੀ ਮੁਕਾਇਆ ਮੁਕਣਾ, ਮੇਰੇ ਪਿਆਰੇ ਸਿੰਘਾਂ ਨੀ ਮੁਕਾਇਆ ਮੁਕਣਾ, ਸਿੰਘਾਂ ਨੀ ਮੁਕਾਇਆ ਮੁਕਣਾ, ਮੇਰੇ ਪਿਆਰੇ ਸਿੰਘਾਂ ਨੀ ਮੁਕਾਇਆ ਮੁਕਣਾ, ਕਰ ਜੀ ਸਿੰਘਾਂ ਨੀ ਮੁਕਾਇਆ ਮੁਕਣਾ, ਮੇਰੇ ਪਿਆਰੇ ਸਿੰਘਾਂ ਨੀ ਮੁਕਾਇਆ ਮੁਕਣਾ, ਹਾਂ ਸਿੰਘਾਂ ਨਹੀਂ ਓ ਜੀ
ਮੁਕਾਇਆ ਮੁਕਣਾ ਸਿੰਘਾ ਨਹੀਂ ਹੋ ਜੀ ਮੁਕਾਇਆ ਮੁਕਣਾ ਸਿੰਘਾ ਨੀ ਮੁਕਾਇਆ ਮੁਕਣਾ ਭਾਵੇਂ ਮਾਰ ਮਾਰ ਗਾਲ ਮਾ ਮੁਕਾ ਲਾਇਆ ਮਾਰ ਮਾਰ ਗਾਲ ਮਾ ਮੁਕਾ ਲਾਇਆ ਮਾਰ ਮਾਰ ਪਾਪੀ ਆ ਮੁਕਾ ਲਿੰਘਾ ਨੀ ਮੁਕਾਇਆ ਮੁਕਣਾ ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜੋ ਜੋ ਮੈਨੂੰ ਵੱਢਦਾ ਇਸ ਨੂੰ ਸਵਾਏ ਹੋਏ ਆਓ ਖਾਲਸਾ ਜੀ ਜਰਾ ਧਿਆਨ ਦੇਣਾ ਜ਼ਬਰ ਜ਼ੁਲਮ ਤੋਂ ਕਦੇ ਗੁਰੂ ਕੇ ਸਿੰਘ ਘਬਰਾਏ ਨਹੀਂ ਜੇਲਾਂ ਮੁਕਦਮੇ ਫਾਂਸੀਆਂ ਤੇ ਆਰੇ ਚੜਖੜੀਆਂ ਇਹ ਸਾਰਾ ਕੁਝ ਇਤਿਹਾਸ ਸਾਡਾ ਮਾਰਗਦਰਸ਼ਨ ਕਰਦਾ ਆਪਣੇ ਬਜ਼ੁਰਗਾਂ ਆਪਣਾ ਪੁਰਖਿਆਂ ਦਾ ਜਦੋਂ ਇਤਿਹਾਸ ਪੜ੍ਹਦੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨਾ ਤੇ ਫਿਰ ਸਾਨੂੰ ਇਸ ਗੱਲ ਦੀ ਪ੍ਰੇਰਨਾ ਮਿਲਦੀ ਰਹੋ ਵਿਚਾਰ ਮੈਂ ਬੇਨਤੀ ਕਰ ਰਿਹਾ ਸੀ ਬਰਗਾੜੀ ਇਨਸਾਫ ਮੋਰਚੇ ਦੀਆਂ ਪ੍ਰਾਪਤੀਆਂ ਬੇਅਦਬੀ ਹੋਈ ਉਦੋਂ ਜੇਲ੍ਹਾਂ ਚ ਵੀ ਸਾਨੂੰ ਹੀ ਡੱਕਿਆ ਮੁਕਦਮੇ ਵੀ ਸਾਡੇ ਪਰਵਾਹ ਨਹੀਂ ਇਸ ਗੱਲ ਦੀ ਗੁਰੂ ਦੇ ਰਾਹ ਤੇ ਚੱਲਦਿਆਂ ਅੱਜ ਵੀ ਨਾ ਜੇਲ੍ਹਾਂ ਨਾ ਮੁਕਦਮਿਆਂ ਦੀ ਪਰਵਾਹ ਪਰ ਪੂਰੇ ਅਮਨ ਸ਼ਾਂਤਮਈ ਤਰੀਕੇ ਨਾਲ ਇੰਨੀਆਂ ਵੱਡੀਆਂ ਪ੍ਰਾਪਤੀਆਂ ਹੋ ਜਾਣ ਅੱਜ ਵੱਡੀ ਪ੍ਰਾਪਤੀ ਜਿੱਥੇ ਸਿੰਘਾਂ ਦੀ ਰਿਹਾਈ ਜੇਲ੍ਹ ਤਬਦੀਲੀ ਉੱਥੇ ਆ 13, 14 ਤੇ 15 ਦਸੰਬਰ ਪੰਜ ਚਾਰ ਦਿਨ ਬਾਕੀ ਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਤੇ ਉੱਥੇ ਸਰਕਾਰ ਬਿੱਲ ਪਾਸ ਕਰਨ ਜਾ ਰਹੀ ਹੈ ਐਲਾਨ ਕਰਨ ਜਾ ਰਹੀ ਹੈ ਕਾਹਦਾ ਜਿਹੜੇ ਬਾਕੀ ਬੰਦੀ ਸਿੰਘ ਨੇ ਜਿਨ੍ਹਾਂ ਦੀ ਪਰੋਲ 20-30 ਦਿਨ ਬਣਦੀ ਉਹਨਾਂ ਨੂੰ 6-6, 6.5-6 ਮਹੀਨੇ ਦੀ ਪਰੋਲ ਕਿੱਥੇ ਅੱਜ ਉਹ 20-30 ਦਿਨ ਹੀ ਬਾਹਰ ਆ ਸਕਦੇ ਆ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਜੋ ਸਰਕਾਰ ਨੇ ਐਲਾਨ ਕੀਤਾ 6-6, 6.5-6 ਮਹੀਨੇ ਦੀ ਪਰੋਲ ਉਹ ਆਪਣੇ ਘਰ ਬਾਹਰ ਪਰਿਵਾਰਾਂ ਚ ਰਹਿ ਸਕਦੇ ਆ ਤੇ ਉਦੋਂ ਬਾਅਦ 550 ਸਾਲਾ ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਅਰਧ ਸ਼ਤਾਬਦੀ ਆ ਰਹੀ ਆ ਅਗਲੇ ਸਾਲ ਬਹੁਤ ਸਾਰੇ ਸਿੱਖਾਂ ਦੀਆਂ ਉਸ ਗੁਰਪੁਰਬ ਤੇ ਰਿਹਾਈਆਂ ਹੋਣਗੀਆਂ ਅਰਧ ਸ਼ਤਾਬਦੀ ਦੀ ਖੁਸ਼ੀ ਵਿੱਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਤੇ ਵੀ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਹੈ ਸਰਕਾਰ ਨੂੰ ਮਨਾਇਆ ਆਉਣ ਵਾਲੇ ਸਮੇਂ ਚ ਸਾਰਾ ਕੁਝ ਤੁਹਾਡੇ ਸਾਹਮਣੇ
ਗੁਰਮੁਖੋ ਆ ਪਿਛਲੇ ਸਮੇਂ ਚ 10 ਸਾਲ ਬਾਦਲਾਂ ਦੇ ਰਾਜ ਵਿੱਚ ਜੇ ਕਿਸੇ ਨੇ ਸਰਸੇ ਵਾਲੇ ਦੀ ਫੋਟੋ ਗਾਂ ਤੋਂ ਗਾਂ ਪੋਸਟ ਕਰਦੀ ਨਾ ਤੇ ਉਹਦੇ ਤੇ 295 ਦਾ ਮੁਕਦਮਾ ਦਰਜ ਕਰ ਦਿੰਦੇ ਸੀ, ਗ੍ਰਿਫਤਾਰ ਕਰ ਲੈਂਦੇ ਸੀ। ਤੁਹਾਡੇ ਚੋਂ ਵੀ ਕਈ ਸ਼ਿਕਾਰ ਹੋਏ ਹੋਣਗੇ। ਬਹੁਤ ਮੇਰੇ ਕੋਲੇ ਨੌਜਵਾਨ ਆਉਂਦੇ ਸੀ, ਖਾਸ ਕਰਕੇ ਸਕੂਲਾਂ ਕਾਲਜਾਂ ਦੇ ਨੌਜਵਾਨ ਹੁੰਦੇ ਸੀ। ਕੋਈ ਇੰਟਰਨੈਟ ਦੇ ਉੱਤੇ ਫੋਟੋ ਕਿਸੇ ਨੇ ਐਡਿਟ ਕਰ ਦਿੱਤੀ, ਉਹ ਗਾਂ ਦੀ ਗਾਂ ਇੱਕ ਦੂਜੇ ਨਾਲ ਸ਼ੇਅਰ ਕਰ ਦਿੰਦੇ ਸੀ ਤੇ ਜਦੋਂ ਡੇਰੇ ਵਾਲੇ ਦੇ ਪੈਰੋਕਾਰ ਸ਼ਿਕਾਇਤ ਕਰਦੇ ਪਰਚਾ ਦਰਜ ਹੋ ਜਾਂਦਾ ਸੀ 295A ਦਾ, ਵੀ ਧਾਰਮਿਕ ਭਾਵਨਾਵਾਂ ਭੜਕਾਈਆਂ। ਝੂਠਾ ਮੁਕਦਮਾ, ਸੈਂਕੜੇ ਮੁਕਦਮੇ ਦਰਜ ਹੋਏ, ਸੈਂਕੜੇ, ਇੱਕ ਦੋ ਚਾਰ ਨਹੀਂ। ਤੇ ਗੁਰਮੁਖੋ ਇਹ ਬਰਗਾੜੀ ਇਨਸਾਫ ਮੋਰਚੇ ਦੀ ਪ੍ਰਾਪਤੀ ਆ ਕਿ ਅੱਜ ਐਲਾਨ ਕਰਾ ਦਿੱਤਾ ਬਰਗਾੜੀ ਦਾਣਾ ਮੰਡੀ ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਤੋਂ ਕਿ ਉਹ ਸਾਰੇ ਦੇ ਸਾਰੇ ਜਿੰਨੇ 295 ਦੇ ਮੁਕਦਮੇ ਦਰਜ ਹੋਏ ਆ ਸਰਸੇ ਵਾਲੇ ਕਰਕੇ ਸਿੱਖ ਨੌਜਵਾਨਾਂ ਦੇ ਸਾਰੇ ਹੀ ਰੱਦ, ਸਾਰੇ ਖਤਮ। ਇਹ ਵੀ ਵੱਡੀ ਪ੍ਰਾਪਤੀ ਬਰਗਾੜੀ ਇਨਸਾਫ ਮੋਰਚੇ ਦੀ। ਦੇਖੋ ਗੁਰਮੁਖ ਪਿਆਰਿਓ ਕਿੱਡੀ ਵੱਡੀ ਪ੍ਰਾਪਤੀ ਹੈ। ਜੇ ਪ੍ਰਾਪਤੀਆਂ ਦਾ ਆਪਾਂ ਜ਼ਿਕਰ ਕਰੀਏ ਤਾਂ ਤੇ ਨਾਲ ਹੀ ਗੁਰਮੁਖ ਪਿਆਰਿਓ ਬਰਗਾੜੀ ਦੀ ਧਰਤੀ ਜਿੱਥੇ ਏਡਾ ਵੱਡਾ ਮੋਰਚਾ ਚੱਲਿਆ ਇਨਸਾਫ ਮੋਰਚਾ, ਸਰਕਾਰ ਨੇ ਇਹ ਵੀ ਅੱਜ ਐਲਾਨ ਕਰ ਦਿੱਤਾ ਕਿ ਇਸ ਬਰਗਾੜੀ ਨੂੰ ਅੱਜ ਤੋਂ ਬਰਗਾੜੀ ਸਾਹਿਬ ਆਖਿਆ ਜਾਊਗਾ। ਬਰਗਾੜੀ ਸਾਹਿਬ ਗੁਰੂ ਸਾਹਿਬ ਨਾਲ ਜੁੜ ਗਈ ਨਾ ਗੱਲ, ਗੁਰੂ ਸਾਹਿਬ ਦਾ ਨਰਾਦਰ ਕਰਕੇ ਪੰਥ ਦੋਖੀਆਂ ਨੇ ਗੁਰੂ ਦਾ ਨਰਾਦਰ ਕਰਨਾ ਚਾਹਿਆ, ਪਰ ਗੁਰੂ ਦੀ ਵਡਿਆਈ ਦੇਖੋ, ਗੁਰੂ ਨੇ ਬਰਗਾੜੀ ਨੂੰ ਵੀ ਬਰਗਾੜੀ ਸਾਹਿਬ ਬਣਾ ਦਿੱਤਾ। ਸਰਕਾਰ ਨੂੰ ਐਲਾਨ ਕਰਨਾ ਪਿਆ ਇਸ ਗੱਲ ਦਾ, ਸਰਕਾਰ ਨੇ ਕਿਹਾ ਬਰਗਾੜੀ ਸਾਹਿਬ। ਉਹ ਬਰਗਾੜੀ ਦਾ ਇਨਸਾਫ ਮੋਰਚਾ, ਆਓ ਮੈਂ ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਕਾਫੀ ਹੋ ਗਿਆ। ਮੇਰਾ ਜਿੱਤ ਚਾਹੁੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ, ਭਾਈ ਮਤੀ ਦਾ, ਸਤੀ ਦਾਸ, ਭਾਈ ਦਿਆਲੇ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂ, ਪਰ ਇਹ ਵੀ ਜ਼ਰੂਰੀ ਸੀ ਨਾਲ ਹੀ ਕਿਉਂਕਿ ਅੱਜ ਉੱਥੇ ਐਲਾਨ ਹੋਏ ਬਰਗਾੜੀ ਦੀ ਦਾਣਾ ਮੰਡੀ 'ਚ ਇਨਸਾਫ ਮੋਰਚੇ ਦੇ 192 ਦਿਨ ਤੇ। ਜਿਹੜੇ ਲੋਕ ਕਹਿ ਰਹੇ ਸੀ ਉੱਥੇ ਜੀ ਫੰਡ ਆਉਂਦਾ ਜੀ, ਪੈਸੇ ਆਉਂਦੇ ਆ ਜੀ, ਬਹੁਤ ਬਾਦਲਾਂ ਮਜੀਠੀਆਂ ਨੇ ਰੌਲਾ ਪਾਇਆ ਬੜਾ ਕੁਝ, ਅੱਜ ਉਹ ਵੀ ਜਥੇਦਾਰ ਮੰਡ ਸਾਹਿਬ ਨੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ, ਐਲਾਨ ਕਰ ਦਿੱਤਾ। ਜਿਹੜੇ ਕਈ ਕਹਿੰਦੇ ਦਾਦੂ ਵਾਲ ਨੇ ਜੀ ਬਰਗਾੜੀ ਦਾਣਾ ਮੰਡੀ 'ਚ 16 ਕਰੋੜ ਇਕੱਠਾ ਕਰ ਲਿਆ, ਅੱਜ ਜਥੇਦਾਰ ਮੰਡ ਸਾਹਿਬ ਨੇ ਲਾਈਵ ਚੱਲਿਆ, ਸਾਰੀ ਦੁਨੀਆ ਨੇ ਸੁਣਿਆ, ਹੁਣ ਵੀ ਤੁਸੀਂ KTV ਤੇ ਲਾਈਵ ਸੁਣ ਰਹੇ ਹੋ। ਤੇ ਗੁਰਮੁਖ ਪਿਆਰਿਓ ਜਥੇਦਾਰ ਸਾਹਿਬ ਨੇ ਐਲਾਨ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿ ਕਿਸੇ ਜਥੇਬੰਦੀ ਨੇ ਜਾਂ ਜਥੇਦਾਰ ਅਜਨਾਲਾ ਸਾਹਿਬ ਜਾਂ ਦਾਦੂਵਾਲ ਨੇ 10 ਰੁਪਈਏ ਇੱਥੋਂ ਮੋਰਚੇ ਤੋਂ ਨਹੀਂ, 10 ਰੁਪਈਏ ਵੀ ਜੋ ਆਇਆ ਉਹਨਾਂ ਦੇ ਕੋਲ ਜੋ ਖਰਚਿਆ ਉਹਨਾਂ ਨੇ, ਉਹਨਾਂ ਨੇ ਦੱਸਿਆ। ਜਿਹੜੇ ਕਹਿੰਦੇ ਸੀ ਸੰਗਤਾਂ ਨੇ ਸੇਵਾ ਦਸਵੰਧ ਆ, ਗੁਰੂ ਘਰ ਦੀ ਸੇਵਾ ਚੱਲਦੀ, ਤੁਸੀਂ ਕਰਦੇ ਹੋ ਦਸਵੰਧ ਕੱਢਦੇ ਹੋ, ਲੱਖਾਂ ਕਰੋੜਾਂ ਦਾ ਖਰਚ ਹੁੰਦਾ, ਵੱਡੀਆਂ ਵੱਡੀਆਂ ਕਾਰ ਸਭਾਵਾਂ ਚੱਲਦੀਆਂ, ਜਦੋਂ ਪੰਥ ਦੇ ਮੋਰਚੇ ਚੱਲਦੇ ਆ, ਗੁਰੂ ਕੇ ਲੰਗਰ ਪ੍ਰਬੰਧ, ਉੱਥੇ ਖਰਚੇ ਵੀ ਹੁੰਦੇ, ਟੈਂਟ ਦਾ ਖਰਚ, ਸਾਊਂਡ ਦਾ ਖਰਚਾ, ਲੰਗਰ ਪਾਣੀ ਦਾ ਖਰਚਾ, ਕਿੰਨੇ ਖਰਚ ਉੱਥੇ ਗੁਰਮੁਖ ਪਿਆਰੇ। ਤੇ ਜਥੇਦਾਰ ਨੇ ਅੱਜ ਸੰਗਤਾਂ ਦੇ ਸਾਹਮਣੇ ਕਹਿ ਦਿੱਤਾ
ਭਾਈ ਮਾਨ ਸਾਹਿਬ ਨੇ ਕਿ 1 ਕਰੋੜ ਤੇ 48 ਲੱਖ ਰੁਪਈਆ ਸੰਗਤਾਂ ਨੇ ਭੇਟ ਕੀਤਾ ਉੱਥੇ 1 ਕਰੋੜ 48 ਲੱਖ ਸਭ ਸੰਗਤਾਂ ਦੇ ਸਾਹਮਣੇ ਰੱਖਤਾ ਤੇ ਉਹਨਾਂ ਨੇ ਦੱਸਤਾ ਕਿ ਜੋ ਇੱਥੇ ਖਰਚ ਹੋਇਆ ਉਹ ਸਾਰਾ ਇਹਨਾਂ ਪ੍ਰਬੰਧਾਂ ਤੇ ਬਾਕੀ ਜਿਹੜਾ 22 ਲੱਖ ਰੁਪਈਆ ਬਚਿਆ ਉਹਨਾਂ ਨੇ ਪੰਥ ਦੇ ਸਾਹਮਣੇ ਸਟੇਜ ਤੇ ਰੱਖਤਾ। ਕਹਿੰਦੇ ਭਾਈ ਮੈਨੂੰ ਨਹੀਂ ਚਾਹੀਦਾ, ਆ ਪੰਥ ਦਾ ਪੈਸਾ, ਪੰਥ ਦੀ ਅਮਾਨਤ ਆ ਜੋ ਸੰਗਤਾਂ ਨੇ ਦਿੱਤਾ। 22 ਲੱਖ ਕੋਈ 22 ਰੁਪਈਏ ਨਹੀਂ ਦਿੰਦਾ ਗੁਰਮੁਖੋ, 22 ਰੁਪਈਏ 22 ਲੱਖ ਪੰਥ ਦੇ ਸਾਹਮਣੇ ਰੱਖਦਾ। ਆ ਪਿਆ ਇਹਨੂੰ ਪੰਥ ਜਿੱਥੇ ਮਰਜ਼ੀ ਵਰਤ ਲੇ। ਤੇ ਗੁਰਮੁਖ ਪਿਆਰਿਓ ਕਿੱਡੀ ਵੱਡੀ ਗੱਲ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵੱਜੀ ਜਿਹੜੇ ਕਹਿੰਦੇ ਪੈਸੇ ਇਕੱਠੇ ਕਰ ਰਹੇ ਆ ਜੀ ਉੱਥੇ ਪੈਸੇ। ਜਥੇਦਾਰ ਨੇ ਆਖਿਆ ਲੋ ਪਿਆ ਜਿਹੜਾ ਬਕਾਇਆ 22 ਲੱਖ ਇਹ ਪੰਥ ਦਾ। ਤੇ ਜਥੇਬੰਦੀਆਂ ਨੇ ਸਭ ਨੇ ਉੱਥੇ ਫੈਸਲਾ ਲਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਕਾਊਂਟ ਖੁਲਾ ਕੇ ਉਹਦੇ 'ਚ ਜਮ੍ਹਾਂ ਕਰਾ ਦਿਓ, ਕਿਉਂਕਿ ਮੋਰਚਾ ਜਾਰੀ ਆ, ਰੂਪਰੇਖਾ ਬਦਲੀ ਆ ਤੇ ਇਹ ਵੀ ਸੇਵਾ ਸੰਗਤਾਂ ਦੀ ਉਸੇ ਮੋਰਚੇ ਦੇ ਸੰਘਰਸ਼ ਤੇ ਲਾਇਆ ਜਾਊਗਾ, ਇਨਸਾਫ ਦੀ ਲੜਾਈ ਤੇ। ਜਿਹੜੀਆਂ ਮੰਗਾਂ ਜੇ ਰਹਿੰਦੀਆਂ ਨੇ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਮੋਰਚਾ ਜਾਰੀ ਆ, ਸੰਘਰਸ਼ ਜਾਰੀ ਆ। ਕਿੱਡੀ ਵੱਡੀ ਗੱਲ, ਤੇ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਕਰੋੜਾਂ ਇਕੱਠੇ ਕਰ ਲਏ, ਉਹਨਾਂ ਨੂੰ ਦੱਸ ਦਿੱਤਾ ਵੀ ਇੱਥੋਂ ਜਥੇਦਾਰ ਦਾਦੂਵਾਲ ਜਾਂ ਜਥੇਦਾਰ ਅਜਨਾਲਾ ਸਾਹਿਬ ਜਾਂ ਜਥੇਬੰਦੀਆਂ ਨੇ 10 ਰੁਪਈਏ ਨਹੀਂ ਲਏ। ਅੱਜ ਉਹ ਅਸੀਂ ਦਿਨ ਰਾਤ ਪ੍ਰਚਾਰ ਪ੍ਰਸਾਰ ਤੁਹਾਡੇ ਸਹਿਯੋਗ ਨਾਲ ਸੰਗਤਾਂ ਦਾ ਸਾਰਾ ਕੁਝ, ਗੁਰੂ ਦਾ, ਪੰਥ ਦਾ, ਗੁਰਦੁਆਰਿਆਂ ਦੀਆਂ ਕਾਰ ਸੇਵਾਵਾਂ, ਲੰਗਰ ਚੱਲਦੇ, ਪ੍ਰਬੰਧ, ਇਮਾਰਤਾਂ, ਇਹ ਸਾਰਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਹਿਯੋਗ ਕਰਦੀਆਂ ਨੇ। ਨਾ ਕਦੇ ਗਲਤ ਪੈਸਾ ਲਿਆ ਤੇ ਨਾ ਗਲਤ ਖਰਚਿਆ, ਪਰ ਸੰਗਤਾਂ ਦੀ ਸੇਵਾ, ਸੰਗਤਾਂ ਦੇ ਕਾਰਜ। ਆਓ ਗੁਰਮੁਖ ਪਿਆਰਿਓ, ਇਹ ਬਰਗਾੜੀ ਇਨਸਾਫ ਮੋਰਚੇ ਤੋਂ ਹੋਇਆ, ਅੱਜ ਤੱਕ ਕਿਸੇ ਮੋਰਚੇ ਦੇ ਵਿੱਚ ਐਦਾਂ ਹਿਸਾਬ ਕਿਤਾਬ ਪੰਥ ਦੇ ਸਾਹਮਣੇ ਨਹੀਂ ਰੱਖਿਆ ਗਿਆ। 3 ਸਾਲ ਪਹਿਲਾਂ ਵੀ ਲੱਗਿਆ ਸੀ ਮੋਰਚਾ, ਬੜਾ ਸੰਗਤਾਂ ਨੇ ਪੈਸਾ ਭੇਜਿਆ ਸੀ, ਆਗੂਆਂ ਨੂੰ ਕੋਈ ਹਿਸਾਬ ਦਿੱਤਾ ਕਿਸੇ ਨੇ? ਦੱਸੋ, ਜਿਹੜੇ ਕੋਟ ਕਪੂਰੇ ਬੈਠੇ ਸੀ ਦਿੱਤਾ ਹਿਸਾਬ? ਕੋਈ ਐਵੇਂ ਭੁਲੇਖਾ ਹੀ ਸੀਗਾ, ਜਿਹੜੇ ਹੁਣ ਤਾਂ ਕਈ ਕਈ ਗਏ ਨਿਸਕਾਮ ਆ ਜੀ, ਨਿਸਕਾਮ ਆ ਜੀ, ਕੁਝ ਲੈਂਦੇ ਦਿੰਦੇ ਨਹੀਂ ਆ। ਤੇ ਹੁਣ ਤੁਹਾਨੂੰ ਤੇ ਹੁਣ ਭੁਲੇਖਾ ਨਹੀਂ ਰਿਹਾ, ਤੁਸੀਂ ਤੇ ਸਾਰਾ ਕੁਝ ਦੇਖਦੇ ਹੋ, ਹੁਣ ਜ਼ਮੀਨਾਂ ਵੀ ਖਰੀਦ ਲਈਆਂ ਤੇ ਇਮਾਰਤਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਉਹਨਾਂ ਦੀਆਂ, ਭਾਵੇਂ ਉਹ ਸਕੂਲ ਕਾਲਜ ਹੀ ਬਣਾਉਣ, ਪਰ ਕਿੱਥੋਂ ਆਏ ਪੈਸੇ? ਨਿਸਕਾਮ ਬੰਦੇ ਕੋਲੇ ਪੈਸਾ ਕਿੱਥੋਂ ਆਊ ਜਿਹੜਾ ਨਿਸਕਾਮ ਆ? ਹੁਣ ਜਿਹੜੇ ਜ਼ਮੀਨਾਂ ਖਰੀਦ ਲਈਆਂ ਕਰੋੜਾਂ ਦੀਆਂ ਤੇ ਸਕੂਲ ਕਾਲਜ ਸ਼ੁਰੂ ਹੋ ਗਏ, ਕਿੱਥੋਂ ਆਏ ਪੈਸੇ? ਜਿਨ੍ਹਾਂ ਲੋਕਾਂ ਹਿਸਾਬ ਨਹੀਂ ਦਿੱਤਾ, ਅੱਜ ਹਿਸਾਬ ਤੁਹਾਡੇ ਸਾਹਮਣੇ ਬਰਗਾੜੀ ਮੋਰਚੇ ਦਾ ਕੌਮ ਦੇ ਸਾਹਮਣੇ ਰੱਖ ਦਿੱਤਾ। ਇਹ ਵੀ ਕਹਿ ਦਿੱਤਾ ਜਿਹੜਾ ਖਰਚ ਹੋਇਆ ਕਿਸੇ ਨੂੰ ਭੁਲੇਖਾ ਹੋਵੇ, ਕੋਈ ਏਜੰਸੀ, ਕੋਈ ਆਗੂ, ਕੋਈ ਸਿੱਖ ਮੇਰੇ ਕੋਲੇ ਆ ਕੇ ਕੱਲੀ ਕੱਲੀ ਗੱਲ ਦਾ ਹਿਸਾਬ ਲੈ ਸਕਦਾ ਹੈ? ਭਾਈ ਮੰਡ ਨੇ ਸਾਰਾ ਰਜਿਸਟਰ ਰੋਜ਼ਾਨਾ ਦਾ ਜੋ ਸੇਵਾ ਆਈ ਉਹ ਵੀ ਲਿਖੀ ਤੇ ਜੋ ਖਰਚ ਹੋਇਆ ਉਹ ਵੀ, ਉਹ ਕਹਿੰਦੇ ਮੇਰੇ ਕੋਲੇ ਲਿਖਿਆ, ਕੋਈ ਦੇਖ ਸਕਦਾ। ਇਹ ਬਰਗਾੜੀ ਦਾ ਮੋਰਚਾ, ਗੁਰੂ ਦਾ ਮੋਰਚਾ, ਪੰਥ ਦਾ ਮੋਰਚਾ, ਇਨਸਾਫ ਦਾ ਮੋਰਚਾ, ਕਿੰਨੀਆਂ ਪ੍ਰਾਪਤੀਆਂ ਗੁਰਮੁਖ ਪਿਆਰਿਓ ਇਸ ਮੋਰਚੇ ਦੇ ਕਾਰਨ ਹੋਈਆਂ ਤੇ ਹੋ ਰਹੀਆਂ ਆਉਣ ਵਾਲੇ ਦਿਨਾਂ ਚ, ਉਹ ਪ੍ਰਾਪਤੀਆਂ ਦੀ ਗੱਲ ਕਰ ਰਹੇ ਸੀ ਆਪਾਂ ਗੁਰਮੁਖੋ। ਤਾਂ ਇਸ ਪਾਸੇ ਮੈਂ ਥੋੜਾ ਆਪ ਜੀ ਦੇ ਨਾਲ
ਅੱਜ ਦੀ ਤਾਜ਼ਾ ਗੱਲ ਸੀ ਤਾਂ ਸਾਂਝੀ ਕੀਤੀ ਹੈ। ਰਹੋ ਵਿਚਾਰ ਧਿਆਨ ਜੋੜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਇਤਿਹਾਸ ਤੇ। ਜਦੋਂ ਕਸ਼ਮੀਰੀ ਬ੍ਰਾਹਮਣਾ ਪੰਡਤਾਂ ਨੇ ਕੀਤੀ ਫਰਿਆਦ ਤੇ ਗੁਰੂ ਬਾਲ ਗੋਬਿੰਦ ਰਾਏ ਨੇ ਆਖਿਆ ਮਹਾਰਾਜ ਬਚਾਓ ਇਹਨਾਂ ਦਾ ਧਰਮ, ਤੇ ਮੇਰੇ ਸਤਿਗੁਰ ਨੇ ਆਖਿਆ ਦੇਖ ਲਾ ਗੋਬਿੰਦ ਰਾਏ ਤੇਰਾ ਵਾਹ ਕੀਦੇ ਨਾਲ ਪੈਣਾ ਉਸ ਰੰਗ ਜੇਬ ਦੇ ਨਾਲ ਜਿਹੜਾ ਏਡਾ ਤਵਸਵੀ ਆ ਕਿ ਉਹਨੇ ਤਖ਼ਤ ਖਾਤਰ ਆਪਣੇ ਬਾਪ ਨੂੰ ਨੀ ਬਖਸ਼ਿਆ, ਸ਼ਾਹਜਹਾਨ ਨੂੰ ਤਖ਼ਤ ਤੋਂ ਧੂ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ, ਆਪਣੇ ਸਕੇ ਭਰਾਵਾਂ ਨੂੰ ਦਾਰਾ ਸ਼ਕੋਹ ਤੇ ਤਾਰਾ ਆਜਮ ਵਰਗਿਆਂ ਨੂੰ ਚੁਰਾਹੇ ਚ ਕਤਲ ਕਰ ਦਿੱਤਾ, ਰਾਜ ਭਾਗ ਦੀ ਖਾਤਰ ਤੇਰਾ ਵਾਹ ਉਹਦੇ ਨਾਲ ਪੈਣਾ ਜਿਹਦਾ ਸਕਾ ਹੀ ਕੋਈ ਨਹੀਂ, ਸਕੇ ਭਰਾਵਾਂ ਨੂੰ ਨੀ ਬਖਸ਼ਿਆ, ਬਾਪ ਨੂੰ ਨੀ ਬਖਸ਼ਿਆ, ਤੇਰਾ ਵਾਹ ਉਹਦੇ ਨਾਲ ਪੈਣਾ। ਸਤਿਗੁਰ ਸੱਜੇ ਪਾਤਸ਼ਾਹ ਕਹਿੰਦੇ ਕੋਈ ਨੀ ਗੁਰਦੇਵ ਪਿਤਾ ਤੁਹਾਡੀ ਰਹਿਮਤ ਚਾਹੀਦੀ, ਨਿਬੜਾਂਗਾ ਰੰਗ ਜੇਬ ਦੇ ਨਾਲ। ਆਖਿਆ ਬਾਲਕਾ ਤੂੰ ਤੇਰੀ ਉਪਜੀਵਤਾ ਕਿਵੇਂ ਚੱਲੇਗੀ, ਤੇ ਮੇਰੇ ਸਤਿਗੁਰ ਨੇ ਆਖਿਆ ਜਬ ਦਾਂਤ ਨਾ ਥੇ ਤਬ ਦੂਧ ਦੀਏ, ਅਬ ਦਾਂਤ ਦੀਏ ਕਿਆ ਰਿਜਕ ਨਾ ਦੇਹੋ ਗੁਰਦੇਵ ਪਿਤਾ, ਜਦੋਂ ਮੂੰਹ ਚ ਦੰਦ ਨਹੀਂ ਸੀ ਉਦੋਂ ਮਾਂ ਦਾ ਦੁੱਧ ਦਿੱਤਾ, ਕੁਝ ਚਿੱਥਿਆ ਨੀ ਜਾਣਾ ਬੱਚੇ ਨੂੰ। ਦੇਖੋ ਪਰਮਾਤਮਾ ਜਿੰਨਾ ਚਿਰ ਬੱਚੇ ਦੇ ਦੰਦ ਨਹੀਂ ਆਉਂਦੇ ਮਾਂ ਦਾ ਦੁੱਧ ਦੁੱਧ ਨਾਲ ਉਹਦਾ ਗੁਜ਼ਾਰਾ, ਤੇ ਜਦੋਂ ਦੰਦ ਆਉਂਦੇ ਉਦੋਂ ਰਿਜਕ। ਬਾਰ ਵਿਵਸਥਾ ਤੁਝਿਆ ਪਿਆਰੇ ਦੂਧ, ਭਰ ਜੋਬਣ ਭੋਜਨ ਸੁਖ ਸੂਧ, ਬਿਰਧ ਪਿਆਉ ਪਰ ਸਾਗ ਸੈਨ, ਮੁਖ ਪਿਆਓ ਬੈਠ ਕੋ ਦੈਣ। ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਲ ਗੋਬਿੰਦ ਰਾਏ ਖਾਵੇਗਾ ਕੀ, ਉਪਜੀਵਕਾ ਕਿਵੇਂ ਚੱਲੂਗੀ ਤੇਰੀ, ਤੇ ਭਰੋਸਾ ਗੁਰੂ ਨਾਨਕ ਤੇ। ਬਾਲ ਗੋਬਿੰਦ ਰਾਏ ਨੇ ਆਖਿਆ ਪਿਤਾ ਜੀ ਜਬ ਦਾਂਤ ਨਾ ਥੇ ਤਬ ਦੂਧ ਦਿਓ, ਅਬ ਦਾਂਤ ਦੀਏ ਕਿਆ ਰਿਜਕ ਨਾ ਦੇਹੋ, ਜਦੋਂ ਦੰਦ ਨਹੀਂ ਸੀ ਮਾਂ ਦਾ ਦੁੱਧ ਦਿੱਤਾ ਤੇ ਜਿਉਂਦੇ ਰੱਖਿਆ, ਹੁਣ ਦੰਦ ਦਿੱਤੇ ਤੇ ਕੀ ਰਿਜਕ ਨਹੀਂ ਦਓਗੇ, ਮੇਰਾ ਫਿਕਰ ਨਾ ਕਰੋ ਮਹਾਰਾਜ, ਇਹਨਾਂ ਦੀ ਬਾਂਹ ਫੜੋ, ਇਹਨਾਂ ਦਾ ਧਰਮ ਬਚਾਓ, ਤਿਲਕ ਜੰਜੂ ਦੀ ਰਾਖੀ ਕਰੋ, ਇਹਨਾਂ ਦੇ ਚਿਹਰਿਆਂ ਤੋਂ ਉਦਾਸੀ ਉੱਡ ਜਾਵੇ ਤੇ ਹਾਸੇ ਮੁੜ ਪਰਤੇ ਆਉਣ, ਕਰੋ ਕੁਰਬਾਨੀ ਇਹਨਾਂ ਲਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਬਾਲ ਗੋਬਿੰਦ ਰਾਏ ਨੇ ਆਖਿਆ ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਕੱਲੇ ਤੇਗ ਬਹਾਦਰ ਨੂੰ ਹੀ ਤੂੰ ਮੁਸਲਮਾਨ ਬਣਾ ਲਾ, ਅਸੀਂ ਸਾਰੇ ਬਣ ਜਾ। ਬਾਂਹ ਫੜ ਲਈ ਮੇਰੇ ਸਤਿਗੁਰ ਨੇ, ਤੇ ਫਿਰ ਪੜੀ ਆਰੰਭਤਾ ਦੀ ਧਾਰਨਾ ਆਪਾਂ ਗੁਰਮੁਖੋ, ਜਦੋਂ ਸਤਿਗੁਰ ਵੱਲ ਹੋ ਜੇ ਬਾਂਹ ਫੜ ਲੇ ਫਿਰ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਕਰ ਦੁੱਖ ਲੱਗਣ ਨਾ ਭਾਈ। ਫਿਰ ਜਿਨ੍ਹਾਂ ਦੀ ਬਾਂਹ ਫੜਦਾ ਸਤਿਗੁਰ ਕਿੱਥੇ ਤੱਤੀ ਵਾਹ ਲੱਗਣ ਦਿੰਦਾ, ਗੁਰਮੁਖੋ ਅਸੀਂ ਸਤਿਗੁਰ ਨੂੰ ਬਾਂਹ ਫੜਾ ਦਈਏ, ਅਸੀਂ ਸਤਿਗੁਰ ਨੂੰ ਸਮਰਪਿਤ ਹੋ ਜਾਈਏ, ਰੱਖ ਦੀਏ ਸੀਸ ਸਤਿਗੁਰ ਦੇ ਚਰਨਾਂ ਤੇ, ਆਖੀਏ ਸੱਚੇ ਪਾਤਸ਼ਾਹ ਮੇਲ ਲਹਿ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬਹਾਰਿਆ। ਮਹਾਰਾਜ ਦੁਨੀਆਂ ਚ ਭਰਮਦੇ ਥੱਕ ਗਏ, ਹੁਣ ਤੇਰੇ ਦੁਆਰੇ ਤੇ ਬੜੇ ਦੁਆਰਿਆਂ ਤੇ ਭਰਮ ਕੇ ਮੜੀਆਂ ਕਬਰਾਂ ਦੇ ਧਾਰੀਆਂ ਦੇ ਥੱਕ ਗਏ, ਹੁਣ ਤੁਹਾਡੇ ਚਰਨਾਂ ਚ ਆਪਣੇ ਚਰਨੀ ਲਾਓ, ਨਾਮ ਜਪਾਓ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ੋ ਤੇ ਬਖਸ਼ ਲਓ ਮਹਾਰਾਜ। ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬਹਾਰਿਆ। ਮਹਾਰਾਜ ਲਾਜ ਰੱਖ ਲਓ, ਤੇ ਫਿਰ ਜਿਵੇਂ ਕਸ਼ਮੀਰੀ ਪੰਡਤਾਂ ਉਹਨਾਂ ਬ੍ਰਾਹਮਣਾਂ ਦੀ ਲਾਜ ਰੱਖੀ ਮੇਰੇ ਸਤਿਗੁਰ ਨੇ,
ਉਸੇ ਤਰ੍ਹਾਂ ਸਾਡੀ ਰੱਖਣਗੇ। ਆਖ ਦਿੱਤਾ ਜਾਓ ਕਹਿ ਦਿਓ ਰੰਗਦੇਵ ਨੂੰ, ਫੜ ਲਈ ਬਾਂਹ, ਨਹੀਂ ਲੱਗਣ ਦਿੰਦਾ ਤੱਤੀ ਬਾਂਹ, ਫੜ ਵੀ ਲਿਓ ਪਿਆਰ ਵਿੱਚ ਸਾਰੇ। ਓ ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ। ਵਾਓ ਜੀ ਲੱਗਣ ਨਾ ਦੇਵੇ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਹਾਂ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਪਿਆਰੇ ਜੀ। ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਪਿਆਰੇ, ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਹਰੇ, ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਹਰੇ, ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਹਰੇ ਜੀ, ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਪਿਆਰੇ ਹੋ, ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਹਾਂ, ਜਿਨ੍ਹਾਂ ਦਾ ਰੱਖ ਜੀ ਬਣ ਜੇ ਵਾਹਿਗੁਰੂ, 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 ਜਿਨ੍ਹਾਂ ਦਾ ਰੱਖ ਜੀ ਬਣ ਜੇ ਵਾਹਿਗੁਰੂ। ਵਾਓ ਜੀ ਲੱਗਣ ਨਾ ਦੇਵੇ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਜੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਬਣ ਜੇ ਵਾਹਿਗੁਰੂ ਸੱਚੀ। ਵਾਓ ਨਾ ਲੱਗਣੀ ਪਾਰ ਬ੍ਰਹਮ ਸਰਣਾਈ, ਸਿਰਤ ਹਮਾਰਾ ਰਾਮ ਕਾ ਰੁਖ ਲਗੇ ਆਪਾਈ। ਆਓ ਗੁਰਮੁਖ ਪਿਆਰਿਓ, ਜਿਨ੍ਹਾਂ ਦਾ ਰੱਖ ਸਤਿਗੁਰ ਬਣ ਜਾਂਦਾ ਫਿਰ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਅਸੀਂ ਸਤਿਗੁਰ ਨੂੰ ਸਮਰਪਿਤ ਹੋ ਜਾਈਏ ਤੇ ਸਤਿਗੁਰ ਸਾਡੇ ਰਾਖੇ ਨੇ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰਜਾਮੀ। ਗੁਰੂ ਤੇਗ ਬਹਾਦਰ ਸਾਹਿਬ ਰਾਖੀ ਬਣ ਗਏ।
ਕਸ਼ਮੀਰੀ ਬ੍ਰਾਹਮਣਾਂ ਦੇ ਪੰਡਤਾਂ ਦੇ ਤਿਲਕ ਜੰਝੂ ਦੇ, ਫਿਰ ਕਿਵੇਂ ਰੱਖਿਆ ਉਹਨਾਂ ਦਾ ਧਰਮ? ਕੱਲ ਨੂੰ ਇਤਿਹਾਸ ਸਾਂਝਾ ਕਰਾਂਗੇ ਚਾਂਦਨੀ ਚੌਂਕ ਦਾ, ਗੁਰੂ ਦੀ ਬਲੀਦਾਨ ਦਾ, ਗੁਰੂ ਦੀ ਸ਼ਹਾਦਤ ਦਾ, ਸਿੰਘਾਂ ਦੀ ਸਿੱਖਾਂ ਦੀ ਸ਼ਹਾਦਤ, ਭਾਈ ਮਤੀ ਦਾਸ, ਭਾਈ ਸਦੀ ਦਾਸ, ਭਾਈ ਦਿਆਲਾ ਜੀ ਦਾ ਨਰੋਲ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ, ਸਮਾਪਤੀ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ। ਅੱਜ ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਗੁਰੂ ਕਿਰਪਾ ਕਰੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ, ਔਰ ਗੁਰਮਤਿ ਦੇ ਬਚਨ, ਇਤਿਹਾਸ ਦੇ ਬਚਨ, ਮੌਜੂਦਾ ਹਾਲਾਤਾਂ ਦੇ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਆ, ਉਹ ਆਪਾਂ ਸਾਰਿਆਂ ਹਿਰਦੇ ਚ ਵਸਾਉਣੇ। ਗੁਰਮੁਖ ਪਿਆਰੇ, ਸਤਿਗੁਰਾਂ ਦਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ, ਸਿੰਘਾਂ ਦਾ ਇਤਿਹਾਸ, ਕੁਰਬਾਨੀਆਂ ਦਾ ਇਤਿਹਾਸ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਗੁਰਮੁਖ ਪਿਆਰੇ, ਸਾਡਾ ਮਾਰਗ ਦਰਸ਼ਨ ਕਰਦਾ, ਸਾਡੇ ਲਈ ਪ੍ਰੇਰਣਾ ਸਰੋਤ ਆ। ਅਸੀਂ ਬਿਨਾਂ ਨੁਕਸਾਨ ਤੋਂ ਕੋਈ ਪ੍ਰਾਪਤੀਆਂ ਕਰੀਏ, ਤੇ ਗੁਰਮੁਖ ਪਿਆਰਿਓ ਵੱਡੀ ਗੱਲ ਹੈ, ਨੁਕਸਾਨ ਕਰਾ ਕੇ ਪ੍ਰਾਪਤੀ ਕੀਤੀ ਉਹ ਤੇ ਘਾਟੇ ਵਾਲੀ ਗੱਲ। ਗੁਰਮੁਖ ਪਿਆ, ਨੁਕਸਾਨ ਵੀ ਹੋ ਜੇ, ਪ੍ਰਾਪਤੀ ਵੀ ਨਾ ਹੋਵੇ, ਤੇ ਬਿਨਾਂ ਨੁਕਸਾਨ ਤੋਂ ਪ੍ਰਾਪਤੀ, ਕਿਸੇ ਦੇ ਡੰਡਾ ਵੀ ਨਾ ਲੱਗੇ, ਕੋਈ ਸਾਥੋਂ ਵਿਛੜੇ ਵੀ ਨਾ, ਤੇ ਗੁਰਮੁਖ ਪਿਆਰਿਓ ਪ੍ਰਾਪਤੀਆਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਸਾਨੂੰ ਐਸੀ ਸਮਤ ਨਹੀਂ, ਤੇ ਸਾਡਾ ਸੁਭਾਅ ਹੀ ਐਸਾ ਬਣ ਗਿਆ ਕਿ ਜਿੰਨਾ ਚਿਰ ਡਾਂਗ ਸੂਟਾ ਨਾ ਹੋਵੇ, ਕਤਲੋ ਗਾਰਦ ਫੜ ਲਓ ਮਾਰ ਲਓ, ਉਹਨਾਂ ਚਿਰ ਅਸੀਂ ਸਮਝਦੇ ਕੁਰਬਾਨੀ ਨਹੀਂ, ਜਾਂ ਕੋਈ ਜੇਲ੍ਹਾਂ ਜੂਲਾਂ ਚ ਨਾ ਡੱਕਦੇ ਤਾਂ ਸਮਝਦੇ ਕੁਰਬਾਨੀ, ਜਾਂ ਕੋਈ ਸ਼ਹੀਦੀ ਨਾ ਪਾਜੇ ਸਮਝਦੇ ਕੁਰਬਾਨੀ ਨਹੀਂ। ਨਹੀਂ ਗੁਰਮੁਖ ਪਿਆਰੇ, ਬਿਨਾਂ ਕਿਸੇ ਨੁਕਸਾਨ ਤੋਂ, ਵਿਦਆਊਟ ਵਾਇਲੈਂਸ, ਪੂਰੇ ਅਮਨ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਾਪਤੀਆਂ ਹੋਣ, ਇਹ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਆ, ਇਹ ਸਿਆਣੀ ਕੌਮ ਦੀਆਂ ਨਿਸ਼ਾਨੀਆਂ। ਗੁਰਮੁਖ ਪਿਆਰਿਓ, ਸਿਆਣੇ ਆ, ਬੜਾ ਨੁਕਸਾਨ ਝੱਲਿਆ, ਬੜੇ ਘੱਲੂ ਘਾਰਿਆਂ ਚੋਂ ਲੰਘੇ ਆ। ਗੁਰਮੁਖ ਪਿਆਰਿਓ, ਹਰ ਮੁਸ਼ਕਲ ਲਈ, ਹਰ ਮੁਸੀਬਤ ਲਈ ਇੱਕ ਡਾ ਕੇ ਖੜੇ ਆ ਸਾਹਮਣਾ ਕਰਨ ਲਈ, ਪਰ ਜਿੱਥੋਂ ਤੱਕ ਸਰਦਾ ਗੁਰਮੁਖ ਪਿਆਰਿਓ, ਉਦੋਂ ਤੱਕ ਬਿਨਾਂ ਕਿਸੇ ਨੁਕਸਾਨ, ਬਿਨਾਂ ਕਿਸੇ ਵਾਇਲੈਂਸ ਤੋਂ ਆਪਾਂ ਪ੍ਰਾਪਤੀਆਂ ਗੁਰਮੁਖ ਪਿਆਰਿਓ ਕਰਨੀਆਂ। ਨੁਕਸਾਨ ਪਹਿਲਾਂ ਹੀ ਬਹੁਤ ਹੋਇਆ ਪੰਥ ਤੇ ਪੰਜਾਬ ਦਾ, ਅਸੀਂ ਬੜਾ ਨੁਕਸਾਨ ਝੱਲਿਆ। ਅੱਜ ਅਸੀਂ ਅਮਨ ਸ਼ਾਂਤੀ ਚਾਹੁੰਦੇ, ਭਾਈਚਾਰਾ ਚਾਹੁੰਦੇ, ਪਿਆਰ ਤੇ ਇਤਫਾਕ ਚਾਹੁੰਦੇ ਹਾਂ, ਇੱਥੇ ਹਰ ਬੰਦਾ ਸੁਖੀ ਵਸੇ ਜਿਹੜਾ ਆਪਣੇ ਧਰਮ ਕਰਮ ਦਾ, ਔਰ ਜਿਹੜੇ ਪਾਪੀ ਨੇ ਉਹਨਾਂ ਨੂੰ ਸਜਾਵਾਂ ਮਿਲਣ, ਉਹਨਾਂ ਨੂੰ ਕਿਸੇ ਕੀਮਤ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ, ਪਾਪੀਆਂ ਨੂੰ ਬਖਸ਼ਿਆ ਨਹੀਂ ਜਾਊਗਾ, ਨਾ ਗੁਰੂ ਨੇ ਬਖਸ਼ਣਾ, ਨਾ ਪੰਥ ਨੇ ਬਖਸ਼ਣਾ। ਸੋ ਆਓ, ਸਾਰੇ ਬੇਨਤੀਆਂ ਪ੍ਰਵਾਨ ਕਰੋ, ਅੰਮ੍ਰਿਤ ਸੰਚਾਰ ਲਈ ਨਾਂ ਲਿਖਾਓ ਪ੍ਰਬੰਧਕਾਂ ਕੋਲੋਂ, 12 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ, ਜੋ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰੇ ਆਰੰਭ ਹੋਣੇ ਆ, ਤੇ ਗੁਰਮੁਖ ਪਿਆਰਿਓ 11 ਦਾ ਮਹਾਨ ਨਗਰ ਕੀਰਤਨ ਵੀ ਆ, ਉਹਦੇ ਚ ਵੀ ਹਾਜ਼ਰੀਆਂ ਜਿੰਨੀਆਂ ਸੰਗਤਾਂ ਭਰ ਸਕਦੀਆਂ ਭਰਨੀਆਂ, ਔਰ ਕੱਲ ਸਮਾਪਤੀ ਦੇ ਦੀਵਾਨ ਚ ਵੀ ਸਾਰੇ ਨਗਰ ਨੇ ਔਰ ਸਾਰੇ ਇਲਾਕੇ ਨੇ ਹੁਮ ਹਮਾ ਕੇ ਹਾਜ਼ਰੀਆਂ ਭਰਨੀਆਂ ਸਮਾਪਤੀ ਦੇ ਦੀਵਾਨ ਵਿੱਚ ਚੜ੍ਹਦੀ ਕਲਾ ਦੇ ਨਾਲ। ਸਭ ਨੂੰ ਜੀ ਆਇਆਂ, ਸਭ ਦਾ ਧੰਨਵਾਦ ਜਿਹੜੇ ਆਪ ਆਏ, ਆਪਣੇ ਵਹੀਕਲਾਂ, ਟਰੈਕਟਰ, ਟਰਾਲੀਆਂ, ਮੋਟਰ ਕਾਰਾਂ ਤੇ ਸੰਗਤਾਂ ਨੂੰ ਲੈ ਕੇ ਆਏ ਆ, ਉਹਨਾਂ ਦਾ ਵੀ ਧੰਨਵਾਦ, ਵਧਾਈ ਦੇ ਪਾਤਰ ਨੇ ਜਿਹੜੇ ਸੇਵਾ ਕਰਦੇ ਤਨ ਮਨ ਧਨ ਦੇ ਨਾਲ। ਗੁਰਮੁਖੋ ਸੇਵਾ ਕਰੋ, ਗੁਰੂ ਘਰ ਦੀਆਂ ਇਮਾਰਤਾਂ ਬਣ ਰਹੀਆਂ ਨੇ, ਸੇਵਾ ਕਰੋ, ਗੁਰੂ ਕੇ ਸ਼ਹੀਦੀ ਪੁਰਬ ਮਨਾਏ ਜਾ ਰਹੇ, ਸੇਵਾ ਕਰੋ, ਅਸੀਂ ਆਪਣਾ ਦਸਵੰਧ ਸਫਲਾ ਕਰਨਾ, ਕਿਰਤ ਕਮਾਈਆਂ ਸਫਲੀਆਂ ਕਰਨੀਆਂ ਨੇ, ਗੁਰੂ ਅਰਥੇ ਧਰਮੇ ਅਰਥੇ ਗੁਰਮੁਖ ਪਿਆਰਿਓ, ਕਿਉਂਕਿ ਸਤਿਗੁਰੂ ਨੇ ਸਾਨੂੰ ਉਪਦੇਸ਼ ਹੀ ਬਖਸ਼ਿਆ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ।
ਜਿਹੜੇ ਸੱਚੇ ਵਚਨ ਤੁਹਾਡੇ ਨਾਲ ਸਾਂਝੇ ਕੀਤੇ ਆ, ਕੋਈ ਕਿਸੇ ਨਾਲ ਜਾਤੀ ਵੈਰ ਵਿਰੋਧ ਨਹੀਂ, ਜੋ ਸੱਚਾਈ ਦੀ ਗੱਲ ਆ, ਸੱਚ ਦੀ ਗੱਲ, ਗੁਰੂ ਗ੍ਰੰਥ ਪੰਥ ਦੀ ਗੱਲ, ਇਤਿਹਾਸ ਦੀ ਗੱਲ, ਮੌਜੂਦਾ ਹਾਲਾਤਾਂ ਦੀ ਗੱਲ, ਉਹੀ ਤੁਹਾਡੇ ਨਾਲ ਸਾਂਝੀ ਕੀਤੀ ਆ। ਕਿਉਂਕਿ ਸਤਿਗੁਰ ਕਹਿੰਦੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ। ਅਸੀਂ ਗੁਰੂ ਦੇ ਮੁਰੀਦ ਹਾਂ, ਸੇਵਕ ਹਾਂ, ਸਿੱਖ ਹਾਂ, ਤੇ ਜੋ ਗੁਰੂ ਨੇ ਰਾਹ ਦੱਸਿਆ ਉਸ ਰਾਹ ਤੇ ਚੱਲਣਾ, ਔਰ ਸੱਚ ਦੇ ਪਹਿਰਾ ਦੇਣਾ। ਗੁਰਮੁਖ ਪਿਆਰੇ, ਸੱਚ ਪੁਰਾਣਾ ਹੋਵੇ ਨਾ ਹੀ ਕੀਤਾ ਕਦੇ ਨਾ, ਬਟ ਸੱਚ ਦੇ ਰਾਹ ਦੇ ਉੱਤੇ ਗੁਰਮੁਖ ਪਿਆਰੇ ਸਾਨੂੰ ਸਤਿਗੁਰ ਨੇ ਚਲਾਇਆ, ਤੇ ਬਾਣੀ ਦਾ ਵਚਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਆਓ ਸਾਰੇ ਹੁਣ ਅਨੰਦ ਸਾਹਿਬ ਦੇ ਪਾਠ ਵਿੱਚ ਜੁੜੀਏ, ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ, ਉਪਰੰਤ ਅਰਦਾਸ ਬੇਨਤੀ ਮੁੱਖ ਵਾਕ ਸੁਖਾਸਣ ਸੇਵਾ, ਪ੍ਰਸ਼ਾਦ ਲੈ ਕੇ ਬੜੇ ਪਿਆਰ ਨਾਲ ਫਿਰ ਸਤਿਗੁਰਾਂ ਨੂੰ ਵਧਾਈ ਦੇ ਕੇ, ਜਿਨ੍ਹਾਂ ਅਜੇ ਤੱਕ ਲੰਗਰ ਨਹੀਂ ਛਕਿਆ ਉਹਨਾਂ ਵੀ ਗੁਰੂ ਕਾ ਲੰਗਰ ਛੱਕ ਕੇ ਜਾਣਾ। ਸਭ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਇਹ ਸਮਾਗਮ ਸਜ ਰਹੇ ਆ। ਔਰ ਦੇਸਾਂ ਪ੍ਰਦੇਸਾਂ ਵਿੱਚ ਜਿੱਥੇ ਹਜ਼ਾਰਾਂ ਸੰਗਤਾਂ ਤੁਸੀਂ ਇੱਥੇ ਜੁੜ ਬੈਠ ਕੇ ਆਨੰਦ ਮਾਣ ਰਹੇ ਹੋ, ਉੱਥੇ ਦੇਸਾਂ ਪ੍ਰਦੇਸਾਂ ਦੇ ਵਿੱਚ KTV ਦੇ ਮਾਧਿਅਮ ਦੇ ਨਾਲ, KTV ਖਾਲਸਾ TV ਇੰਗਲੈਂਡ ਦੀ ਧਰਤੀ ਤੋਂ, ਜਿਹੜੇ ਸਾਰੇ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ ਲਾਈਵ ਟੈਲੀਕਾਸਟ ਇਹਨਾਂ ਪ੍ਰੋਗਰਾਮਾਂ ਦਾ ਫੇਸਬੁੱਕ ਦੇ ਰਾਹੀਂ, ਯੂਟਿਊਬ ਦੇ ਰਾਹੀਂ, ਔਰ ਜੋ ਜਥੇਬੰਦੀ ਦਾ ਜਥੇ ਦਾ ਪੇਜ ਉਸਦੇ ਰਾਹੀਂ, ਫੇਸਬੁੱਕ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਬਹੁਤ ਸੰਗਤਾਂ, ਔਰ ਬਾਅਦ ਵਿੱਚ ਵੀ ਜੋ ਗੁਰਮੁਖ ਪਿਆਰਿਓ ਆਨੰਦ ਮਾਣਦੀਆਂ ਨੇ ਜਦੋਂ ਇੰਟਰਨੈਟ ਤੇ ਪਿਆ ਰਹਿੰਦਾ ਇਹ ਸਮਾਗਮ, ਤੇ ਬਾਅਦ ਵਿੱਚ ਵੀ ਸੰਗਤਾਂ ਇਹਨਾਂ ਦਾ ਆਨੰਦ ਮਾਣਦੀਆਂ, ਸੋ ਉਹਨਾਂ ਦਾ ਵੀ ਧੰਨਵਾਦ। ਜਿਹੜੇ ਗੁਰੂ ਕੇ ਪਿਆਰ ਵਾਲੇ ਜੁੜੇ ਸੋ ਆਓ, ਕੋਈ ਰਸਨਾ ਵਾਂਝੀ ਨਾ ਰਹੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ, ਸਾਰੀ ਰਸਨਾ ਪਵਿੱਤਰ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦਿ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।